ਬੈਠੋ। ਮਹਾਂਪੁਰਖਾਂ ਦੇ ਅੱਜ ਅਰਦਾਸ ਸਮਾਗਮ ਦੇ ਵਿੱਚ ਸਿੱਖ ਪੰਥ ਦੀਆਂ ਬਹੁਤ ਸਾਰੀਆਂ ਨਾਮੀ ਜਥੇਬੰਦੀਆਂ, ਕਾਰ ਸੇਵਾ ਵਾਲੀਆਂ ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਤਖ਼ਤ ਸਾਹਿਬਾਨਾਂ ਦੇ ਸਿੰਘ ਸਾਹਿਬਾਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਨਮਾਨਯੋਗ ਗ੍ਰੰਥੀ ਸਾਹਿਬਾਨ, ਬਹੁਤ ਸਾਰੀਆਂ ਸ਼ਖਸੀਅਤਾਂ ਨੇ ਹਾਜ਼ਰੀ ਭਰਨੀ ਹੈ। ਦੀਵਾਨ ਦੀ ਆਰੰਭਤਾ ਹੋ ਚੁੱਕੀ ਹੈ। ਮੈਂ ਸਿਨਮਰ ਬੇਨਤੀ ਕਰਾਂਗਾ ਕਿ ਸਾਰੀਆਂ ਸੰਗਤਾਂ ਜਿਨ੍ਹਾਂ ਨੇ ਜਲ ਪਾਣੀ ਛਕ ਲਿਆ ਹੈ, ਆਪ ਜੀ ਕਿਰਪਾ ਕਰਕੇ ਦੀਵਾਨਾਂ ਵਿੱਚ ਆ ਕੇ ਬੈਠੋ। ਪੰਥ ਦਾ ਪ੍ਰਸਿੱਧ ਰਾਗੀ ਜਥਾ ਗਿਆਨੀ ਅਵਤਾਰ ਸਿੰਘ ਜੀ ਬੁੱਟਰ, ਸ੍ਰੀ ਬਾਬਾ ਬਕਾਲਾ ਸਾਹਿਬ ਵਾਲੇ ਆਪ ਜੀ ਨੂੰ ਕੁਝ ਸਮੇਂ ਵਾਸਤੇ ਗੁਰਬਾਣੀ ਦੇ ਇਲਾਹੀ ਕੀਰਤਨ ਦੁਆਰਾ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ। ਵਾਹਿਗੁਰੂ ਜੀ, ਸਤਨਾਮ 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 ਜੀ, ਵਾਹਿਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ, ਸਤਨਾਮ 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 ਜੀ, ਵਾਹਿਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ, ਸਤਨਾਮ ਸਤਨਾਮ। ਸਤਨਾਮ 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 ਜੀ, ਵਾਹਿਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ, ਸਤਨਾਮ 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 ਜੀ, ਵਾਹਿਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ। ਰਾਮ ਨਾਮ ਜਪ ਲਾਰ, ਰਾਮ ਨਾਮ ਜਪ ਲਾਰ, ਰਾਮ ਨਾਮ ਜਪ ਲਾਰ।
ਰਾਮ ਨਾਮ ਜਪ ਲਾ, ਰਾਮ ਨਾਮ ਜਪ ਲਾ, ਰਾਮ ਨਾਮ ਜਪ ਲਾ, ਰਾਮ ਨਾਮ ਜਪ ਲਾ, ਹਰ ਰਾਮ ਨਾਮ ਜਪ ਲਾ, ਰਾਮ ਨਾਮ ਜਪ ਲਾ, ਹਰ ਰਾਮ ਨਾਮ ਜਪ ਲਾ, ਰਾਮ ਨਾਮ ਜਪ ਲਾ, ਹਰ ਰਾਮ ਨਾਮ ਜਪ ਲਾ, ਸਤਨਾਮ ਵਾਹਿਗੁਰੂ, 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 ਧੰਨ 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 ਜਨ ਆਇਆ, 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 ਜਿਸ ਪਰ ਸਾਧ ਸਭ ਜਗਤ ਤਰਾਇਆ, ਜਿਸ ਪਰ ਸਾਧ ਸਭ ਜਗਤ ਤਰਾਇਆ, ਧੰਨ 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 ਜਨ ਆਇਆ, ਧੰਨ 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 ਜਨ ਆਇਆ, ਧੰਨ ਜਨ ਆਇਆ, ਜੋ ਜਾਣੈ ਤਿਸ ਸਦਾ ਸੁਖ ਹੋ,
ਸਭ ਜਗਤ ਤਾਰਾਇਆ ਜਿਸ ਪਰਸਾਦ ਸਭ ਜਗਤ ਤਾਰਾਇਆ ਧੰਨ 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 ਜਨਿਆ ਤਨ 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 ਜਨਿਆ
ਪ੍ਰਸਾਦ ਸਭ ਜਗ ਤਰਾਇਆ, ਪ੍ਰਸਾਦ ਸਭ ਜਗਤ ਤਰਾਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਤਨ 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 ਜਨਿਆ ਹਰ ਸੰਤ ਤੁਮਾਰੇ, ਜਿਨ ਕਰ ਤਨ ਹਰ ਨਾਮਾ, ਤਨ ਹਰ ਨਾਮਾ, ਭਾਗ ਠੜੇ ਹਰ ਸੰਤ ਤੁਮਾਰੇ, ਭਾਗ ਠੜੇ ਹਰ ਸੰਤ ਤੁਮਾਰੇ, ਤਿੰਨ ਕਰ ਤਨ ਹਰ ਨਾਮ, ਤਨ ਹਰ ਨਾਮਾ, ਤਿੰਨ ਕਰ ਤਨ ਹਰ ਨਾਮ, ਤਨ ਹਰ ਨਾਮਾ, ਕਰ ਬਾਣ ਗਣੀ ਸੇਈ ਹਰ ਸੰਤ ਤੁਮਾਰੇ, ਜਿਨ ਕਰ ਤਨ ਹਰ ਨਾਮ, ਤਨ ਹਰ ਨਾਮਾ, ਜਿਨ ਕਰ ਤਨ ਹਰ ਨਾਮ, ਤਨ ਹਰ ਚਰਨ ਤੂੜ ਮੁਖ
ਕਰਨ ਤੂੜ ਮੁਕਲਾ ਭਾਗ ਠੜੇ ਹਰ ਸੰਤ ਤੁਮਾਰੇ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮ ਤਨ ਹਰ ਨਾਮ ਜਿਨ ਕਰ ਤਨ ਹਰ ਨਾਮ ਤਨ ਹਰ ਨਾਮ ਪਰਮਾਨ ਗਣੀ ਸੇ ਸਫਲ ਤਿਨਾ ਕੇ ਕਾਮ ਸਫਲ ਤਿਨਾ ਕੇ ਕਾਮ ਭਾਗ ਠੜੇ ਹਰ ਸੰਤ ਤੁਮਾਰੇ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮ ਤਨ ਹਰ ਨਾਮ ਜਿਨ ਕਰ ਤਨ ਹਰ ਨਾਮ ਤਨ ਹਰ ਨਾਮ ਤਨ ਹਰ ਨਾਮ ਜਿਨ ਕਰ ਤਨ ਹਰ ਨਾਮ ਤਨ ਹਰ ਨਾਮ ਪਰਮਾਨ ਗਣੀ ਸੇ ਆਏ ਪਰਮਾਨ ਗਣੀ ਸੇ ਆਏ ਸਫਲ ਤਿਨਾ ਕੇ ਕਾਮਾ ਸਫਲ ਤਿਨਾ ਕੇ ਕਾਮ ਭਾਗ ਠੜੇ ਹਰ ਸੰਤ ਤੁਮਾਰੇ ਭਾਗ ਠੜੇ ਹਰ ਸੰਤ ਤੁਮਾਰੇ
ਕਰ ਤਨ ਹਰ ਨਾਮ ਤਨ ਹਰ ਨਾਮ ਤਿੰਨ ਕਰ ਤਨ ਹਰ ਨਾਮ ਤਨ ਹਰ ਨਾਮ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇ ਤੀਰਾ ਤੇ ਸੱਚਾ ਸੁਖ ਸੱਚੀ ਵਡਿਆਈ ਜਿਸ ਕੇ ਸੇ ਤੇ ਨਜ਼ਾਦੇ ਪੱਕਾ ਫੇ ਪ੍ਰਭ ਪਾਸ ਬਿਨੰਤੀ ਤੇਰੇ ਤਨ ਵੇਖਣ ਪਾਵਾ ਤੇਰੇ ਤਨ ਦੇਖਣ ਪਾਵਾ ਤੇਰੇ ਤਨ ਦੇਖਣ ਪਾਵਾ ਤੇਰੇ ਤਨ ਦੇਖਣ ਪਾਗ ਠੜੇ ਭਾਗ ਠੜੇ ਹਰ ਸੰਤ ਤੁਮਾਰੇ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮ ਤਨ ਹਰ ਨਾਮ ਜਿਨ ਕਰ ਤਨ ਹਰ ਨਾਮ ਤਨ ਹਰ ਨਾਮ ਪਰਮਾਨ ਗਣੀ ਸਫਲ ਤਿਨਾ ਕੇ ਕਾਮਾ ਸਫਲ ਤਿਨਾ ਕੇ ਕਾਮ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮ ਤਨ ਹਰ ਨਾਮ ਜਿਨ ਕਰ ਤਨ ਹਰ ਨਾਮ ਤਨ ਹਰ ਨਾਮ ਨਾਨਕ ਦੁਨੀਆ ਕੈਸੀ ਹੋਈ ਦੁਨੀਆ ਕੈਸੀ ਹੋਈ ਨਾਨਕ ਦੁਨੀਆ ਕੈਸੀ ਹੋਈ ਦੁਨੀਆ ਕੈਸੀ ਸਾਲਕ ਮੇਤ ਨਾ ਰਹਿਓ ਕੋਈ ਸਾਲਕ ਮੇਤ ਨਾ ਰਹਿਓ ਕੋਈ ਦੁਨੀਆ ਕੈਸੀ ਹੋਈ ਨਾਨਕ ਦੁਨੀਆ ਕੈਸੀ ਹੋਈ ਦੁਨੀਆ ਕੈਸੀ ਹੋਈ ਨਾਨਕ ਦੁਨੀਆ ਕੈਸੀ ਹੋਈ ਦੁਨੀਆ ਕੈਸੀ ਹੋਈ
ਰੇਤ ਚੁਕਾਇਆ ਦੁਨੀਆ ਕਾਰਨ ਦੀਨ ਗਵਾਇਆ ਪਾਈ ਬੰਦੀ ਰੇਤ ਚੁਕਾਇਆ ਦੁਨੀਆ ਕਾਰਨ ਦੀਨ ਗਵਾਇਆ ਸਾਲਕ ਮੇਤ ਨਾ ਰਹਿਓ ਕੋਈ ਸਾਲਕ ਮੇਤ ਨਾ ਰਹਿਓ ਕੋਈ ਦੁਨੀਆ ਕੈਸੀ ਹੋਈ ਨਾਨਕ ਦੁਨੀਆ ਕੈਸੀ ਹੋਈ ਦੁਨੀਆ ਕੈਸੀ ਹੋਈ ਨਾਨਕ ਦੁਨੀਆ ਕੈਸੀ ਹੋਈ ਦੁਨੀਆ ਕੈਸੀ ਹੋਈ ਪਿਟਨ ਸਿਰ ਕੋ ਹੈ ਨਾ ਲੈਣ ਯਾਰ ਕਰਨ ਸਮਾਏ ਨਾਨਕ ਤਿੰਨ ਬਲਹਾਰੈ ਜਾਏ ਸਾਲਕ ਮੇਤ ਨਾ ਰਹਿਓ ਕੋਈ ਸਾਲਕ ਮੇਤ ਨਾ ਰਹਿਓ ਕੋਈ ਦੁਨੀਆ ਕੈਸੀ ਹੋਈ ਨਾਨਕ ਦੁਨੀਆ ਕੈਸੀ ਹੋਈ ਦੁਨੀਆ ਕੈਸੀ ਹੋਈ ਨਾਨਕ ਦੁਨੀਆ ਕੈਸੀ ਹੋਈ ਦੁਨੀਆ ਕੈਸੀ ਹੋਈ ਸਾਲਕ ਮੇਤ ਨਾ ਰਹਿਓ ਕੋਈ ਸਾਲਕ ਮੇਤ ਨਾ ਰਹਿਓ ਕੋਈ ਦੁਨੀਆ ਕੈਸੀ ਹੋਈ ਨਾਨਕ ਦੁਨੀਆ ਕੈਸੀ ਹੋਈ ਦੁਨੀਆ ਕੈਸੀ ਹੋਈ ਨਾਨਕ ਦੁਨੀਆ ਕੈਸੀ ਹੋਈ ਦੁਨੀਆ ਕੈਸੀ ਹੋਈ ਦੁਨੀਆ ਕੈਸੀ ਹੋਈ ਦੁਨੀਆ ਕੈਸੀ ਹੋਈ ਕੋਟਾਨ ਕੋਟਾਨ ਸ਼ੁਕਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਆਪ ਸਾਰੀਆਂ ਸੰਗਤਾਂ ਦਾ ਮਹਾਂਪੁਰਸ਼ ਰਬੀਰੋ ਬਾਬਾ ਜੈ ਸਿੰਘ ਜੀ ਜਿਨ੍ਹਾਂ ਦੇ ਦੁਸ਼ਹਿਰੇ ਦੇ ਵਿੱਚ ਆਪਾਂ ਸਾਰੇ ਹਾਜ਼ਰੀਆਂ ਭਰ ਰਹੇ ਹਾਂ ਪਰਉਪਕਾਰੀ ਮਹਾਂਪੁਰਸ਼ ਨਾਮ ਦੇ ਧਨੀ ਸੋ ਸਾਡੇ ਵੱਡੇ ਭਾਗ ਹਨ ਅਤਿ ਸਤਿਕਾਰਯੋਗ ਭਾਈ ਪਰਮਜੀਤ ਸਿੰਘ ਜੀ ਆਸਟ੍ਰੇਲੀਆ ਵਾਲੇ ਜਿਨ੍ਹਾਂ ਨੇ ਆਪ ਸਿੱਖ ਸੰਗਤਾਂ ਦੇ ਦਰਸ਼ਨ ਕਰਵਾਏ ਜਿਨ੍ਹਾਂ ਦਾ ਮਹਾਂਪੁਰਸ਼ਾਂ ਦੇ ਨਾਲ ਥਾਹ ਪ੍ਰੇਮ ਹੈ ਥਾਹ ਪਿਆਰ ਹੈ ਹੁਕਮ ਕੀਤਾ ਸੀ ਆਪ ਜੀ ਨੇ ਹਾਜ਼ਰੀ ਭਰਨੀ ਹੈ ਸੋ ਸਾਰੀਆਂ ਸੰਗਤਾਂ ਨੇ ਇਤਨੀਆਂ ਕੁ ਹਾਜ਼ਰੀਆਂ ਦਾਸਰਿਆਂ ਦੀਆਂ ਪ੍ਰਵਾਨ ਕਰਨੀਆਂ ਭੁੱਲਾਂ ਦੀਆਂ ਖਿਮਾ ਅਤਿ ਸਤਿਕਾਰਯੋਗ ਜੀ ਮੇਰੇ ਵੀਰ ਸ਼ਕਤੀ ਸਾਹਿਬਾਨ ਧੰਨਵਾਦ ਸਾਰੀਆਂ ਸੰਗਤਾਂ ਦਾ ਭੁੱਲਾਂ ਦੀ ਖਿਮਾ ਅਗਲਾ ਪ੍ਰੋਗਰਾਮ ਸਰਵਣ ਕਰੀਏ ਫਤਿਹ ਬੁਲਾਵਾ ਖੋਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਹਾਰਦਿਕ ਧੰਨਵਾਦ ਹੈ ਪੰਥ ਪ੍ਰਸਿੱਧ ਰਾਗੀ ਜਥਾ ਗਿਆਨੀ ਅਵਤਾਰ ਸਿੰਘ ਜੀ ਬੁੱਟਰ ਸ੍ਰੀ ਬਾਬਾ ਬਕਾਲਾ ਸਾਹਿਬ ਵਾਲੇ ਜਿਨ੍ਹਾਂ ਨੇ ਆਪ ਜੀਆਂ ਨੂੰ ਗੁਰਬਾਣੀ ਦੇ ਇਲਾਹੀ ਕੀਰਤਨ ਦੁਆਰਾ ਨਿਹਾਲ ਕੀਤਾ ਹੈ ਗੁਰੂ ਪਿਆਰੀ ਸਾਧ ਸੰਗਤ ਜੀਓ
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਸੇਵਕਾਂ ਦੇ ਜੀਵਨ ਦੇ ਪਰਥਾਏ, ਸੰਤਾਂ ਮਹਾਂਪੁਰਖਾਂ ਦੀ ਮਹਾਨ ਘਾਲਣਾ ਦੇ ਪਰਥਾਏ ਬੇਅੰਤ ਬਚਨ ਸਾਡੀ ਝੋਲੀ ਦੇ ਵਿੱਚ ਪਾਏ ਨੇ। ਸਤਿਗੁਰੂ ਮਹਾਰਾਜ ਗੱਗੇ ਅੱਖਰ ਦੇ ਰਾਹੀਂ ਕਿਰਪਾ ਕਰਦੇ ਨੇ, ਘੱਗੈ ਘਾਲ ਸੇਵਕ ਜੇ ਘਾਲੈ, ਸ਼ਬਦ ਗੁਰੂ ਕੈ ਲਾਗ ਰਹੈ, ਬੁਰਾ ਭਲਾ ਜੇ ਸਮ ਕਰ ਜਾਣੈ, ਇਨ ਬਿਦ ਸਾਹਿਬ ਰਮਤ ਰਹੇ। ਕਿ ਜੇ ਕੋਈ ਗੁਰੂ ਦਾ ਪਿਆਰਾ ਸੇਵਕ ਆਪਣੇ ਸਾਰੇ ਜੀਵਨ ਦੇ ਵਿੱਚ ਆਪਣਾ ਮਨ ਆਪਣੀ ਸੁਰਤ ਨੂੰ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਜੋੜ ਕੇ ਘਾਲਣਾ ਘਾਲ ਕੇ ਆਪਣੇ ਜੀਵਨ ਨੂੰ ਬਸਰ ਕਰਦਾ ਹੈ, ਸਾਰੇ ਜੀਵਨ ਦੇ ਵਿੱਚ ਦੁੱਖਾਂ ਅਤੇ ਸੁੱਖਾਂ ਦੇ ਵਿੱਚ ਇੱਕੋ ਜਿਹਾ ਰਹਿ ਕੇ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਦਾ ਹੈ, ਮਹਾਰਾਜ ਕਹਿੰਦੇ ਨੇ ਉਹ ਸੇਵਕ ਦੀ ਘਾਲਣਾ ਉਹਦੇ ਦਰ 'ਤੇ ਪ੍ਰਵਾਨ ਹੋ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਦਾ ਇੱਕ ਬੋਲ ਹੈ, ਮਾਨ ਮੋਹ ਅਰ ਲੋਭ ਵਿਕਾਰਾ ਬੀਓ ਚੀਤ ਨਾ ਘਾਲਿਓ, ਨਾਮ ਰਤਨ ਗੁਣਾ ਹਰ ਬਣਜੇ ਲਾਦ ਵੱਖਰ ਲੈ ਚਾਲਿਓ, ਸੇਵਕ ਕੀ ਓੜਕ ਨਿਭਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ, ਜੋ ਜੋ ਆਗਿਆ ਕਿੰਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ ਉੱਠ ਵਾਹੂ ਕੋ ਦੌਰਿਓ, ਆਗਿਆ ਮੈਂ ਭੂਖ ਸੋਈ ਕਰ ਸੂਖਾ ਸੋਗ ਹਰਖ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੇ ਲੈ ਮਾਨਿਓ, ਭਇਓ ਕਿਰਪਾਲ ਠਾਕੁਰ ਸੇਵਕ ਕਹੋ ਸਵਰੇ ਹਲਤ ਪਲਾਤਾ, ਧਨ ਸੇਵਕ ਸਫਲ ਉਹ ਆਇਆ ਜਿਨ ਨਾਨਕ ਹੁਕਮ ਪਛਾਤਾ। ਮੈਂ ਆਪ ਜੀ ਦੇ ਨਾਲ ਗੁਰਮੁਖੋ ਸ਼ਬਦਾਂ ਦੇ ਅਰਥ ਨਾ ਕਰਾਂ, ਮਹਾਂਪੁਰਖ ਸੰਤ ਬਾਬਾ ਅਜਾਇਬ ਸਿੰਘ ਜੀ ਮੱਖਣ ਮਿੱਡੀ ਵਾਲੇ ਜਿਨ੍ਹਾਂ ਨੇ ਆਪਣੀ ਸਾਰੀ ਹਯਾਤੀ ਦੇ ਵਿੱਚ ਸਤਿਗੁਰੂ ਮਹਾਰਾਜ ਦੇ ਇਹਨਾਂ ਪਾਵਨ ਬਚਨਾਂ ਨੂੰ ਕਮਾ ਕੇ ਗੁਰੂ ਘਰ ਦੀਆਂ ਰਹਿਮਤਾਂ ਪ੍ਰਾਪਤ ਕੀਤੀਆਂ। ਮੈਂ ਅਕਸਰ ਬੇਨਤੀ ਕਰਾਂ ਗੁਰਮੁਖੋ, ਆਪਣੇ ਘਰ ਬਣਾਉਣ ਵਾਸਤੇ ਸਾਰੀ ਜ਼ਿੰਦਗੀ ਆਪਾਂ ਯਤਨ ਕਰਦੇ ਹਾਂ, ਪਰ ਮਹਾਂਪੁਰਖਾਂ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਸਤਿਗੁਰੂ ਨੇ ਇਹ ਸੁਭਾਗ ਬਖਸ਼ਿਸ਼ ਕੀਤਾ ਹੈ ਕਿ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਗੁਰੂ ਘਰਾਂ ਦੇ ਨਿਰਮਾਣ ਵਾਸਤੇ ਕਾਰ ਸੇਵਾ ਨੂੰ ਸਮਰਪਿਤ ਹੋ ਕੇ ਗੁਜ਼ਾਰੀ ਹੈ। ਅੱਜ ਮਹਾਂਪੁਰਖਾਂ ਦੇ ਦੁਸਹਿਰੇ ਦੇ ਸਮਾਗਮ ਦੇ ਵਿੱਚ ਆਪ ਜੀ ਵੱਡੀ ਗਿਣਤੀ ਵਿੱਚ ਹਾਜ਼ਰੀ ਭਰ ਰਹੇ ਹੋ, ਇਹ ਮਹਾਂਪੁਰਖਾਂ ਦੀ ਘਾਲਣਾ ਦਾ ਪ੍ਰਤੱਖ ਸਬੂਤ ਹੈ। ਅੱਜ ਦੇ ਸਮਾਗਮਾਂ ਦੇ ਵਿੱਚ ਬਾਬਾ ਸੁੱਚਾ ਸਿੰਘ ਜੀ ਮੁੱਖ ਸੇਵਾਦਾਰ ਕਿਲ੍ਹਾ ਆਨੰਦਗੜ੍ਹ ਸਾਹਿਬ ਵਾਲੇ, ਉਹਨਾਂ ਦੇ ਵੱਲੋਂ ਡਾਕਟਰ ਸੁਖਚੈਨ ਸਿੰਘ ਜੀ ਕਿਲ੍ਹਾ ਆਨੰਦਗੜ੍ਹ ਸਾਹਿਬ ਵਾਲੇ ਹਾਜ਼ਰੀ ਲਵਾ ਰਹੇ ਨੇ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ। ਮਹਾਂਪੁਰਖ ਬਾਬਾ ਸਤਨਾਮ ਸਿੰਘ ਜੀ ਮੁਖੀ ਕਾਰ ਸੇਵਾ ਗੁਰੂ ਕੇ ਬਾਗ, ਉਹ ਹਾਜ਼ਰੀ ਲਵਾ ਰਹੇ ਨੇ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ। ਮਹਾਂਪੁਰਖ ਸੰਤ ਬਾਬਾ ਜੋਗਾ ਸਿੰਘ ਜੀ ਮੁਖੀ ਤਰਨਾ ਦਲ ਸ੍ਰੀ ਬਾਬਾ ਬਕਾਲਾ ਸਾਹਿਬ ਵਾਲੇ, ਉਹਨਾਂ ਦੇ ਵੱਲੋਂ ਬਾਬਾ ਮਹਾਂਕਾਲ ਸਿੰਘ ਜੀ ਤਰਨਾ ਦਲ ਵਾਲੇ ਹਾਜ਼ਰੀ ਲਵਾ ਰਹੇ ਨੇ, ਉਹਨਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਹੈ। ਸਾਡੇ ਪਾਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਹਜ਼ੂਰੀ ਰਾਗੀ ਜੱਥਾ ਗਿਆਨੀ ਕੁਲਦੀਪ ਸਿੰਘ ਜੀ ਪਹੁੰਚੇ ਨੇ, ਤਹਿ ਦਿਲੋਂ ਧੰਨਵਾਦ ਹੈ। ਅੱਧੇ ਘੰਟੇ ਵਾਸਤੇ ਆਪ ਜੀ ਨੂੰ ਗੁਰਬਾਣੀ ਦੇ ਇਲਾਹੀ ਕੀਰਤਨ ਦੁਆਰਾ ਨਿਹਾਲ ਕਰਨਗੇ। ਸਾਰੀ ਸੰਗਤ ਨੇ ਇਸੇ ਤਰ੍ਹਾਂ ਪਿਆਰ ਸਤਿਕਾਰ ਦੇ ਨਾਲ ਜੁੜ ਕੇ ਹਾਜ਼ਰੀਆਂ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ 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 ਹਮਰਾ ਤਨ ਮਾਧੁ ਗੋਬਿੰਦ ਧਰਣੀ ਧਰ ਹਮਰਾ ਤਨ ਮਾਧੁ ਗੋਬਿੰਦ ਧਰਣੀ ਧਰ ਇਹ ਸਾਰ ਧਨ ਕਹੀਏ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਹੀਐ ਸੋ ਸੁਖ ਰਾਜ ਨਾ ਲਹੀਐ ਅੰਤਰ ਜਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੀ ਤੁਰਾ ਦਾਨ ਦੇ ਸਾਧੂ ਕੀ ਤੁਰਾ ਆਨੰਦ ਗੁਣ ਨਿਧਾਨ ਗੁਰੂ ਗਰੀਬਨ ਵਾਰ ਗਰੀਬਨ ਵਾਰ ਗਰੀਬਨ ਵਾਰ ਹਰ ਹਰ ਜਨ ਦੋਏ ਏਕ ਹੈ 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 ਬਿਬ ਵਿਚਾਰ ਕਛ ਨਾਏ ਬਿਬ ਵਿਚਾਰ ਕਛ ਨਾਏ ਹਰ ਹਰ ਜਨ ਦੋਏ ਏਕ ਹੈ ਹਰ ਹਰ ਜਨ ਦੋਏ ਏਕ ਹੈ ਹਰ ਹਰ ਜਨ ਦੋਏਕ ਹੈ ਹਰ ਹਰ ਜਨ ਦੋਏਕ
ਹੈ ਹਰ ਹਰ ਜਨ ਦੋਇ ਏਕ ਹੈ ਬਿਬ ਵਿਚਰ ਕਛ ਨਾਹੀ ਬਿਬ ਵਿਚਰ ਕਛ ਨਾਹੀ ਹਰ ਹਰ ਜਨ ਦੋਇ ਏਕ ਹੈ ਹਰ ਹਰ ਜਨ ਦੋਇ ਏਕ ਹੈ ਜਲ ਤੇ ਉਪਜ ਤਰੰਗ ਜਿਉ ਜਲ ਤੇ ਉਪਜ ਤਰੰਗ ਜਿਉ ਜਲ ਕੀ ਬਿਖੈ ਸਮਾਏ ਜਲ ਕੀ ਬਿਖੈ ਸਮਾਏ ਹਰ ਹਰ ਜਨ ਦੋਇ ਏਕ ਹੈ ਹਰ ਹਰ ਜਨ ਦੋਇ ਏਕ ਹੈ ਬਿਬ ਵਿਚਾਰ ਕਛ ਨਾਹੀ ਬਿਬ ਵਿਚਾਰ ਕਛ ਨਾਹੀ ਹਰ ਹਰ ਜਨ ਦੋਇ ਏਕ ਹੈ ਹਰ ਹਰ ਜਨ ਦੋਇ ਏਕ ਹੈ ਹਰ ਹਰ ਜਨ ਦੋਇ ਹਰ ਹਰ ਜਨ ਦੋਇ ਹਰ ਹਰ ਜਨ ਦੋਇ ਏਕ ਏਕ ਰਾਮ ਕਹਿ ਛੁਟਿਆ ਹਮ ਤਾ 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 ਏਕ ਰਾਮ ਕਹਿ ਛੁਟਿਆ ਕਹਿ ਰਵਿਦਾਸ ਸਭੈ ਜਗ ਲੁਟਿਆ ਕਹਿ ਰਵਿਦਾਸ ਸਭੈ ਜਗ ਲੁਟਿਆ ਹਮ ਤਾ
एक राम कह छुटिया हम तो एक राम कह छुटिया कह रविदास सबे जग लुटिया कह रविदास सबे जग लुटिया हम तो एक राम कह छुटिया हम तो एक राम कह छुटिया के मंदर साल रसोई एक घरी फोन रहन न होई ऊचे मल साल रसोई एक घरी फन रहन न होई एक घरी फन रहन न होई एक घरी फन रहन न होई हम तो एक राम कह छुटिया हम तो एक राम कह छुटिया कह रविदास सबे जग लुटिया कह रविदास सबे जग लुटिया हम तो एक राम कह छुटिया हम तो एक राम कह छुटिया के मंदर साल रसोई एक घरी फन रहन न होई
ਉੱਚੇ ਮੰਦਰ ਸਾਲ ਰਸੋਈ ਇੱਕ ਘਰੀ ਫਨ ਰਹਿਣ ਨਾ ਹੋਈ ਇੱਕ ਘਰੀ ਫਨ ਰਹਿਣ ਨਾ ਹੋਈ ਇੱਕ ਘਰੀ ਫਨ ਰਹਿਣ ਨਾ ਹੋਈ ਹਮ ਇੱਕ ਰਾਮ ਕਹਿ ਛੁਟਿਆ ਹਮ ਇੱਕ ਰਾਮ ਕਹਿ ਛੁਟਿਆ ਕਹਿ ਰਵਿਦਾਸ ਸਭੇ ਜਗ ਲੁਟਿਆ ਕਹਿ ਰਵਿਦਾਸ ਸਭੇ ਜਗ ਲੁਟਿਆ ਹਮ ਇੱਕ ਰਾਮ ਕਹਿ ਛੁਟਿਆ ਹਮ ਇੱਕ ਰਾਮ ਕਹਿ ਛੁਟਿਆ ਤਨ ਐਸਾ ਜਿਸ ਕਾਸ ਕੀ ਡਾਟੀ ਜਲ ਗਏ ਓ ਕਾਸ ਰਲ ਗਏ ਓ ਮਾਟੀ ਤਨ ਐਸਾ ਜਿਸ ਕਾਸ ਕੀ ਡਾਟੀ ਜਲ ਗਏ ਓ ਕਾਸ ਰਲ ਗਏ ਓ ਮਾਟੀ ਜਲ ਗਏ ਓ ਕਾਸ ਰਲ ਗਏ ਓ ਮਾਟੀ ਜਲ ਗਏ ਓ ਕਾਸ ਰਲ ਗਏ ਓ ਮਾਟੀ ਹਮ ਇੱਕ ਰਾਮ ਕਹਿ ਛੁਟਿਆ ਹਮ ਇੱਕ ਰਾਮ ਕਹਿ ਛੁਟਿਆ ਕਹਿ ਰਵਿਦਾਸ ਸਭੇ ਜਗ ਲੁਟਿਆ ਕਹਿ ਰਵਿਦਾਸ ਸਭੇ ਜਗ ਲੁਟਿਆ ਹਮ ਇੱਕ ਰਾਮ ਕਹਿ ਛੁਟਿਆ ਹਮ ਇੱਕ ਰਾਮ ਕਹਿ ਛੁਟਿਆ ਆਈ ਬੰਦ ਉਟੰਬ ਸੰਘੇਰਾ ਓਏ ਪੀਲਾ ਗੇ ਕਾਢ ਸਵੇਰਾ ਆਈ ਬੰਦ
ਕੰਬ ਸਵੇਰਾ ਓਏ ਪੀਲਾ ਗੇ ਕਾਢ ਸਵੇਰਾ ਓਏ ਪੀਲਾ ਗੇ ਕਾਢ ਸਵੇਰਾ ਓਏ ਪੀਲਾ ਗੇ ਕਾਢ ਸਵੇਰਾ ਹਮ ਤਾਂ ਏਕ ਰਾਮ ਕਹਿ ਛੁਟਿਆ ਹਮ ਤਾਂ ਏਕ ਰਾਮ ਕਹਿ ਛੁਟਿਆ ਕਹਿ ਰਵਿਦਾਸ ਸਭੇ ਜਗ ਲੁਟਿਆ ਕਹਿ ਰਵਿਦਾਸ ਸਭੇ ਜਗ ਲੁਟਿਆ ਹਮ ਤਾਂ ਏਕ ਰਾਮ ਕਹਿ ਛੁਟਿਆ ਹਮ ਤਾਂ ਏਕ ਰਾਮ ਕਹਿ ਛੁਟਿਆ ਹਰ ਕੀ ਲਾਰ ਉਰੇ ਤਨ ਲਾਗੀ ਉਹ ਤੋ ਭੂਤ ਭੂਤ ਕਰ ਭਾਗੇ ਹਰ ਕੀ ਲਾਰ ਉਰੇ ਤਨ ਲਾਗੀ ਉਹ ਤਾਂ ਭੂਤ ਭੂਤ ਕਰ ਭਾਗੇ ਉਹ ਤਾਂ ਭੂਤ ਭੂਤ ਕਰ ਭਾਗੇ ਉਹ ਤਾਂ ਭੂਤ ਭੂਤ ਕਰ ਭਾਗੇ ਹਮ ਤਾਂ ਏਕ ਰਾਮ ਕਹਿ ਛੁਟਿਆ ਹਮ ਤਾਂ ਏਕ ਰਾਮ ਕਹਿ ਛੁਟਿਆ ਕਹਿ ਰਵਿਦਾਸ ਸਭੇ ਜਗ ਲੁਟਿਆ ਕਹਿ ਰਵਿਦਾਸ ਸਭੇ ਜਗ ਲੁਟਿਆ ਹਮ ਤਾਂ ਏਕ ਰਾਮ ਕਹਿ ਛੁਟਿਆ ਕਹਿ ਛੁਟਿਆ ਏਕ ਰਾਮ ਕਹਿ ਛੁਟਿਆ ਏਕ ਰਾਮ ਕਹਿ ਛੁਟਿਆ ਹਮ ਤਾਂ ਏਕ ਰਾਮ ਕਹਿ ਛੁਟਿਆ ਹਮ ਤਾਂ ਏਕ ਰਾਮ ਕਹਿ ਛੁਟਿਆ
ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤੇਰਾ ਸਫਲਿਓ ਸਤਿਗੁਰ ਸੇਵਿਓ ਤਨ ਜਨਮ ਪਰਵਾਨ ਸਫਲਿਓ ਸਤਿਗੁਰ ਸੇਵਿਓ ਤਨ ਜਨਮ ਪਰਵਾਨ ਸਫਲਿਓ ਸਤਿਗੁਰ ਸੇਵਿਓ ਧਨ ਜਨਮ ਪਰਵਾਨ 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 ਸਫਲਿਓ ਸਤਿਗੁਰ ਸੇਵਿਓ ਧਨ ਜਨਮ ਪਰਵਾਨ ਸਫਲਿਓ ਸਤਿਗੁਰ ਸੇਵਿਆ ਧਨ ਜਨਮ ਪਰਵਾਨ 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 ਸਫਲਿਓ ਸਤਿਗੁਰ ਸੇਵਿਆ ਧਨ ਜਨਮ ਪਰਵਾਨ ਸਫਲਿਓ ਸਤਿਗੁਰ ਸੇਵਿਆ ਧਨ ਜਨਮ ਪਰਵਾਨ ਸਤਿਗੁਰ ਜੀਵ ਦਿਆ ਮੋਇਆ ਨਾ ਵਿਸਰੇ ਜਿੰਨਾ ਸਤਿਗੁਰ ਜੀਵ ਦਿਆ ਮੋਇਆ ਨਾ ਵਿਸਰੇ ਸੇਈ ਪੁਰਖ ਸੁਜਾਣੇ ਸੇਈ ਪੁਰਖ ਸੁਦਾਨ ਧਨ ਜਨਮ ਪਰਵਾਨ ਧਨ ਜਨਮ ਪਰਵਾਨ ਧਨ ਜਨਮ ਪਰਵਾਨ ਧਨ ਜਨਮ ਪਰਵਾਨ ਸਫਲਿਓ ਸਤਿਗੁਰ ਸੇਵਿਆ ਧਨ ਜਨਮ ਪਰਵਾਨ
ਸਫਲਿਓ ਸਤਿਗੁਰ ਸੇਵਿਆ ਧਨ ਜਨਮ ਪਰਵਾਣ 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 ਸਫਲਿਓ ਸਤਿਗੁਰ ਸੇਵਿਆ ਧਨ ਜਨਮ ਪਰਵਾਣ ਸਫਲਿਓ ਸਤਿਗੁਰ ਸੇਵਿਆ ਧਨ ਜਨਮ ਪਰਵਾਣ
ਨਾਨਕ ਮੂਹੇ ਨਯਾ ਆਖੀਏ, ਨਾਨਕ ਮੂਹੇ ਨਯਾ ਆਖੀਏ, ਜੇ ਗੁਰ ਕੈ ਸ਼ਬਦ ਸਮਾਏ। ਨਾਨਕ ਮੂਹੇ ਨਾ ਆਖੀਏ, ਨਾਨਕ ਮੂਹੇ ਨਾ ਆਖੀਏ, ਜੇ ਗੁਰ ਕੈ ਸ਼ਬਦ ਸਮਾਗੇ, ਆ ਨਾਨਕ ਮੂਹੇ ਨਾ ਆਖੀਏ, ਜੇ ਗੁਰ ਕੇ ਸ਼ਬਦ ਸਮਾਗੇ, ਜੇ ਗੁਰ ਕੇ ਸ਼ਬਦ ਸਮਾਗੇ। ਨਾਨਕ ਮੂਹੇ ਨਾ ਆਖੀਏ, ਨਾਨਕ ਮੂਹੇ ਨਾ ਆਖੀਏ, ਜੇ ਗੁਰ ਕੇ ਸ਼ਬਦ ਸਮਾਏ। ਜੇ ਗੁਰ ਕੈ ਸ਼ਬਦ ਸਮਾਹੇ, 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 ਜੇ ਗੁਰ ਕੈ ਸ਼ਬਦ ਸਮਾਹੇ। ਸਫਲਿਓ ਸਤਿਗੁਰ ਸੇਵਿਆ, ਧਨ ਜਨਮ ਪਰਵਾਣ, ਸਫਲਿਓ ਸਤਿਗੁਰ ਸੇਵਿਆ, ਧਨ ਜਨਮ ਪਰਵਾਣ, ਧਨ ਜਨਮ ਪਰਵਾਣ, ਧਨ ਜਨਮ ਪਰਵਾਣ, ਧਨ ਜਨਮ ਪਰਵਾਣ, ਧਨ ਜਨਮ ਪਰਵਾਣ। ਸਫਲਿਓ ਸਤਿਗੁਰ ਸੇਵਿਆ, ਧਨ ਜਨਮ ਪਰਵਾਣ, ਸਫਲਿਓ ਸਤਿਗੁਰ ਸੇਵਿਆ, ਧਨ ਜਨਮ ਪਰਵਾਣ। ਬੋਲੀ ਉਧਾਰਿਆ ਆਪਣਾ, ਬੋਲੀ ਉਧਾਰਿਆ ਆਪਣਾ, ਸੋ ਜਨ ਹੋਵੇ ਪਰਵਾਣ, 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 ਸੋ ਜਨ ਹੋਵੇ ਪਰਵਾਣ। ਸਫਲਿਓ ਸਤਿਗੁਰ ਸੇਵਿਆ, ਧਨ ਜਨਮ ਪਰਵਾਣ, ਧਨ ਜਨਮ ਪਰਵਾਣ, ਸਫਲਿਓ ਸਤਿਗੁਰ। ਆ
ਧਨ ਜਨਮ ਪਰਵਾਣ ਸਫਲ ਸਤਿਗੁਰ ਸੇਵਿਆ ਧਨ ਜਨਮ ਪਰਵਾਣ ਧਨ ਜਨਮ ਪਰਵਾਣ ਧਨ ਜਨਮ ਪਰਵਾਣ ਦੇਹੀ ਮਾਟੀ ਬੋਲੇ ਪਾਉ ਦੇਹੀ ਮਾਟੀ ਬੋਲੇ ਪਾਉ ਬੁਜਰੇ ਗਿਆਨੇ ਮੂਆ ਹੈ ਕੌਣ ਦੇਹੀ ਮਾਟੀ ਬੋਲੇ ਪਾਉ ਦੇਹੀ ਮਾਟੀ ਬੋਲੇ ਪਾਉ ਬੁਜਰੇ ਗਿਆਨੇ ਬੁਜਰੇ ਗਿਆਨੇ ਮੂਆ ਹੈ ਕੌਣ ਦੇਹੀ ਮਾਟੀ ਬੋਲੇ ਪਾਉ ਦੇਹੀ ਮਾਟੀ ਬੋਲੇ ਪਾਉ ਅਗਨੀ ਕਾ ਮੇਲ ਪਾਉਣੇ ਪਾਣੀ ਅਗਨੀ ਕਾ ਮੇਲ ਚੰਚਲ ਚਪਲ ਬੁੱਧ ਕਾ ਖੇਲ ਨਾਉ ਦਰਵਾਜੇ ਦਸਵਾਂ ਦੁਆਰ ਨਾਉ ਦਰਵਾਜੇ ਦਸਵਾਂ ਦੁਆਰ ਬੁਜਰੇ ਗਿਆਨੇ ਇਹੋ ਵਿਚਾਰ ਬੁਜਰੇ ਗਿਆਨੇ ਇਹੋ ਵਿਚਾਰ ਦੇਹੀ ਮਾਟੀ ਬੋਲੇ ਪਾਉ ਦੇਹੀ ਮਾਟੀ ਬੋਲੇ ਪਾਉ ਬੁਜਰੇ ਗਿਆਨੀ ਬੁਜਰੇ ਗਿਆਨੀ ਬੁਜਰੇ ਗਿਆਨੀ ਮੂਆ ਹੈ ਕੌਣ ਦੇਹੀ ਮਾਟੀ ਬੋਲੇ ਪਾਉ ਦੇਹੀ ਮਾਟੀ ਕਥਤਾ ਬਕਤਾ ਸੁਣਤਾ ਸੋਈ ਕਥਤਾ ਬਕਤਾ ਸੁਣਤਾ ਸੋਈ ਆਪ ਵਿਚਾਰੇ ਸੋ ਗਿਆਨੀ ਹੋਈ
ਸੁਗਿਆਨੀ ਹੋਈ ਆਪ ਵਿਚਾਰੇ ਸੁਗਿਆਨੀ ਹੋਈ ਆਪ ਵਿਚਾਰੇ ਸੁਗਿਆਨੀ ਹੋਈ ਦੇਹੀ ਮਾਟੀ ਬੋਲੇ ਪਾਂ ਦੇਹੀ ਮਾਟੀ ਬੋਲੇ ਪੂਈ ਸੁਰਤ ਬਾਦ ਅਹੰਕਾਰ ਮੂਈ ਸੁਰਤ ਬਾਦ ਅਹੰਕਾਰ ਉਹਦਾ ਮੂਆ ਜੋ ਦੇਖਣ ਹਾਰ ਜੈਕਰ ਤਟ ਤੀਰਥ ਜਾਗੀ ਜੈਕਰ ਤਟ ਤੀਰਥ ਜਾਗੀ ਰਤਨ ਪਦਾਰਥ ਕੱਟ ਗਈ ਮਗੀ ਪੜ ਪਟ ਬੰਦਿਤ ਬਾਦ ਬਖਾਣੇ ਪੀਤਰ ਗੋਦੀ ਵਸਤ ਨਾ ਜਾਣੇ ਹੋ ਨਾ ਮੂਆ ਮੇਰੀ ਮੂਈ ਬਲਾ ਓਹ ਨਾ ਮੂਆ ਜੋ ਰਗਿਆ ਸਮਾਏ ਕਹੋ ਨਾਨਕ ਗੁਰ ਬ੍ਰਹਮ ਦਿਖਾਇਆ ਮਰਤਾ ਜਾਤਾ ਮਰਤਾ ਜਾਤਾ ਨਦਰ ਨਾ ਆਇਆ ਕਹੋ ਨਾਨਕ ਗੁਰ ਬ੍ਰਹਮ ਦਿਖਾਇਆ ਕਹੋ ਨਾਨਕ ਗੁਰ ਬ੍ਰਹਮ ਦਿਖਾਇਆ ਮਰਤਾ ਜਾਤਾ ਨਦਰ ਨਾ ਆਇਆ ਮਰਤਾ ਜਾਤਾ ਨਦਰ ਨਾ ਆਇਆ ਦੇਹੀ ਮਾਟੀ ਬੋਲੇ ਪਾਂ ਦੇਹੀ ਮਾਟੀ ਬੋਲੇ ਪਾਂ ਬੋਜਰੇ ਗਿਆਨੀ ਬੋਜਰੇ ਗਿਆਨੀ ਬੋਜਰੇ ਗਿਆਨੀ ਮੂਆ ਹੈ ਕੌਣ ਦੇਹੀ ਮਾਟੀ ਬੋਲੇ ਪਾਂ ਦੇਹੀ ਮਾਟੀ
ਲੈ ਪਾਉਣ, ਦੇਹੀ ਮਾਟੀ ਬੋਲੇ ਪਾਉਣ, ਬੋਲੇ ਪਾਉਣ, ਬੋਲੇ ਪਾਉਣ, ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੂ ਵਿਚਾਰਾ, ਇਹ ਤਾਂ ਚਲਤ ਭਇਆ। ਗੁਰੂ ਰੂਪ ਸਾਧ ਸੰਗਤ ਦਿੱਤੇ ਹੋਏ ਸਮੇਂ ਦੀ ਸਮਾਪਤੀ ਕੀਰਤਨ ਕਰਦੇ ਹਾਂ, ਬੇਨਤੀ ਫੁੱਲਾਂ ਹੋ ਜਾਂਦੀਆਂ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ, ਗੁਰੂ ਰੂਪ ਸਾਧ ਸੰਗਤ ਬਖਸ਼ਣ ਜੋਗੇ। ਆਓ ਅਗਲਾ ਜੋ ਪ੍ਰੋਗਰਾਮ ਹੈ ਸਰਵਣ ਕਰੀਏ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਰਵਣ ਕਰ ਰਹੇ ਸੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਹਜ਼ੂਰੀ ਰਾਗੀ ਜੱਥਾ ਭਾਈ ਕੁਲਦੀਪ ਸਿੰਘ ਅਤੇ ਉਹਨਾਂ ਦੇ ਸਾਥੀ, ਜਿਨ੍ਹਾਂ ਨੇ ਆਪ ਜੀ ਨੂੰ ਗੁਰਬਾਣੀ ਦੇ ਇਲਾਹੀ ਕੀਰਤਨ ਦੁਆਰਾ ਨਿਹਾਲ ਕੀਤਾ ਹੈ। ਮਹਾਂਪੁਰਖਾਂ ਦੇ ਅਰਦਾਸ ਸਮਾਗਮ ਦੇ ਵਿੱਚ ਅੱਜ ਵਿਸ਼ੇਸ਼ ਤੌਰ 'ਤੇ ਪੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸਥਾਨ ਗੁਰਦੁਆਰਾ ਗੁਰੂ ਕਬੀਰ ਸਾਹਿਬ ਤੋਂ ਮਹਾਂਪੁਰਖ ਸੰਤ ਬਾਬਾ ਸੱਜਣ ਸਿੰਘ ਜੀ ਪਹੁੰਚੇ ਨੇ, ਤਹਿ ਦਿਲੋਂ ਧੰਨਵਾਦ ਹੈ। ਕਾਰ ਸੇਵਾ ਡੇਰਾ ਬੁਰਜ ਸਾਹਿਬ ਤੋਂ ਬਾਬਾ ਜੋਗਾ ਸਿੰਘ ਜੀ ਹਾਜ਼ਰੀ ਲਵਾ ਰਹੇ ਨੇ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ। ਬਾਬਾ ਸਤਨਾਮ ਸਿੰਘ ਜੀ ਮੁਖੀ ਕਾਰ ਸੇਵਾ ਗੁਰੂ ਕਾ ਬਾਗ ਹਾਜ਼ਰੀ ਲਵਾ ਰਹੇ ਨੇ, ਮਹਾਂਪੁਰਖਾਂ ਦਾ ਤਹਿ ਦਿਲੋਂ ਧੰਨਵਾਦ ਹੈ। ਬਾਬਾ ਕੁਲਬੀਰ ਸਿੰਘ ਜੀ ਗੁਰੂ ਕੇ ਬਾਗ ਤੋਂ ਹਾਜ਼ਰੀ ਭਰ ਰਹੇ ਨੇ, ਉਹਨਾਂ ਦਾ ਧੰਨਵਾਦ ਹੈ। ਬਾਬਾ ਚਰਨ ਸਿੰਘ ਜੀ ਗੁਰੂ ਕੇ ਬਾਗ ਤੋਂ ਹਾਜ਼ਰ ਹੋਏ ਨੇ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ। ਮਹੰਤ ਜਸਬੀਰ ਸਿੰਘ ਜੀ ਹਰਿਦੁਆਰ ਤੋਂ ਪਹੁੰਚੇ ਨੇ, ਤਹਿ ਦਿਲੋਂ ਧੰਨਵਾਦ ਹੈ। ਬਾਬਾ ਦੀਦਾਰ ਸਿੰਘ ਜੀ ਭੂਰੀ ਵਾਲੇ ਖੁਜਾਲੇ ਤੋਂ ਪਹੁੰਚੇ ਨੇ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ। ਭਾਈ ਗੁਰਪ੍ਰੀਤ ਸਿੰਘ ਜੀ ਖਡੂਰ ਸਾਹਿਬ, ਉਹਨਾਂ ਵੱਲੋਂ ਭਾਈ ਸੇਵਾ ਸਿੰਘ ਜੀ ਹਾਜ਼ਰ ਹੋਏ ਨੇ, ਤਹਿ ਦਿਲੋਂ ਧੰਨਵਾਦ ਹੈ। ਬਾਬਾ ਤਰਸੇਮ ਸਿੰਘ ਜੀ ਦਿੱਲੀ ਵਾਲੇ, ਉਹਨਾਂ ਦਾ ਤਹਿ ਦਿਲੋਂ ਧੰਨਵਾਦ। ਬਾਬਾ ਦਿਲਬਾਗ ਸਿੰਘ ਜੀ ਲੋਹ ਲੰਗਰ ਸ੍ਰੀ ਅਨੰਦਪੁਰ ਸਾਹਿਬ ਵਾਲੇ ਹਾਜ਼ਰੀ ਲਵਾ ਰਹੇ ਨੇ, ਮਹਾਂਪੁਰਖਾਂ ਦਾ ਤਹਿ ਦਿਲੋਂ ਧੰਨਵਾਦ ਹੈ। ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਮਹਾਂਪੁਰਖ, ਉਹਨਾਂ ਵੱਲੋਂ ਬਾਬਾ ਲਖਬੀਰ ਸਿੰਘ ਜੀ ਭੂਰੀ ਵਾਲੇ ਪਹੁੰਚੇ ਨੇ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ। ਇਸੇ ਤਰ੍ਹਾਂ ਸੱਚਖੰਡ ਵਾਸੀ ਮਹਾਂਪੁਰਖ ਸੰਤ ਬਾਬਾ ਅਜੈਬ ਸਿੰਘ ਜੀ ਮੱਖਣ ਮੰਡੀ ਵਾਲੇ, ਉਹਨਾਂ ਦੇ ਵੱਲੋਂ ਜਿਹੜੇ ਵੱਖ ਵੱਖ ਗੁਰੂ ਘਰਾਂ ਵਿੱਚ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ। ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲੇ ਮਹਾਂਪੁਰਖ, ਉਹ ਵੀ ਹਾਜ਼ਰੀ ਲਵਾ ਰਹੇ ਨੇ, ਮਹਾਂਪੁਰਖਾਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ। ਸੱਚਖੰਡ ਵਾਸੀ ਮਹਾਂਪੁਰਖ ਸੰਤ ਬਾਬਾ ਅਜੈਬ ਸਿੰਘ ਜੀ ਕਾਰ ਸੇਵਾ ਮੱਖਣ ਮੰਡੀ ਵਾਲੇ ਮਹਾਂਪੁਰਖ, ਜਿਨ੍ਹਾਂ ਦੇ ਵੱਲੋਂ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿਖੇ ਕਾਰ ਸੇਵਾਵਾਂ ਕਰਵਾਈਆਂ ਜਾ ਰਹੀਆਂ ਨੇ, ਉਹਨਾਂ ਵੱਖ ਵੱਖ ਗੁਰੂ ਘਰਾਂ ਤੋਂ ਬਾਬਾ ਨਿਰਮਲ ਸਿੰਘ ਜੀ ਯੂਪੀ ਵਾਲੇ ਪਹੁੰਚੇ ਨੇ, ਤਹਿ ਦਿਲੋਂ ਧੰਨਵਾਦ ਹੈ। ਨਗਰ ਮਰੜੀ ਤੋਂ ਬਾਬਾ ਗੁਰਮੀਤ ਸਿੰਘ ਜੀ ਹਾਜ਼ਰੀ ਲਵਾ ਰਹੇ ਨੇ, ਮਹਾਂਪੁਰਖਾਂ ਦਾ ਧੰਨਵਾਦ ਹੈ। ਜਥੇਦਾਰ ਗੁਰਦਿਆਲ ਸਿੰਘ ਜੀ ਗੁਰਦੁਆਰਾ ਜਨਮ ਸਥਾਨ ਬਾਬਾ ਬੁੱਢਾ ਸਾਹਿਬ ਜੀ ਕੱਥੂ ਨੰਗਲ ਤੋਂ ਪਹੁੰਚੇ ਨੇ, ਤਹਿ ਦਿਲੋਂ ਧੰਨਵਾਦ ਹੈ। ਬਾਬਾ ਮੇਜਰ ਸਿੰਘ ਜੀ ਟਾਹਲੀ ਸਾਹਿਬ ਤੋਂ ਪਹੁੰਚੇ ਨੇ, ਉਹਨਾਂ ਦਾ ਧੰਨਵਾਦ ਹੈ ਜੀ। ਬਾਬਾ ਅਮੋਲਕ ਸਿੰਘ ਜੀ ਨਗਰ ਚਾਚੂਵਾਲੀ ਤੋਂ, ਬਾਬਾ ਬਲਦੇਵ ਸਿੰਘ ਜੀ ਨਗਰ ਲੁਹਾਰਕਾ ਤੋਂ, ਬਾਬਾ ਕੁਲਦੀਪ ਸਿੰਘ ਜੀ ਗੁਰਦੁਆਰਾ ਮਾਈਆਂ ਮਜੀਠਾ ਤੋਂ ਪਹੁੰਚੇ ਨੇ, ਤਹਿ ਦਿਲੋਂ ਧੰਨਵਾਦ ਹੈ। ਬਾਬਾ ਸੁਖਵਿੰਦਰ ਸਿੰਘ ਜੀ ਜਗ ਵਾਲੀ ਖੂਹ ਤੋਂ ਹਾਜ਼ਰੀ ਲਵਾ ਰਹੇ ਨੇ, ਮਹਾਂਪੁਰਖਾਂ ਦਾ ਧੰਨਵਾਦ ਹੈ।
ਨਗਰ ਹਰਦੋ ਝੰਡੇ ਤੋਂ ਬਾਬਾ ਸ਼ਿੰਗਾਰਾ ਸਿੰਘ ਜੀ ਪਹੁੰਚੇ ਨੇ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ। ਸਾਬਕਾ ਕੈਬਨਿਟ ਮੰਤਰੀ ਸਰਦਾਰ ਬਿਕਰਮ ਸਿੰਘ ਜੀ ਮਜੀਠੀਆ, ਉਹਨਾਂ ਦੇ ਵੱਲੋਂ OSD ਸਰਦਾਰ ਸ਼ਿਵਚਰਨ ਸਿੰਘ ਜੀ ਮੇਜਰ ਸ਼ਿਵੀ ਹਾਜ਼ਰੀ ਲਵਾ ਕੇ ਗਏ ਨੇ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ। ਮੰਤਰੀ ਸਾਹਿਬ ਜੀ ਦੇ ਨਿੱਜੀ ਸਹਾਇਕ ਸਰਦਾਰ ਲਖਬੀਰ ਸਿੰਘ ਜੀ ਗਿੱਲ ਹਾਜ਼ਰੀ ਲਵਾ ਕੇ ਗਏ ਨੇ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ। ਇਸੇ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੋਂ ਬੇਅੰਤ ਸੰਗਤਾਂ ਅੱਜ ਦੇ ਸਮਾਗਮਾਂ ਦੇ ਵਿੱਚ ਹਾਜ਼ਰੀ ਭਰ ਰਹੀਆਂ ਨੇ, ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਹੈ। ਵੱਖ-ਵੱਖ TV ਚੈਨਲਾਂ ਦੇ ਵੱਲੋਂ ਸਾਰੇ ਪ੍ਰੋਗਰਾਮਾਂ ਦਾ ਲਾਈਵ ਟੈਲੀਕਾਸਟ ਕੀਤਾ ਜਾ ਰਿਹਾ ਹੈ, ਸਾਰੇ ਵੀਰਾਂ ਦਾ ਧੰਨਵਾਦ ਹੈ। ਨਗਰ ਮੱਤੇ ਨੰਗਲ ਤੋਂ ਬਾਬਾ ਤਿਆਗੀ ਜੀ ਪਹੁੰਚੇ ਨੇ, ਮਹਾਂਪੁਰਖਾਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ। ਹੁਣ ਮੈਂ ਸਿਨਮਰ ਬੇਨਤੀ ਕਰਾਂਗਾ, ਬਾਬਾ ਬੁੱਢਾ ਸਾਹਿਬ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ ਦੇ ਮੁੱਖ ਬੁਲਾਰੇ, ਜਨਰਲ ਸਕੱਤਰ, ਸਾਬਕਾ ਮੈਨੇਜਰ ਸ੍ਰੀ ਅਨੰਦਪੁਰ ਸਾਹਿਬ ਗਿਆਨੀ ਬਖਸ਼ੀਸ਼ ਸਿੰਘ ਜੀ ਜੌਲ ਪਹੁੰਚੇ ਨੇ। ਕੇਵਲ 5 ਮਿੰਟ ਵਾਸਤੇ ਉਹ ਬਾਬਾ ਜੀਵਨ ਦੇ ਬਾਰੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ ਜੀ। ਆਓ ਉਹਨਾਂ ਨੂੰ ਦੇ ਨਾਲ ਸਰਵਣ ਕਰੀਏ। ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਸਾਹਿਬ ਤੋਂ ਬਾਬਾ ਸਤਨਾਮ ਸਿੰਘ ਜੀ ਔਰ ਡਾਕਟਰ ਚੈਨ ਸਿੰਘ ਜੀ ਕਿਲ੍ਹਾ ਆਨੰਦਗੜ੍ਹ ਸਾਹਿਬ ਵਾਲੇ ਹਾਜ਼ਰੀ ਭਰ ਰਹੇ ਨੇ, ਤਹਿ ਦਿਲੋਂ ਧੰਨਵਾਦ ਹੈ ਜੀ। ਗਿਆਨੀ ਬਖਸ਼ੀਸ਼ ਸਿੰਘ ਜੀ ਜੌਲ ਕੇਵਲ 5 ਮਿੰਟ ਵਾਸਤੇ ਹਾਜ਼ਰੀ ਭਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀਓ, ਆਓ ਦਾਸਦੀਆਂ ਅਤੇ ਆਪਣੀਆਂ ਹਾਜ਼ਰੀਆਂ ਲਵਾਓ, ਸਾਰੀ ਹੀ ਸੰਗਤ ਗੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਜਿਸ ਸਥਾਨ 'ਤੇ ਬੈਠੇ ਹਾਂ, ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਜੀਵਨ ਦੇ 9 ਦਿਨ ਇਸ ਜਗ੍ਹਾ 'ਤੇ ਬਤੀਤ ਕੀਤੇ ਹਨ। ਬਹੁਤ ਮਹਾਨਤਾ ਹੈ ਇਸ ਸਥਾਨ ਦੀ। ਅੱਜ ਮੈਂ ਜਿਨ੍ਹਾਂ ਬਾਰੇ ਗੱਲ ਕਰਨ ਜਾ ਰਿਹਾ ਹਾਂ, ਸਤਿਕਾਰਯੋਗ ਮਾਨਯੋਗ ਸੰਤ ਬਾਬਾ ਅਜੈਬ ਸਿੰਘ ਜੀ, ਜਿਨ੍ਹਾਂ ਦੇ ਅੱਜ ਦੁਸ਼ਹਿਰੇ 'ਤੇ ਸਾਰੀਆਂ ਹੀ ਸੰਗਤਾਂ ਪਹੁੰਚੀਆਂ ਹਨ। ਪਰਸੋਂ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ। ਅੱਜ ਭੋਗ ਸਮੇਂ ਸੰਗਤਾਂ ਇਕੱਤਰ ਹੋਈਆਂ, ਉਪਰੰਤ ਖੁੱਲ੍ਹੇ ਪੰਡਾਲ ਵਿੱਚ ਸਟੇਜ ਸਜਾਈ ਗਈ, ਸੰਤਾਂ ਮਹਾਂਪੁਰਸ਼ਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਦਾਸ ਨੇ ਕੁਝ ਕੁ ਜਿਹੜੇ ਇਕੱਤਰ ਕੀਤੇ ਹਨ ਬਾਬਾ ਜੀ ਬਾਰੇ। ਸੰਤ ਬਾਬਾ ਅਜੈਬ ਸਿੰਘ ਜੀ, ਪਿਤਾ ਹਰਬੰਸ ਸਿੰਘ ਅਤੇ ਮਾਤਾ ਗੁਰਦੇਵ ਕੌਰ ਜੀ ਦੀ ਕੁੱਖ ਤੋਂ 1962 ਵਿੱਚ ਪੈਦਾ ਹੋਏ। ਥੋੜ੍ਹਾ ਸਮਾਂ ਹੀ ਘਰ ਰਹਿਣ ਤੋਂ ਬਾਅਦ ਛੋਟੀ ਜਿਹੀ ਅਵਸਥਾ ਦੇ ਵਿੱਚ 1975 ਨੂੰ ਕੁਰਕਸ਼ੇਤਰ ਵਿਖੇ
ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਜਿੱਥੇ ਸੰਤ ਮਹਾਂਪੁਰਸ਼ ਬਾਬਾ ਹਰੀ ਸਿੰਘ ਜੀ ਸੇਵਾ ਕਾਰ ਸੇਵਾ ਚਲਾ ਰਹੇ ਸਨ, ਉਹਨਾਂ ਦੇ ਕੋਲ ਪਹੁੰਚੇ। ਇੱਕ ਸਾਲ ਸੇਵਾ ਕਰਨ ਤੋਂ ਉਪਰੰਤ 1976 ਵਿੱਚ ਬਾਬਾ ਹਰੀ ਸਿੰਘ ਜੀ ਦੇ ਨਾਲ ਹੀ ਤਰਨ ਤਾਰਨ ਸਾਹਿਬ ਵਿਖੇ ਆ ਗਏ। ਤਰਨ ਤਾਰਨ ਸਾਹਿਬ ਵਿਖੇ ਵੀ ਸੇਵਾ ਨਿਭਾਉਂਦੇ ਹੋਏ 28 ਮਾਰਚ 1977 ਨੂੰ ਬਾਬਾ ਹਜ਼ਾਰਾ ਸਿੰਘ ਜੀ ਦੇ ਨਾਲ, ਬਾਬਾ ਹਰੀ ਸਿੰਘ ਜੀ ਦੇ ਨਾਲ ਗੁਰੂ ਕੇ ਬਾਗ ਸਾਹਿਬ ਵਿਖੇ ਪਹੁੰਚੇ। ਬਹੁਤ ਲੰਬਾ ਸਮਾਂ ਗੁਰੂ ਕੇ ਬਾਗ ਸੇਵਾਵਾਂ ਨਿਭਾਈਆਂ। 7 ਫਰਵਰੀ 1991 ਨੂੰ ਬਾਬਾ ਹਰੀ ਸਿੰਘ ਜੀ ਗੁਰਪੁਰੀ ਸੁਧਾਰ ਗਏ। ਉਹਨਾਂ ਤੋਂ ਉਪਰੰਤ ਕਾਰ ਸੇਵਾ ਦੇ ਮੁਖੀ ਸੰਤ ਬਾਬਾ ਹਜ਼ਾਰ ਸਿੰਘ ਜੀ ਬਣੇ ਅਤੇ ਉਹਨਾਂ ਦੇ ਨਾਲ ਬਹੁਤ ਹੀ ਨਜ਼ਦੀਕ ਰਹਿ ਕੇ ਸੰਤਾਂ ਮਹਾਂਪੁਰਸ਼ਾਂ ਨੇ, ਸੰਤ ਬਾਬਾ ਅਜਾਇਬ ਸਿੰਘ ਜੀ ਨੇ ਸੇਵਾਵਾਂ ਨਿਭਾਈਆਂ। 1981 ਵਿੱਚ ਬਾਬਾ ਹਰੀ ਸਿੰਘ ਜੀ ਚੋਲਾ ਛੱਡ ਜਾਂਦੇ ਹਨ। ਉਪਰੰਤ 1 ਮਾਰਚ 1980 ਨੂੰ ਬਾਬਾ ਹਜ਼ਾਰਾ ਸਿੰਘ ਜੀ ਨੂੰ ਸੇਵਾਵਾਂ ਸੌਂਪੀਆਂ ਜਾਂਦੀਆਂ ਹਨ। ਉਹਨਾਂ ਦੇ ਨਾਲ ਹੀ 1988 ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਥਾਨ 'ਤੇ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੇ ਨਾਲ ਹੀ ਆਏ ਅਤੇ ਬੜੀ ਬਾਖੂਬੀ ਸੇਵਾਵਾਂ ਨਿਭਾਈਆਂ। 14 ਜਨਵਰੀ 1990 ਨੂੰ ਬਾਬਾ ਹਜ਼ਾਰਾ ਸਿੰਘ ਜੀ ਗੁਰਪੁਰੀ ਸੁਧਾਰ ਗਏ ਅਤੇ ਸੇਵਾ ਬਾਬਾ ਲੱਖਾ ਸਿੰਘ ਜੀ ਦੇ ਮੋਢਿਆਂ 'ਤੇ ਭਾਰ ਆਇਆ ਸਾਰਾ। ਉਹਨਾਂ ਨੇ 15/9/1995 ਨੂੰ ਸਰਬਸੰਮਤੀ ਦੇ ਨਾਲ ਇੱਕ ਇਕੱਤਰਤਾ ਕੀਤੀ। 12 ਕੁ ਜਥੇਦਾਰ ਉੱਥੇ ਪਹੁੰਚੇ ਅਤੇ ਉਹ ਇਕੱਤਰਤਾ ਦੇ ਵਿੱਚ ਸੰਤ ਬਾਬਾ ਅਜਾਇਬ ਸਿੰਘ ਜੀ ਨੂੰ 5 ਗੁਰਦੁਆਰਿਆਂ ਦੀ ਸੇਵਾ ਅਤੇ 5-6 ਗੱਡੀਆਂ ਦੇ ਕੇ ਅਨੰਦਪੁਰ ਸਾਹਿਬ ਮੱਖਣਵਿੰਡੀ ਵਿਖੇ ਹੈੱਡਕੁਆਰਟਰ ਬਣਾ ਲਿਆ ਸੰਤ ਬਾਬਾ ਅਜਾਇਬ ਸਿੰਘ ਜੀ ਨੇ। ਨਾਲ ਹੀ 5 ਗੁਰਦੁਆਰੇ ਸਾਹਿਬਾਨਾਂ ਦੀ ਸੇਵਾ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਥਾਨ ਦੀ ਇਸ ਸਥਾਨ ਦੀ, ਲੁਹਾਰਕਾ ਵਿਖੇ ਰੇਲੂ ਸਾਹਿਬ ਗੁਰਦੁਆਰਾ ਗੁਰੂ ਅਰਜਨ ਦੇਵ ਜੀ, ਮਰੜੀ ਬਾਬਾ ਨਾਮਦੇਵ ਜੀ ਦੇ ਗੁਰਦੁਆਰਾ, ਵੱਲਾ ਛਾਉਣੀ, ਇਹ ਗੁਰਦੁਆਰਿਆਂ ਦੀ ਸੇਵਾ ਦੇ ਕੇ, 5 ਗੁਰਦੁਆਰਿਆਂ ਦੀ ਸੇਵਾ ਅਤੇ 5-6 ਗੱਡੀਆਂ ਦੇ ਕੇ ਜਥੇਦਾਰ ਮੁੱਖ ਉੱਪਰ ਬਣਾ ਕੇ ਬਾਬਾ ਜੀ ਨੂੰ ਮੱਖਣਵਿੰਡੀ ਵਿਖੇ ਬਾਬਾ ਜੀ ਨੇ ਆਪਣਾ ਹੈੱਡਕੁਆਰਟਰ ਬਣਾ ਲਿਆ। ਉਸ ਤੋਂ ਉਪਰੰਤ ਬਹੁਤ ਹੀ ਸਿੜਤਾ ਦੇ ਨਾਲ ਕਾਰ ਸੇਵਾ ਦੇ ਕਾਰਜ ਕੀਤੇ। ਜਿੱਥੇ ਹਿੰਦੁਸਤਾਨ ਦੇ ਵੱਖ ਵੱਖ ਸੂਬਿਆਂ ਦੇ ਵਿੱਚ ਗੁਰਦੁਆਰੇ ਹਨ, ਉੱਥੇ ਬਾਬਾ ਜੀ ਨੇ ਵਿਦੇਸ਼ ਵਿਖੇ ਵੀ ਬਹੁਤ ਦੇਸ਼ਾਂ ਦੇ ਵਿੱਚ ਜਾ ਕੇ ਗੁਰਸਿੱਖੀ ਦਾ ਪ੍ਰਚਾਰ ਕੀਤਾ ਅਤੇ ਕਾਰ ਸੇਵਾ ਨਿਭਾਈ। ਉਪਰੰਤ 23 ਮਾਰਚ 1924 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੰਗਰ ਲਗਾਉਂਦੇ ਸਨ ਜਿੱਥੇ ਹਰ ਸਾਲ, ਉਸ ਜਗ੍ਹਾ 'ਤੇ ਲੰਗਰ ਲਗਾਇਆ ਗਿਆ। ਸੰਗਤਾਂ ਇੱਥੋਂ ਕਾਫੀ ਸੰਗਤਾਂ ਗਈਆਂ ਪਿੰਡ 'ਚੋਂ, ਨੌਜਵਾਨ ਬੀਬੀਆਂ ਪ੍ਰਸ਼ਾਦੇ ਪਕਾਉਣ ਵਾਸਤੇ। 23 ਮਾਰਚ ਦੀ ਸਵੇਰ ਨੂੰ ਬਾਬਾ ਜੀ ਨੇ ਇਸ਼ਨਾਨ ਵੀ ਕੀਤਾ, ਨਿਤਨੇਮ ਵੀ ਕੀਤਾ। ਉਸ ਤੋਂ ਉਪਰੰਤ ਇੱਕ ਛੋਟੀ ਜਿਹੀ ਘਟਨਾ ਵਾਪਰੀ ਅਤੇ ਬਾਬਾ ਜੀ ਗੁਰਪੁਰੀ ਸੁਧਾਰ ਕਰ ਗਏ। ਅੱਜ ਸਾਰੀਆਂ ਸੰਗਤਾਂ ਹੀ
ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਪਹੁੰਚੇ ਹੋ। ਦਾਸ ਦੀ ਵੀ ਡਿਊਟੀ ਲੱਗੀ ਸੀ। ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ ਵੱਲੋਂ ਮੁੱਖ ਬੁਲਾਰਾ ਹੋਣ ਦੇ ਨਾਤੇ ਪੰਜਾਬ ਦਾ ਅਤੇ ਬੜੇ ਨੇੜੇ ਤੋਂ ਬਾਬਾ ਜੀ ਦੇ ਨਾਲ ਰਿਹਾ ਹਾਂ। 1977 ਵਿੱਚ ਪਹਿਲੇ ਦਿਨ ਹੀ ਮੁਲਾਕਾਤ ਹੋਈ ਸੀ। ਉਸ ਤੋਂ ਉਪਰੰਤ ਅੱਜ ਤੱਕ ਉਹਨਾਂ ਦੇ ਨਾਲ ਸੇਵਾਵਾਂ ਵੀ ਨਿਭਾਈਆਂ। ਦਾਸ ਦੇ ਦਾਦਾ ਜੀ ਵੀ ਜਥੇਦਾਰ ਕਾਲਾ ਸਿੰਘ ਜੀ ਗੁਰੂ ਕੇ ਬਾਗ ਬਾਬਾ ਹਜ਼ਾਰਾ ਸਿੰਘ ਜੀ ਦੇ ਕੋਲ ਰਹਿੰਦੇ ਸਨ। ਗੁਰੂ ਕੇ ਬਾਗ ਦੇ ਮੋਰਚੇ ਵਿੱਚ ਸੇਵਾ ਵੀ ਕੀਤੀ। ਦਾਸ ਨੂੰ 26 ਸਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਨੇਤਰਹੀਣ ਸੰਗੀਤ ਵਿਦਿਆਲੇ ਦੇ ਵਿਦਿਆਰਥੀ ਜੋ ਕਿ ਹਰਿਮੰਦਰ ਸਾਹਿਬ ਵਿਖੇ ਵੀ ਅੱਜ ਕੱਲ੍ਹ ਡਿਊਟੀਆਂ ਕਰ ਰਹੇ ਹਨ, ਬੜੀ ਸੇਵਾ ਉੱਥੇ ਕਰਨ ਦਾ ਮੌਕਾ ਮਿਲਿਆ ਦਾਸ ਨੂੰ। ਇੰਨੀਆਂ ਹੀ ਗੱਲਾਂ ਦੇ ਨਾਲ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਆਓ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਹੈ ਗਿਆਨੀ ਬਖਸ਼ੀਸ਼ ਸਿੰਘ ਜੀ ਜੌਲ ਸਾਹਿਬ ਦਾ, ਜਿਨ੍ਹਾਂ ਨੇ ਆਪ ਜੀ ਦੇ ਨਾਲ ਮਹਾਂਪੁਰਖਾਂ ਦੇ ਮਹਾਨ ਜੀਵਨ ਦੇ ਬਾਰੇ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸਮਾਗਮਾਂ ਦੇ ਵਿੱਚ ਬਾਬਾ ਗਿਆਨ ਸਿੰਘ ਜੀ ਭੱਲਾ ਨਗਰ ਤਲਵੰਡੀ ਸੰਧਾ ਸਿੰਘ ਤੋਂ, ਉਹਨਾਂ ਦੀ ਤਰਫ ਤੋਂ ਬਾਬਾ ਲਖਵਿੰਦਰ ਸਿੰਘ ਜੀ ਆਏ ਨੇ, ਤਹਿ ਦਿਲੋਂ ਧੰਨਵਾਦ ਹੈ। ਮਹਾਂਪੁਰਖ ਸੰਤ ਬਾਬਾ ਅਮਰੀਕ ਸਿੰਘ ਜੀ ਪਟਿਆਲੇ ਵਾਲੇ ਪਹੁੰਚੇ ਨੇ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ। ਗੁਰਦੁਆਰਾ ਲੰਗਰ ਸਾਹਿਬ ਹਜ਼ੂਰ ਸਾਹਿਬ ਤੋਂ ਮਹਾਂਪੁਰਖ ਸੰਤ ਬਾਬਾ ਨਰਿੰਦਰ ਸਿੰਘ ਜੀ, ਸੰਤ ਬਾਬਾ ਬਲਵਿੰਦਰ ਸਿੰਘ ਜੀ, ਮਹਾਂਪੁਰਖਾਂ ਦੇ ਵੱਲੋਂ ਬਾਬਾ ਕਰਨੈਲ ਸਿੰਘ ਜੀ ਹਾਜ਼ਰੀ ਲਵਾ ਰਹੇ ਨੇ, ਤਹਿ ਦਿਲੋਂ ਧੰਨਵਾਦ ਹੈ ਜੀ। ਮੈਂ ਸਨਿਮਰ ਬੇਨਤੀ ਕਰਾਂਗਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਸਿੰਘ ਜੀ ਅੱਧੇ ਘੰਟੇ ਵਾਸਤੇ ਆਪ ਜੀ ਨੂੰ ਗੁਰਬਾਣੀ ਦੇ ਇਲਾਹੀ ਕੀਰਤਨ ਦੁਆਰਾ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਡੰਡੋਤ ਬੰਦਨ ਅਨੁਕਬਾਰ ਸਰਬ ਕਲਾ ਸਰਬ ਕਲਾ ਸਰਬ ਕਲਾ ਸਮਰੱਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਨਾਨਕ ਦੇ ਕਰ ਹੱਥ ਤੁਦੇ ਆਗੇ ਅਰਦਾਸ ਹਮਾਰੀ ਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਨਾਉ ਮੇਰਾ ਨਿਮਾਣਿਆਂ ਦੇ ਮਾਨ ਗੁਰੂ ਨਿਤਾਣਿਆਂ ਦੇ ਤਾਣ ਗੁਰੂ ਉਠਿਆਂ ਦੀ ਓਟ ਨਿਆਸਰਿਆਂ ਦੇ ਆਸਰਾ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗਰੀਬ ਨਿਵਾਜ
ਨਾ ਜਪਤੀ ਤੂੰ ਹੀ ਰਸ ਨਾ ਜਪਤੀ ਰਸਨਾ ਜਪਤੀ ਤੂੰ ਹੀ ਰਸਨਾ ਜਪਤੀ ਤੂੰ ਹੀ ਮਾਤ ਗਰਭ ਤੁਮ ਹੀ ਪ੍ਰਤਪਾਲਕ ਮਾਤ ਗਰਭ ਤੁਮ ਹੀ ਪ੍ਰਤਪਾਲਕ ਬ੍ਰਿਤ ਮੰਡਲ ਇੱਕ ਤੂੰ ਹੀ ਬ੍ਰਿਤ ਮੰਡਲ ਇੱਕ ਤੂੰ ਹੀ ਰਸਨਾ ਜਪਤੀ ਤੂੰ ਹੀ ਰਸਨਾ ਜਪਤੀ ਤੁਮ
ਹੈ ਖਜੀਨਾ, ਤੁਮ ਹੈ ਜਰੀਨਾ, ਤੁਮ ਹੀ ਮਾਲਕ ਲਾਲਾ। ਗਰਭ ਤੂੰ ਨਹੀਂ ਪ੍ਰਤਪਾਲਕ, ਮਾਤ ਗਰਭ ਤੂੰ ਨਹੀਂ ਪ੍ਰਤਪਾਲਕ, ਮਾਤ ਗਰਭ ਤੂੰ ਨਹੀਂ ਪ੍ਰਤਪਾਲਕ। ਬਿਰਤ ਮੰਡਲੀ ਤੂੰ ਹੀ, ਬਿਰਤ ਮੰਡਲੀ ਤੂੰ ਹੀ, ਰਸਨਾ ਜਪਤੇ ਤੂੰ ਹੀ ਤੂੰ ਹੀ, ਰਸਨਾ ਜਪਤੇ ਰਸਨਾ ਜਪਤੇ ਤੂੰ ਹੀ, ਰਸਨਾ ਜਪਤੇ, ਰਸਨਾ ਜਪਤੇ, ਰਸਨਾ ਜਪਤੇ ਤੂੰ ਹੀ ਤੂੰ ਹੀ। ਮਾਤ ਗਰਭ ਤੁਮਹੀ ਪ੍ਰਤਪਾਲਕ, ਮ੍ਰਿਤ ਮੰਡਲ ਇੱਕ ਤੂੰ ਹੀ। ਸੇਵਕ ਕੀ ਓੜਕ ਨਿਭਹੀ ਪ੍ਰੀਤ, ਸੇਵਕ ਕੀ ਓੜਕ ਨਿਭਹੀ ਪ੍ਰੀਤ, ਸੇਵਕ ਕੀ ਓੜਕ ਨਿਭਹੀ, ਸੇਵਕ ਕੀ ਓੜਕ ਨਿਭਹੀ ਪ੍ਰੀਤ। ਜੀਵਤ ਸਾਹਿਬ ਸੇਵਿਓ ਆਪਣਾ, ਚਲ ਤੇਰਾ ਕਿਉਂ ਚੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲ ਤੇਰਾ ਕਿਉਂ ਚੀਤ। ਸੇਵਕ ਕੀ ਓੜਕ ਨਿਭਹੀ ਪ੍ਰੀਤ, ਸੇਵਕ ਕੀ ਓੜਕ ਨਿਭਹੀ ਪ੍ਰੀਤ।
ਹਰ ਲੋਭ ਵਿਕਾਰਾ ਵੀ ਉਹ ਚੀਤ ਨ ਕਲਿਓ। ਮਾਨ ਮੋਹ ਹਰ ਲੋਭ ਵਿਕਾਰਾ ਵੀ ਉਹ ਚੀਤ ਨ ਕਲਿਓ। ਨਾਮ ਰਤਨ ਗੁਣਾ ਹਰ ਬਣ ਜੇ ਲਾਦ ਵਖਰ ਲੈ ਚੱਲਿਓ। ਨਾਮ ਰਤਨ ਗੁਣਾ ਹਰ ਬਣ ਜੇ ਲਾਦ ਵਖਰ ਲੈ ਚੱਲਿਓ। ਜੀਵਤ ਸਾਹਿਬ ਸੇਵਿਓ ਆਪਣਾ ਚਲਤ ਰਾਖਿਓ ਤੀਤ। ਜੀਵਤ ਸਾਹਿਬ ਸੇਵਿਓ ਆਪਣਾ ਚਲਤ ਰਾਖਿਓ ਤੀਤ। ਸੇਵਕ ਕੀ ਓੜਕ ਨਿਭਹੀ ਪ੍ਰੀਤ, ਸੇਵਕ ਕੀ ਓੜਕ ਨਿਭਹੀ ਪ੍ਰੀਤ। ਜੀਵਤ ਸਾਹਿਬ ਸੇਵਿਓ ਆਪਣਾ ਚਲਤ ਰਾਖਿਓ ਤੀਤ। ਜੀਵਤ ਸਾਹਿਬ ਸੇਵਿਓ ਆਪਣਾ ਚਲਤ ਰਾਖਿਓ ਤੀਤ। ਜੀਵਤ ਸਾਹਿਬ ਸੇਵਿਓ ਆਪਣਾ ਚਲਤ ਰਾਖਿਓ ਤੀਤ। ਜੀਵਤ ਸਾਹਿਬ ਸੇਵਿਓ ਆਪਣਾ ਚਲ ਤੇਰਾ ਕਿਉਂ ਤੀਤ। ਸੇਵਕ ਕੀ ਓੜਕ ਨਿਭਹੀ ਪ੍ਰੀਤ, ਸੇਵਕ ਕੀ ਓੜਕ ਨਿਭਹੀ ਪ੍ਰੀਤ। ਓੜਕ ਨਿਭਹੀ ਪ੍ਰੀਤ, ਸੇਵਕ ਕੀ ਓੜਕ।
ਸਾਹਿਬ ਸੇਵੋ ਆਪਣਾ ਚਲ ਤੇਰਾ ਕਿਉਂ ਜੀਤ ਜੀਵਤ ਸਾਹਿਬ ਸੇਵੋ ਆਪਣਾ ਚਲ ਤੇਰਾ ਕਿਉਂ ਜੀਤ ਜੀਵਤ ਸਾਹਿਬ ਸੇਵੋ ਆਪਣਾ ਚਲ ਤੇਰਾ ਕਿਉਂ ਜੀਤ ਜੀਵਤ ਸਾਹਿਬ ਸੇਵੋ ਆਪਣਾ ਚਲ ਤੇਰਾ ਕਿਉਂ ਜੀਤ ਸੇਵਕ ਕੀ ਓੜਕ ਨਿਭਹੀ ਪ੍ਰੀਤ ਸੇਵਕ ਕੀ ਓੜਕ ਨਿਭਹੀ ਆਗਿਆ ਮੈਂ ਭੁੱਖ ਸੋਈ ਕਰ ਸੁਖਾ ਸੋਗ ਹਰ ਇੱਕ ਨਹੀਂ ਜਾਣਿਓ ਆਗਿਆ ਮੈਂ ਭੁੱਖ ਸੋਈ ਕਰ ਸੁਖਾ ਸੋਗ ਹਰ ਇੱਕ ਨਹੀਂ ਜਾਣਿਓ ਜੋ ਜੋ ਹੁਕਮ ਪਾਇਓ ਸਾਹਿਬ ਕਾ ਸੋ ਮਾਥੇ ਲੈ ਮੰਨਿਓ ਜੋ ਜੋ ਹੁਕਮ ਪਾਇਓ ਸਾਹਿਬ ਕਾ ਸੋ ਮਾਥੇ ਲੈ ਮੰਨਿਓ ਜੀਵਤ ਸਾਹਿਬ ਸੇਵਿਓ ਆਪਣਾ ਚਲ ਤੇਰਾ ਕਿਉਂ ਜੀਤ ਜੀਵਤ ਸਾਹਿਬ ਸੇਵੋ ਆਪਣਾ ਚਲ ਤੇਰਾ ਕਿਉਂ ਜੀਤ ਸੇਵਕ ਕੀ ਓੜਕ ਨਿਭਹੀ ਪ੍ਰੀਤ ਸੇਵਕ ਕੀ ਓੜਕ ਨਿਭਹੀ ਸੇਵਕ ਕੋ ਸਵਰੇ ਹਾਲਤ ਪਲਾਤਾ ਭਇਓ ਕਿਰਪਾਲ ਠਾਕੁਰ ਸੇਵਕ ਕੋ ਸਵਰੇ ਹਾਲਤ ਪਲਾਤਾ ਭਇਓ ਕਿਰਪਾਲ ਠਾਕੁਰ ਸੇਵਕ ਕਾ ਸਭ ਨੇ ਹਾਲਤ ਪਲਾਤਾ ਧਨ ਸੇਵਕ ਸਫਲ ਹੋਇਆ ਅਨ ਸੇਵਕ ਸਫਲ ਹੋਇਆ ਜਿਨ ਨਾਨਕ ਜਿਨ ਨਾਨਕ ਖਸਮ ਪਛਾਤਾ ਭਇਓ ਕਿਰਪਾਲ ਠਾਕੁਰ ਸੇਵਕ ਕੋ ਸਵਰੇ ਹਾਲਤ ਪਲਾਤਾ
ਆਪਣਾ ਚਲਤੇ ਰਾਖਿਓ ਦੀਤ ਜੀਵਤ ਸਾਹਿਬ ਸਿਰ ਆਪਣਾ ਚਲਤੇ ਰਾ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਦੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ ਸੇਵਕ ਕੀ ਓੜਕ ਨਿਭਹੀ ਪ੍ਰੀਤ 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 ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਸਾਰੇ ਕਰੋ ਰਸਨਾ ਨੂੰ ਪਵਿੱਤਰ ਪਿਆਰ ਦੇ ਨਾਲ ਇਹ ਪਾਵਨ ਸ਼ਬਦ ਨਾਲ ਨਾਲ ਗਾਇਨ ਕਰਨ ਦਾ ਯਤਨ ਕਰੋ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਉਹਨਾਂ ਤੇ ਮੁਖ ਸਾਧ ਸਭ ਜਗਤ ਕਰੇ ਨਮਸਕਾਰ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਸਭ ਸੈਂਦੇ ਅਦਾਰ ਜੀਉ ਪਿੰਡ ਸਭ ਤਿਸ ਕਾ
ਜਨਮ
ਸਵਾਰ ਕਰਕੇ ਚੱਲਿਆ ਗੁਰਮੁਖ ਜਨਮ ਸਵਾਰ ਕਰਕੇ ਚੱਲਿਆ ਗੁਰਮੁਖ ਭੋਜਨ ਪਾਓ ਚਲ ਚਿੱਤ ਨਾ ਹੱਲੇ ਹੱਲਿਆ ਗੁਰਮੁਖ ਨਿਹ ਚਲ ਚਿੱਤ ਨਾ ਹੱਲੇ ਹੱਲਿਆ ਗੁਰਮੁਖ ਜਨਮ ਸਵਾਰ ਡਰ ਗਏ ਚੱਲਿਆ ਗੁਰਮੁਖ ਜਨਮ ਸਵਾਰ ਡਰ ਗਏ ਚੱਲਿਆ ਗੁਰਮੁਖ ਸਾਜੇ ਅਲਾਓ ਭਲੀ ਹੂੰ ਭਲਿਆ ਗੁਰਮੁਖ ਸਾਜੇ ਅਲਾਓ ਭਲੀ ਹੂੰ ਭਲਿਆ ਗੁਰਮੁਖ ਸਦੇ ਜਾਣਿਆ ਗੁਰਮੁਖ ਜਨਮ ਸਵਾਰ ਡਰ ਕੇ ਚੱਲਿਆ ਗੁਰਮੁਖ ਜਨਮ ਸਵਾਰ ਚੱਲਿਆ ਸੱਚੀ ਡਰ ਗਏ ਜਾਏ ਸੱਚਾ ਗੁਰਮੁਖ ਜਨਮ ਸਵਾਰ ਡਰ ਕੇ ਚੱਲਿਆ ਗੁਰਮੁਖ ਜਨਮ ਸਵਾਰ ਡਰ ਕੇ ਚੱਲਿਆ ਗੁਰਮੁਖ ਡਰ ਕੇ ਚੱਲਿਆ ਡਰ ਕੇ ਚੱਲਿਆ ਦਰਗ ਹੈ ਚੱਲਿਆ ਸਮੇਂ ਦੀ ਸਮਾਪਤੀ ਹੈ ਜੀ।
ਸੁਕੀਰਤਨ ਕਰਦਿਆਂ ਹੋਇਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਗਾਹ ਵਾਸਤੇ ਸਤਿਗੁਰਾਂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਨੀ ਕਿ ਹੋਰ ਸੁਚੱਜੇ ਢੰਗ ਦੇ ਨਾਲ ਆਪ ਜੀ ਦੀ ਸੇਵਾ ਕਰ ਸਕੀਏ। ਸੋ ਆਪ ਸਭ ਜਾਣਦੇ ਹੋ ਕਿ ਮਹਾਂਪੁਰਖ ਬਾਬਾ ਜੈਤ ਸਿੰਘ ਜੀ ਜਿਨ੍ਹਾਂ ਦੇ ਦੁਸਹਿਰੇ 'ਤੇ ਆਪ ਹਾਜ਼ਰੀ ਭਰ ਰਹੇ ਹੋ, ਸਤਿਗੁਰੂ ਜੀ ਕਿਰਪਾ ਕਰਨ, ਸਾਡੇ 'ਤੇ ਸਾਰਿਆਂ 'ਤੇ ਰਹਿਮਤ ਕਰਨ, ਸਾਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਕਰਨ, ਨਾਮਦਾਨ ਇਸ਼ਨਾਨ ਦੀਆਂ ਦਾਤਾਂ ਬਖਸ਼ਿਸ਼ ਕਰਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ, ਸਤਿਗੁਰੂ ਜੀ ਸਭਨਾਂ ਦਾ ਭਲਾ ਕਰਨ। ਧੰਨਵਾਦ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ, ਜਿਨ੍ਹਾਂ ਸਤਿਕਾਰ ਸਭ ਸੰਗਤ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਸੋ ਆਓ, ਅਗਲਾ ਪ੍ਰੋਗਰਾਮ ਹੈ ਉਹ ਭਾਈ ਸਾਹਿਬ ਜੀ ਪਾਸੋਂ ਸਰਵਣ ਕਰਦੇ ਹਾਂ। ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜੱਥੇ ਗਿਆਨੀ ਸਾਹਿਬ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਦਾ, ਜਿਨ੍ਹਾਂ ਨੇ ਆਪ ਜੀ ਨੂੰ ਗੁਰਬਾਣੀ ਦੇ ਇਲਾਹੀ ਕੀਰਤਨ ਦੁਆਰਾ ਨਿਹਾਲ ਕੀਤਾ ਹੈ। ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਹਿਨ ਸੰਗ ਸੋਭ ਕਹਿਤ ਮਾਂਜ ਸੋਧ ਜਿਸੈ ਦਹੀਂ ਪਾਤ ਖਾਹੇ ਜੀਉ। ਦੇਖ ਰੂਪ ਅਤ ਅਨੂਪ ਮੋਹ ਮਹਾਮਗ ਪਈ, ਕਿੰਕਨੀ ਸ਼ਬਦ ਚੰਤਕਾਰ ਖੇਲ ਪਾਹੇ ਜੀਉ। ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇਟ ਸਕੈ, ਈਸ ਬੰਮ ਗਿਆਨ ਧਿਆਨ ਤਰਤ ਹੀ ਹੈ ਚਾਹੇ ਜੀਉ। ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ, ਵਾਹਿਗੁਰੂ 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 ਵਾਹੇ ਜੀਓ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੋਂ ਤਕਰੀਬਨ 50 ਸਾਲ ਪਹਿਲਾਂ
ਅਕਾਲ ਪੁਰਖ ਵੱਲੋਂ ਇੱਕ ਖੇਡ ਵਰਤੀ ਜਿਹਨੂੰ ਕਿ ਅਸੀਂ ਅਲਪੱਗ ਜੀਵ ਸਮਝ ਨਹੀਂ ਸਕੇ, ਕਿਉਂਕਿ ਉਹ ਸਰਬੱਗ ਹੈ। ਸਾਡੀ ਮੱਤ ਥੋੜ੍ਹੀ ਹੋਣ ਕਰਕੇ ਬਾਬਾ ਅਜਾਇਬ ਸਿੰਘ ਜੀ ਮੇਰੇ ਕੋਲ ਲੁਧਿਆਣੇ ਪੜ੍ਹਦੇ ਸਨ, ਨੌਵੀਂ ਜਮਾਤ ਸੀਗੀ, ਅਤੇ ਉਹ ਸਾਰਾ ਕੁਝ ਛੱਡ ਕੇ ਉਹਨਾਂ ਦੇ ਉੱਤੇ ਮਹਾਰਾਜ ਵੱਲੋਂ ਕਿਰਪਾ ਹੋਈ। ਪੂਰਵ ਕਰਮ ਅੰਕੁਰ ਜੋ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਅਕਾਲ ਪੁਰਖ ਵੱਲੋਂ ਉਹਨਾਂ ਨੂੰ ਹੁਕਮ ਹੋਇਆ ਜਿਹੜੀ ਸੇਵਾ ਅਕਾਲ ਪੁਰਖ ਨੇ ਲੈਣੀ ਸੀ ਉਹ ਘਰ ਬਾਰ ਤਿਆਗ ਕੇ ਪਰਿਵਾਰ ਦਾ ਮੋਹ ਤਿਆਗ ਕੇ ਘਰੋਂ ਚਲੇ ਗਏ। ਸੋ ਅਸੀਂ ਸਮਝ ਨਹੀਂ ਸਕੇ ਖੇਡ ਨੂੰ, ਸਾਰੇ ਪਰਿਵਾਰ ਨੂੰ ਬੜਾ ਦੁੱਖ ਹੋਇਆ। ਲੱਭਦੇ ਫਿਰੇ ਅਤੇ ਸਾਨੂੰ ਤਕਰੀਬਨ 10 ਸਾਲਾਂ ਤੋਂ ਬਾਅਦ ਪਤਾ ਲੱਗਾ ਕਿ ਬਾਬਾ ਅਜਾਇਬ ਸਿੰਘ ਜੀ ਗੁਰੂ ਕੇ ਬਾਗ ਸੇਵਾ ਕਰ ਰਹੇ ਹਨ, ਅਤੇ ਉਸ ਤੋਂ ਬਾਅਦ ਮਿਲਦੇ ਰਹੇ। ਇਹ ਜਿਹੜੀ ਖੇਡ ਵਰਤੀ ਹੈ ਅਕਾਲ ਪੁਰਖ ਦਾ ਪਾਣਾ ਮੰਨਣਾ ਸਮਝਣਾ ਬੜਾ ਔਖਾ ਹੈ, ਅਤੇ ਮੈਂ ਜਦੋਂ ਪਹਿਲੀ ਵਾਰ ਮਿਲਿਆ ਉਹਨਾਂ ਨੂੰ 10 ਸਾਲਾਂ ਬਾਅਦ ਗੁਰੂ ਕੇ ਬਾਗ ਸੀਗੇ, ਉੱਥੇ ਜਾ ਕੇ ਗੱਲਬਾਤ ਕੀਤੀ ਅਤੇ ਮੇਰੇ ਮਨ 'ਚ ਇਸ ਗੱਲ ਦਾ ਸੀ, ਮੈਂ ਕਿਹਾ ਵੀ ਤੂੰ ਪੜ੍ਹਿਆ ਲਿਖਿਆ ਸੀ ਕਮ ਸੇ ਕਮ ਸਾਨੂੰ ਚਿੱਠੀ ਲਿਖ ਦਿੰਦਾ ਵੀ ਮੈਂ ਆਹ ਸੇਵਾ ਕਰ ਰਿਹਾ ਜਾਂ ਫਲਾਣੇ ਸਾਧ ਮੈਂ ਟਿਕਿਆ। ਮੇਰੇ ਮਨ 'ਚ ਇਸ ਗੱਲ ਦਾ ਰੋਸ ਸੀ, ਪਰ ਬਾਬਾ ਜੀ ਨੇ ਕਿਹਾ ਕਿ ਇਹ ਰੱਬੀ ਪਾਣਾ ਹੈ, ਮੇਰੇ ਬਸ ਦੀ ਗੱਲ ਨਹੀਂ ਨਾ ਤੁਹਾਡੇ ਬਸ ਦੀ ਗੱਲ ਹੈ। ਜਦੋਂ ਇਹ ਗੱਲ ਕਹੀ ਤਾਂ ਮੈਂ ਚੁੱਪ ਕਰ ਗਿਆ ਵੀ ਠੀਕ ਹੈ, ਅਕਾਲ ਪੁਰਖ ਦਾ ਪਾਣਾ ਵਰਤਿਆ ਹੈ। ਸੋ ਉਹਨਾਂ ਨੇ 50 ਸਾਲ, ਤੁਸੀਂ ਸਾਡੇ ਨਾਲੋਂ ਜ਼ਿਆਦਾ ਜਾਣਦੇ ਹੈ ਕਿਉਂਕਿ 50 ਸਾਲ ਸੰਗਤ ਦੇ ਵਿੱਚ ਵਰਤੇ ਹੈ, ਸਾਡੇ ਕੋਲ ਤਾਂ ਸਿਰਫ ਉਹ 15 ਸਾਲ ਰਹੇ ਹੈ, ਅਤੇ ਬਾਕੀ ਸੰਗਤ ਜਿਹੜੀ ਸਾਰੀ ਹੈ ਉਹਨਾਂ ਦੇ ਵਿੱਚ ਉਹ 50 ਸਾਲ ਵਰਤਦੇ ਰਹੇ ਹੈ। ਸਾਡਾ ਪਿੰਡ ਜਿਹੜਾ ਹੈਗਾ ਪੁਰਾਣਾ ਪਿੰਡ ਤਾਂ ਲਾਇਲਪੁਰ ਜ਼ਿਲ੍ਹੇ ਸੀਗਾ, ਉੱਥੋਂ ਆ ਕੇ ਸਾਨੂੰ ਜ਼ਮੀਨ ਅਲੋਟ ਹੋਈ, ਜਿਹਦਾ ਜ਼ਿਲ੍ਹਾ ਹੁਣ ਹੈਗਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਅਤੇ ਉੱਥੋਂ ਫਤਿਹਗੜ੍ਹ ਸਾਹਿਬ ਮਾਰਗ ਹੈ, ਅਜੀਤ ਸਿੰਘ ਬਾਬਾ ਅਜੀਤ ਸਿੰਘ ਨਗਰ ਤੋਂ ਤਕਰੀਬਨ 10 ਕਿਲੋਮੀਟਰ 'ਤੇ ਸਾਡਾ ਪਿੰਡ ਹੈ ਸਵਾੜਾ। ਉਸ ਪਿੰਡ ਦੇ 'ਚ ਪਰਿਵਾਰ ਰਹਿੰਦਾ ਹੈ ਬਾਬਾ ਜੀ ਦੇ। ਬਾਬਾ ਜੀ ਉਹਦੇ 4 ਭਰਾ ਸਨ, ਇੱਕ ਇਹਨਾਂ ਤੋਂ ਵੱਡਾ ਹੈ, 2 ਛੋਟੇ ਅਤੇ 2 ਭੈਣਾਂ ਇਹਨਾਂ ਦੀਆਂ। ਬਾਕੀ ਸਾਡੇ ਪਰਿਵਾਰ ਜਿਹੜੇ ਹੈ ਸਾਰੇ ਪਿੰਡ ਸਵਾੜਾ ਦੇ 'ਚ ਰਹਿੰਦੇ ਹਾਂ, ਅਤੇ ਸਾਡੇ ਬਜ਼ੁਰਗਾਂ ਨੇ ਸੇਵਾ ਕੀਤੀ ਜਿਵੇਂ ਕਿ ਹੋਰ ਬਹੁਤ ਸਾਰੀਆਂ ਸੰਗਤਾਂ ਸਵਾੜੇ ਇਲਾਕੇ ਤਾਂ ਬਹੁਤ ਜ਼ਿਆਦਾ ਉਹਨਾਂ ਪਿੰਡਾਂ ਦੇ 'ਚ ਸੇਵਾ ਕਰਨ ਵਾਲੇ ਹੈਗੇ। ਸਾਡੇ ਬਜ਼ੁਰਗ ਜਿਹੜੇ ਸੀ ਉਹਨਾਂ ਨੇ ਗਏ ਜੈਤੋਂ ਦੇ ਮੋਰਚੇ 'ਚ, 5ਵਾਂ ਜੱਸਾ ਜਿਹੜਾ ਸੀ ਉਹ ਲਾਇਲਪੁਰ ਤੋਂ ਗਿਆ, ਉਹਦੇ 'ਚ ਉਹਨਾਂ ਨੇ ਸ਼ਮੂਲੀਅਤ ਕੀਤੀ। ਉਸ ਤੋਂ ਅੱਗੇ ਚੱਲਦੇ ਹੋਏ ਬਾਬਾ ਜੀ ਅਜਾਇਬ ਸਿੰਘ ਦਾ ਤੁਸੀਂ ਸਾਰੇ ਜਾਣਦੇ, ਅਤੇ ਇੱਕ ਹੋਰ ਘਟਨਾ ਵਾਪਰੀ, ਅਸੀਂ ਲੁਧਿਆਣੇ ਹੀ ਸੀਗੇ ਅਤੇ ਤੁਹਾਨੂੰ ਪਤਾ ਜਿਹੜੀ ਆ ਕਿ ਜਦੋਂ 10 ਹਨੇਰੀ ਚੱਲੀ ਉਹਦੇ 'ਚ ਮੇਰਾ ਬੇਟਾ ਛੋਟਾ 19 ਸਾਲ ਦੀ ਉਮਰ ਸੀਗੀ, ਉਹਨਾਂ ਨੇ ਜਰਵਾਣਿਆਂ ਨੇ ਫੜ ਕੇ ਉਹਨੂੰ ਮਾਰ ਦਿੱਤਾ। ਚਲੋ ਅਕਾਲ ਪੁਰਖ ਦਾ ਪਾਣਾ ਹੈ, ਬਾਬਾ ਜੈ ਸਿੰਘ ਵੀ ਗਏ, ਇਹਨਾਂ ਨੇ ਕੋਸ਼ਿਸ਼ ਕੀਤੀ ਜਾ ਕੇ ਲੱਭਣ ਦੀ, ਪੁੱਛਣ ਦੀ ਵੀ ਦੱਸੋ ਕੀ ਗੱਲ ਹੈ ਕੀ ਹੋਇਆ ਹੈ, ਪਰ ਤੁਹਾਨੂੰ ਪਤਾ ਸਾਰਿਆਂ ਨੂੰ ਇਸ ਤੁਹਾਡੇ ਉੱਤੇ ਤਾਂ ਜ਼ਿਆਦਾ
ਇਹੋ ਜਿਹੀ ਵਾਰਦਾਤਾਂ ਜਿਹੜੀਆਂ ਹੈਗੀਆਂ ਘਟੀਆਂ। ਸੋ ਮੈਂ ਸਾਰੀ ਸੰਗਤ ਜਿਹੜੀ ਆਈ ਹੈ ਅਤੇ ਹੋਰ ਮਹਾਂਪੁਰਸ਼ ਆਏ ਸਾਰੇ, ਉਹਨਾਂ ਦਾ ਪਰਿਵਾਰ ਵੱਲੋਂ ਬਹੁਤ ਧੰਨਵਾਦ ਕਰਦਾ, ਕਿਉਂਕਿ ਉਹਨਾਂ ਨੇ ਪਰਿਵਾਰ ਨੂੰ ਲਿਆਉਣ ਵਾਸਤੇ ਸੇਵਾ ਕੀਤੀ ਹੈ। ਅਤੇ ਮੈਂ ਬੇਨਤੀ ਕਰਦਾ ਕਿ ਅੱਗੋਂ ਵਾਸਤੇ ਵੀ ਉਹ ਪਰਿਵਾਰ ਨੂੰ ਯਾਦ ਰੱਖਣਗੇ, ਔਰ ਜੇ ਕੋਈ ਸੇਵਾ ਸਾਡੇ ਲਾਇਕ ਹੋਵੇ ਪਈ ਦੱਸਣਗੇ, ਤਾਂ ਅਸੀਂ ਮਹਾਰਾਜ ਦੀ ਕਿਰਪਾ ਦੇ ਨਾਲ ਸੇਵਾ ਵਿੱਚ ਹਾਜ਼ਰ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਹੁਣ ਅਤਿ ਸਨਮਾਨਯੋਗ ਮਹਾਂਪੁਰਖ ਸੰਤ ਬਾਬਾ ਅਮਰੀਕ ਸਿੰਘ ਜੀ ਪਟਿਆਲੇ ਵਾਲੇ, ਮਹਾਂਪੁਰਖ ਸੰਤ ਬਾਬਾ ਸਰਦਾਰਾ ਸਿੰਘ ਜੀ ਮੱਖਣ ਮੰਡੀ ਵਾਲੇ ਅਤੇ ਸਟੇਜ 'ਤੇ ਸੁਭਾਏਮਾਨ ਸਾਰੇ ਮਹਾਂਪੁਰਖਾਂ ਵੱਲੋਂ ਸਤਨਾਮ ਵਾਹਿਗੁਰੂ ਦਾ ਜਾਪ ਕਰਵਾਇਆ ਜਾਏਗਾ। ਸਾਰੀ ਸੰਗਤ ਨੇ ਬੜੇ ਪਿਆਰ ਦੇ ਨਾਲ ਹਾਜ਼ਰੀ ਭਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, 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 ਸਤਨਾਮ
ਸਤ ਨਾਮ ਵਾਹਿਗੁਰੂ 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 ਸਤ ਸਤ ਨਾਮ ਵਾਹਿਗੁਰੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮਿੰਟ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮਿੰਟ ਸਾਰੇ ਮਹਾਂਪੁਰਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਦੋ ਮਿੰਟ ਚੁੱਪ ਦਾ ਦਾਨ ਬਖਸ਼ੋ ਜੀ ਖੜ੍ਹ ਜਾਓ ਦੋ ਮਿੰਟ ਸਾਰੇ ਪਰਮ ਸਤਿਕਾਰਯੋਗ ਗੁਰੂ ਪਿਆਰੇ ਸਾਹ ਸਿੰਘ ਜੀ ਸੱਚਖੰਡ ਵਾਸੀ ਮਹਾਂਪੁਰਖ ਸੰਤ ਬਾਬਾ ਜੈਬ ਸਿੰਘ ਜੀ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਗੁਰੂ ਅਸਥਾਨਾਂ ਦੀਆਂ ਮਹਾਨ ਸੇਵਾਵਾਂ ਨਿਭਾਈਆਂ ਅਤੇ ਜਿਨ੍ਹਾਂ ਦਾ ਪਿਆਰ ਹਰ ਇੱਕ ਸੰਪਰਦਾਵਾਂ ਦੇ ਨਾਲ ਆਪਣੇ ਜੀਵਨ ਵਿੱਚ ਨਿਤਨੇਮ ਕਰਦਿਆਂ ਹੋਇਆਂ ਬਾਣੀ ਪੜ੍ਹਦਿਆਂ ਹੋਇਆਂ ਆਪਣਾ ਜੀਵਨ ਨੂੰ ਬਤੀਤ ਕੀਤਾ
ਉਹਨਾਂ ਦੇ ਥਾਂ ਤੇ ਅੱਜ ਮਹਾਂਪੁਰਖਾਂ ਦੀ ਸੇਵਾ ਵਿੱਚ ਅੱਜ ਜੋ ਸੰਤ ਬਾਬਾ ਸਾਗਰ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੂੰ ਸਾਰੀਆਂ ਸਿੱਖ ਸੰਪਰਦਾਵਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਦਮਦਮੀ ਟਕਸਾਲ ਦੇ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਅਤੇ ਸਮੁੱਚੀਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਕਾਰ ਸੇਵਾ ਵਾਲੇ ਮਹਾਂਪੁਰਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਹੀ ਕਾਰ ਸੇਵਾ ਵਾਲੇ ਮਹਾਂਪੁਰਖਾਂ ਵੱਲੋਂ ਸਾਰੀਆਂ ਸਿੱਖ ਸੰਪਰਦਾਵਾਂ ਵੱਲੋਂ ਸ਼ਹੀਦ ਪਰਿਵਾਰ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਾਹਿਬ ਅਤੇ ਸਾਰੀਆਂ ਸਿੱਖ ਸੰਪਰਦਾਵਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਾਰੀਆਂ ਸਿੱਖ ਸੰਪਰਦਾਵਾਂ ਵੱਲੋਂ ਅੱਜ ਇਹ ਸੇਵਾਵਾਂ ਸੌਂਪੀਆਂ ਜਾ ਰਹੀਆਂ ਹਨ। ਜੇਕਰ ਪਹਿਲਾਂ ਮੂਲ ਮੰਤਰ ਦੇ ਪਾਠ ਕਰੀਏ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਹੈ ਭੀ ਸੱਚ ਨਾਨਕ ਹੋਸੀ। ਇੱਕ ਓਅੰਕਾਰ ਕਰਤਾ ਪੁਰਖ ਨਿਰਵੈਰ ਅਜੂਨੀ ਸਾਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਹੈ ਭੀ ਸੱਚ ਨਾਨਕ ਹੋਸੀ। ਵਾਹਿਗੁਰੂ ਵਾਹਿਗੁਰੂ ਵਾਹ ਵਾਹਿਗੁਰੂ ਵਾਹ ਵਾਹਿਗੁਰੂ ਜੀ ਕਾ ਖਾਲਸਾ। ਬੋਲੇ ਸੋਨਿਹਾਂ ਬੋਲੇ ਸੋਨਿਹਾਂ ਬੋਲੇ ਸੋਨਿਹਾਂ ਸ੍ਰੀ ਅਕਾਲ ਬੋਲੇ ਸੋਨਿਹਾਂ ਬੋਲੇ ਬੋਲੇ
ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋਨਿਹਾਲ ਵਾਹਿਗੁਰੂ ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਸਮੂਹ ਸਿੱਖ ਸੰਪਰਦਾਵਾਂ ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ ਜੀ ਦਿੱਲੀ ਵਾਲੇ ਹਜ਼ੂਰ ਸਾਹਿਬ ਜੀ ਤੋਂ ਸੰਤ ਬਾਬਾ ਕਰਨੈਲ ਸਿੰਘ ਜੀ ਅਤੇ ਗੁਰੂ ਕੇ ਬਾਗ ਵੱਲੋਂ ਅਤੇ ਤਰਨ ਤਾਰਨ ਵੱਲੋਂ ਸੰਤ ਬਾਬਾ ਸੱਜਣ ਸਿੰਘ ਜੀ ਨੱਕੇ ਘੁੰਮਣਾ ਵੱਲੋਂ ਵੀ ਮਹਾਂਪੁਰਖਾਂ ਵੱਲੋਂ ਆਨੰਦ ਕਿਲ੍ਹਾ ਆਨੰਦਗੜ੍ਹ ਸਾਹਿਬ ਵੱਲੋਂ ਅਤੇ ਸੰਤ ਬਾਬਾ ਕਰਨੈਲ ਸਿੰਘ ਜੀ ਹਜ਼ੂਰ ਸਾਹਿਬ ਵੱਲੋਂ ਇਸੇ ਤਰ੍ਹਾਂ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਦਿੱਲੀ ਵਾਲੇ ਇਸੇ ਤਰ੍ਹਾਂ ਯੋਧੇ ਸੂਰਬੀਰ ਸ਼੍ਰੋਮਣੀ ਅਕਾਲੀ ਦਲ ਇੰਚਾਰਜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਅਤੇ ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰ ਸਾਹਿਬਾਨ ਹਲਕਾ ਇੰਚਾਰਜ ਭਾਈ ਰਣਜੀਤ ਸਿੰਘ ਜੀ ਸੱਜਣ ਵੰਡੀ ਸੰਤ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਪਟਿਆਲੇ ਵਾਲੇ ਮਹਾਂਪੁਰਖ ਸੰਤ ਬਾਬਾ ਸਤਨਾਮ ਸਿੰਘ ਗੁਰੂ ਸਾਹਿਬ ਵਾਲੇ ਸਿੰਘ ਸਾਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਸਤਾਰਾਂ ਅਰਪਣ ਕੀਤੀਆਂ ਜਾ ਰਹੀਆਂ ਹਨ ਦਮਦਮੀ ਟਕਸਾਲ ਦੇ ਮੁਖੀ ਹਾਂਜੀ ਰਵਿਦਾਸ ਤੋਂ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ ਤੋਂ ਅੱਛਾ ਹਾਂਜੀ ਸੰਤ ਬਾਬਾ ਅਜੀਤ ਸਿੰਘ ਜੀ ਤਰਨਾ ਦਲ ਮਹਿਤਾ ਚੌਂਕ ਭਾਈ ਜੈਦਰ ਬਾਬਾ ਬੋਹਰ ਸਿੰਘ ਜੀ ਰਤਵਾੜਾ ਸਾਹਿਬ ਤੋਂ ਮਹਾਂਪੁਰਖ ਪਹੁੰਚੇ ਹਨ ਸ਼੍ਰੀ ਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਵੱਲੋਂ ਸਾਰੇ ਜਥੇ ਦੇ ਸਿੰਘ ਭਾਈ ਪ੍ਰਕਾਸ਼ ਸਿੰਘ ਜੀ ਅਤੇ ਦਾਸ ਭਾਈ ਬੋਹਰ ਸਿੰਘ ਸਾਰੇ ਪਹੁੰਚੇ ਅਗਮਾਨ ਸਾਹਿਬ ਜੀ ਸੁਖਵਿੰਦਰ ਸਿੰਘ ਜੀ ਸ਼ਹੀਦੀ ਪਰਿਵਾਰ ਵੱਲੋਂ ਅਤੇ ਸੰਤ ਬਾਬਾ ਅਵਤਾਰ ਸਿੰਘ ਜੀ ਹੈੱਡ ਦਰਬਾਰ ਸੰਪਰਦਾ ਹਰਖੋਵਾਲ ਵੱਲੋਂ ਸੰਤ ਬਾਬਾ ਸੁੱਚਾ ਸਿੰਘ ਜੀ ਆਨੰਦਗੜ੍ਹ ਸਾਹਿਬ ਕਾਰ ਸੇਵਾ ਵਾਲੇ ਪੰਗਾਲੀ ਸਾਹਿਬ ਤੋਂ ਮਹਾਂਪੁਰਖ ਬਾਬਾ ਬੁੱਢਾ ਸਿੰਘ ਜੀ ਇੰਟਰਨੈਸ਼ਨਲ ਗ੍ਰੰਥੀ ਸਭਾ ਵੱਲੋਂ ਅਤੇ ਸਤਿਕਾਰਯੋਗ ਸਮੂਹ ਸਿੱਖ ਸੰਪਰਦਾਵਾਂ ਔਰ ਸਾਰੇ ਮਹਾਂਪੁਰਖ ਨਾਨਕਸਰ ਦੇ ਸਮੂਹ ਸੰਪਰਦਾਵਾਂ ਵੱਲੋਂ ਔਰ ਸੰਤ ਬਾਬਾ ਹਰੀ ਸਿੰਘ ਜੀ ਸੰਤ ਬਾਬਾ ਪ੍ਰਕਾਸ਼ ਸਿੰਘ ਜੀ ਬਾਜਪੁਰ ਤੋਂ ਨਾਨਕਸਰ ਦੀ ਸੰਪਰਦਾ ਔਰ ਇਸੇ ਤਰ੍ਹਾਂ ਹੀ ਰਾੜਾ ਸਾਹਿਬ ਤੋਂ ਨਾਨਕਸਰ ਕਾਰ ਸੇਵਾ ਵਾਲੀਆਂ ਸਿੱਖ ਸੰਪਰਦਾਵਾਂ ਸ਼੍ਰੋਮ ਸਿਆਲਕਾ ਸਾਹਿਬ ਬਾਬਾ ਦਿਲਬਾਗ ਸਿੰਘ ਜੀ ਬਾਬਾ ਕਿਰਪਾਲ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਆਲਕਾ ਸਾਹਿਬ ਔਰ ਉਹਨਾਂ ਵੱਲੋਂ ਵੀ ਸਰੋਪੋ ਦੀ ਬਖਸ਼ਿਸ਼ ਕੀਤੀ ਜਾ ਰਹੀ ਹੈ ਸੋ ਖਾਲਸਾ ਜੀ ਜੋ ਵੀ ਸੰਤ ਬਾਬਾ ਅਜਾਇਬ ਸਿੰਘ ਜੀ ਦੀ ਮਹਾਨ ਸੇਵਾਵਾਂ ਪੰਥ ਵਾਸਤੇ ਕੀਤੀਆਂ ਸੰਤ ਬਾਬਾ ਸਰਦਾਰਾ ਸਿੰਘ ਜੀ ਨੂੰ ਸਾਰੀਆਂ ਸੰਤ ਬਾਬਾ ਅਜਾਇਬ ਸਿੰਘ ਜੀ ਸਾਰੇ ਸੇਵਾਵਾਂ ਸੌਂਪੀਆਂ ਗਈਆਂ ਹਨ ਬਾਬਾ ਗੁਰਵਿੰਦਰ ਸਿੰਘ ਜੀ ਸਤਰਾਣੀ ਸਾਹਿਬ ਵੱਲੋਂ ਸਰੋਪਾ ਦੀ ਬਖਸ਼ਿਸ਼ ਹੋ ਰਹੀ ਹੈ
ਮੰਤਰੀ ਸਾਹਿਬ ਜੀ, ਧਾਰੀਵਾਲ ਮੰਤਰੀ ਸਾਹਿਬ ਜੀ ਵੀ ਮਾਣ ਸਨਮਾਨ ਕਰ ਰਹੇ ਹਨ। ਡੀਡੀਓ ਸਾਹਿਬ ਉਹ ਵੀ ਪਹੁੰਚੇ ਹਨ ਜੀ ਆਇਆਂ ਨੂੰ। ਜਿੰਨੇ ਵੀ ਮਹਾਂਪੁਰਖ ਧਾਰਮਿਕ ਅਤੇ ਸਿਆਸੀ ਪਾਰਟੀਆਂ ਦੇ ਗੁਰਮੁਖ ਪਿਆਰੇ ਪਹੁੰਚੇ ਹਨ, ਔਰ ਬਾਬਾ ਸਰਦਾਰਾ ਸਿੰਘ ਜੀ ਵੱਲੋਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ, ਸਰ ਭਗਵੰਤਪਾਲ ਸਿੰਘ ਜੀ ਉਹਨਾਂ ਵੱਲੋਂ ਵੀ ਸਰੋਪੋ ਦੀ ਬਖਸ਼ਿਸ਼ ਕੀਤੀ ਜਾ ਰਹੀ ਹੈ। ਬਾਬਾ ਜੋਗਿੰਦਰ ਸਿੰਘ ਜੀ ਲੋਪੋਕਿਆਂ ਵਾਲੇ ਮਹਾਂਪੁਰਖ ਅਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਦਮਦਮੀ ਟਕਸਾਲ ਦੇ ਨਾਲ ਬਾਬਾ ਜੀ ਦਾ ਬੂੜਾ ਬਹੁਤ ਗੂੜਾ ਸੰਬੰਧ ਸੀ ਸੰਤ ਬਾਬਾ ਜੈਬ ਸਿੰਘ ਜੀ ਦਾ, ਜੋ ਸਤ ਅੰਮ੍ਰਿਤ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਨਾਲ ਹਰ ਸਮੇਂ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਰਹੇ। ਇਸੇ ਤਰ੍ਹਾਂ ਹੀ ਸੱਚਖੰਡ ਵਾਸੀ ਮਹਾਂਪੁਰਖ ਬਾਬਾ ਠਾਕੁਰ ਸਿੰਘ ਸਾਹਿਬ ਜੀ ਨਾਲ ਵੀ ਬਹੁਤ ਪਿਆਰ ਅਤੇ ਸਤਿਕਾਰ ਲੈਂਦੇ ਰਹੇ। ਮੌਜੂਦਾ ਮੁਖੀ ਦਮਦਮੀ ਟਕਸਾਲ ਦੇ ਸ਼੍ਰੀ ਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨਾਲ ਹਰ ਵੇਲੇ ਕਈ ਵਾਰ ਰਾਤ ਨੂੰ ਵੀ ਫੋਨ ਲਾ ਲੈਣਾ ਔਰ ਗੁਰਮਤ ਅਨੁਸਾਰ ਔਰ ਸਲਾਹ ਮਸ਼ਵਰੇ ਕਰਦੇ ਰਹਿਣਾ, ਔਰ ਬਾਬਾ ਜੀ ਦੇ ਨਾਲ ਦਮਦਮੀ ਟਕਸਾਲ ਦੇ ਮੁਖੀ ਸ਼੍ਰੀ ਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਨੂੰ ਬਹੁਤ ਮਜਬੂਰੀ ਸੀ, ਇਸ ਕਰਕੇ ਬੰਬੇ ਪਹੁੰਚੇ ਹਨ। ਮਹਾਂਪੁਰਖਾਂ ਵੱਲੋਂ ਜਥੇ ਦੇ ਸਿੰਘ ਪਹੁੰਚੇ ਹਨ, ਹਾਂ ਜੋਧਪੁਰੀ ਵੀ ਜਿਨ੍ਹਾਂ ਨੇ 1984 ਵਿੱਚ ਜੋਧਪੁਰ ਦੀਆਂ ਜੇਲ੍ਹਾਂ ਕੱਟੀਆਂ, ਉਹ ਗੁਰਮੁਖ ਪਿਆਰਾ ਵੱਲੋਂ ਹੀ ਮਾਣ ਸਨਮਾਨ ਦਿੱਤਾ ਜਾ ਰਿਹਾ। ਨਿੱਕੇ ਘੁੰਮਣਾ ਤੋਂ ਸੰਤ ਬਾਬਾ ਬੁੱਧ ਸਿੰਘ ਜੀ ਜਿਨ੍ਹਾਂ ਦੀਆਂ ਪੰਥਕ ਮਹਾਨ ਸੇਵਾ, ਉਹ ਵੀ ਬੜੇ ਪਿਆਰ ਨਾਲ ਸਰੋਪੋ ਦੀ ਬਖਸ਼ਿਸ਼ ਕਰ ਰਹੇ ਹਨ। ਸੋ ਜਿਸ ਤਰ੍ਹਾਂ ਆਪ ਜੀ ਸੰਗਤਾਂ ਸੱਚਖੰਡ ਵਾਸੀ ਮਹਾਂਪੁਰਖ ਜਿਹੜਾ ਮੇਰੇ ਵੀਰਾਂ ਨੇ ਸੰਤਾਂ ਮਹਾਂਪੁਰਸ਼ਾਂ ਨੇ ਦਸਤਾਰ ਸਤਿਕਾਰ ਕਰਦੇ ਸੋ ਸਹਿਯੋਗ ਦਿੰਦੇ ਸੋ ਬਰਾਜਮਾਨ ਹੁੰਦੇ ਜਾਣ ਮੇਰੇ ਵੀਰ ਬਹਿੰਦੇ ਜਾਣ ਜੀ ਨੇ, ਮਗਰ ਰਾਸ਼ ਨਾ ਪਵੇ ਬਾਬਾ ਸਾਗਤ ਸਿੰਘ ਜੀ ਨੂੰ ਵੀ ਸਹਿਯੋਗ ਦਿੰਦੇ ਰਹਿਣਾ ਮਹਾਂਪੁਰਸ਼ਾਂ ਨੂੰ ਹੱਥ ਜੋੜ ਕੇ ਬੇਨਤੀ ਆ ਸਾਲ ਦੇ ਮੁਖੀ ਸ਼੍ਰੀ ਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਵੱਲੋਂ। ਬਾਬਾ ਜੀ, ਬਾਬਾ ਜੀ, ਬਾਬਾ ਜੀ ਮੱਥਾ ਨਹੀਂ ਟੇਕਣਾ, ਮੱਥਾ ਨਹੀਂ ਫਤਿਹ ਬੁਲਾਓ ਬਾਬਾ ਤਿਆਗੀ ਜੀ ਮੱਤੇਵਾਲ ਉਹਨਾਂ ਵੱਲੋਂ ਵੀ ਸਰੋਪੋ ਦੀ ਬਖਸ਼ ਮੱਥਾ ਨਹੀਂ ਕਹਿੰਦੇ ਮੇਰੇ ਵੀਰ ਟੇਕਣਾ, ਫਤਿਹ ਬੁਲਾਉਣੀ ਆ, ਫਤਿਹ ਬੁਲਾਉਣੀ ਫਤਿਹ, ਹਾਂਜੀ ਫਤਿਹ ਬੁਲਾਉਣੀ ਆ, ਫਤਿਹ ਬੁਲਾਓ ਫਤਿਹ। ਬਾਬਾ ਗੁਰਦੀਪ ਸਿੰਘ ਜੀ ਬਾਬਾ ਅਸੀਸ ਨੂੰ ਉਹ ਵੀ ਸਰੋਪੋ ਦੀ ਬਖਸ਼ਿਸ਼ ਕਰ ਰਹੇ ਹਨ, ਫਤਿਹ ਬੁਲਾਉਣੀ ਫਤਿਹ ਗੁਰੂ ਪਿਆਰਿਓ ਫਤਿਹ। ਇੱਕ ਮੱਥਾ ਨਹੀਂ ਕਿ ਗੁਰੂ ਪਿਆਰੇ ਨੇ ਟੇਕਣਾ, ਇੱਕ ਗੋਡੀ ਹੱਥ ਨਹੀਂ ਲਾਉਣਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਫਤਿਹ ਬੁਲਾਉਣੀ ਫਤਿਹ ਵਾਸਤੇ ਬਾਬਾ ਜੀ ਸਾਤਨਾ ਬਾਈ ਕੱਥੂ ਨੰਗਲ ਤੋਂ ਮਹਾਂਪੁਰਖ ਇਹ ਬਾਬਾ ਜੀ ਦੀ ਆਪਣੀ ਜਥੇਬੰਦੀ ਆਈ ਆ ਜਨਮ ਸਥਾਨ ਤੋਂ ਪਹੁੰਚੇ ਹਨ। ਵਾਹਿਗੁਰੂ 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 ਸਾਤਨਾ ਵਾਹਿ ਸਾਤਨਾ ਵਾਹਿ ਆ ਲਿਆ ਫੜਾ ਦੋ ਫੜਾ ਦੋ ਫੜਾ ਦੋ ਇੱਥੇ ਰੱਖੀ ਜਾ ਰੱਖੀ ਜਾ ਬਾਬਾ ਜੀ ਫਤਿਹ ਬੁਲਾ ਕੇ ਫਤਿਹ ਬੁਲਾ ਕੇ ਫਤਿਹ ਬੁਲਾ ਕੇ ਤੁਰੇ ਜਾਓ ਮੇਰਾ ਵੀਰ ਫਤਿਹ ਬੁਲਾ ਕੇ ਪਿੱਛੇ ਹੁੰਦੇ ਜਾਓ। ਸਾਰੀਆਂ ਸਿੱਖ ਸੰਪਰਦਾਵਾਂ ਵੱਲੋਂ ਬੜੇ ਪਿਆਰ ਤੇ ਸ਼ਰਧਾ ਦੇ ਨਾਲ ਉੱਤੇ ਸੀਸ ਦੇ ਸੀਸ ਦੇ ਲਾਓ ਸੀਸ ਦੇ ਲਾ ਕੇ ਫੜਾਈ ਜਾਓ ਜ਼ਿਆਦਾ ਨਹੀਂ ਪਾਉਂਦਾ ਕੀਤਾ ਜਾ ਰਿਹਾ। ਹਾਂਜੀ 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 ਫੜਾਈ ਜਾਓ ਪਿੱਛੇ ਫੜਾਈ ਜਾਓ। ਜਿਨ੍ਹਾਂ ਨੇ ਸਰੋਪੋ ਦੀ ਬਖਸ਼ਿਸ਼ ਕਰ ਦਿੱਤੀ ਹੈ ਉਹ ਕਿਰਪਾ ਕਰਕੇ ਆਪੋ ਆਪਣੇ ਸਥਾਨ ਤੇ ਬੈਠਣ ਦੀ ਕਿਰਪਾਲਤਾ ਕਰਨ ਜੀ। ਫਤਿਹ ਬੁਲਾਓ ਫਤਿਹ ਜਿੱਦਾਂ ਭੈਣ ਫਤਿਹ ਬੁਲਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਫਤਿਹ ਬੁਲਾਉਣੀ ਆ ਸ੍ਰੀ ਅਕਾਲ ਸਾਨੂੰ ਭਾਵੇਂ ਨਿਹਾਲ ਹੋ ਜਾਵੇ ਸ੍ਰੀ ਅਕਾਲ।
ਸੰਤ ਬਾਬਾ ਗੁਰਭੇਜ ਸਿੰਘ ਜੀ ਮੁੱਖ ਬੁਲਾਰਾ ਸੰਤ ਸਮਾਜ ਵੱਲੋਂ ਵੀ ਹਾਜ਼ਰੀਆਂ ਭਰੀਆਂ ਜਾ ਰਹੀਆਂ ਹਨ। ਬੜੇ ਪਿਆਰ ਦੇ ਨਾਲ ਆਪ ਜੀ ਸੰਤ ਬਾਬਾ ਸੱਜਣ ਸਿੰਘ ਜੀ ਬੇਰ ਸਾਹਿਬ ਵਾਲੇ ਜਿੱਦਣ ਦਾ ਮਹਾਂਪੁਰਖਾਂ ਨੇ ਸਰੀਰ ਤਿਆਗਿਆ ਹੈ ਉਦਣ ਤੋਂ ਲੈ ਕੇ ਸਾਰੀਆਂ ਸੇਵਾਵਾਂ ਸੰਤ ਬਾਬਾ ਹਰਨਾਮ ਸਿੰਘ ਜੀ ਦਾ ਬਚਨ ਮੰਨਦਿਆਂ ਹੋਇਆਂ ਉਦਣ ਦੀਆਂ ਸਾਰੀਆਂ ਸੇਵਾਵਾਂ ਨਿਭਾ ਰਹੇ ਹਨ। ਕਾਰ ਸਭਾ ਗੁਰਦੁਆਰਾ ਗਾਂਪੁਰ ਸਾਹਿਬ ਤੋਂ ਵੀ ਮਹਾਂਪੁਰਖ ਪਹੁੰਚੇ ਹਨ, ਉਹਨਾਂ ਦਾ ਧੰਨਵਾਦ। ਵਾਹਿਗੁਰੂ ਫਤਿਹ ਬੁਲਾ ਕੇ ਫਤਿਹ ਬੁਲਾ ਕੇ ਫਤਿਹ ਬੁਲਾਉਣੀ ਫਤਿਹ ਉੱਠ ਕੇ ਫਤਿਹ ਬੁਲਾ ਰਹੇ ਸਾਰੀਆਂ ਸੰਗਤਾਂ ਉੱਠ ਕੇ ਬਾਬਾ ਜਕਰਾ ਫਤਿਹ ਬੁਲਾਓ ਸਾਰੇ ਪਿਆਰ ਦੇ ਨਾਲ ਬਾਬਾ ਜੀ ਸਤਨਾਮ ਦਾ ਜਾਪ ਵੀ ਕਰਾਉਣਗੇ ਸਾਰੀਆਂ ਸੰਗਤਾਂ ਨੂੰ ਫਤਿਹ ਵੀ ਵਜਾਉਣਗੇ ਸਾਰੀਆਂ ਸੰਗਤਾਂ ਦੇ ਪ੍ਰਵਾਨ ਕਰਨੇ ਹਰ ਤਰੀਕੇ ਨਾਲ ਮਹਾਂਪੁਰਖਾਂ ਦਾ ਆਪ ਜੀ ਨੇ ਸਹਿਯੋਗ ਦਿੰਦੇ ਰਹਿਣਾ ਹੈ। ਦਮਦਮੀ ਟਕਸਾਲ ਦੇ ਮੁਖੀ ਸ਼੍ਰੀ ਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਵੱਲੋਂ ਵੀ ਬੇਨਤੀ ਹੈ ਜਦੋਂ ਵੀ ਬਾਬਾ ਜੀ ਦਾ ਸੁਨੇਹਾ ਆਵੇਗਾ ਹਰ ਤਰੀਕੇ ਨਾਲ ਦਮਦਮੀ ਟਕਸਾਲ ਆਪ ਜੀ ਦੇ ਨਾਲ 24 ਘੰਟੇ ਹਰ ਸਮੇਂ ਖੜੀ ਹੈ। ਬੋਲੇ ਸੋ ਮਹਾਰਾਜ ਜੀ ਇੱਕ ਉੱਠ ਕੇ ਬਾਬਾ ਜੀ ਫਜੇ ਕਿਤੇ ਜੀ ਉੱਠ ਉੱਠ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਨੇ ਜਕਾਰੇ ਦੀ ਆਵਾਜ਼ ਦੇ ਨਾਲ ਆਪਾਂ ਬਾਬਾ ਜੀ ਦਾ ਸਮਰਥਨ ਕਰਨਾ ਹੈ, ਹਰ ਸੇਵਾ ਵਿੱਚ ਬਾਬਾ ਜੀ ਦੇ ਨਾਲ ਹਾਜ਼ਰ ਰਹਿਣਾ ਹੈ। ਸਾਰੀਆਂ ਸੰਗਤਾਂ ਦਾ ਜਕਾਰਾ ਛੱਡੇਗਾ, ਸਾਰੀਆਂ ਸੰਗਤਾਂ ਨੇ ਹੱਥ ਖੜੇ ਕਰਕੇ ਪ੍ਰਵਾਨਗੀ ਦੇਣੀ ਜੀ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਸਾਰੀਆਂ ਸੰਗਤਾਂ ਨੇ ਪ੍ਰਣ ਕੀਤਾ ਕਿ ਹਰ ਸਮੇਂ ਅਸੀਂ ਸੰਤ ਬਾਬਾ ਸਾਗਰ ਸਿੰਘ ਜੀ ਮਹਾਂਪੁਰਖਾਂ ਦਾ ਸਹਿਯੋਗ ਦਿੰਦੇ ਰਹਾਂਗੇ। ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਦੇ ਭਰਾਤਾ ਜੀ ਸਰੋਪੋ ਦੀ ਬਖਸ਼ਿਸ਼ ਕਰ ਰਹੇ ਹਨ। ਸਰਦਾਰਾ ਸਿੰਘ ਬਾਬਾ ਸਰਦਾਰਾ ਸਿੰਘ ਸੰਤ ਬਾਬਾ ਸਰਦਾਰਾ ਸਿੰਘ ਜੀ ਜੋ ਸੇਵਾਵਾਂ ਵਿੱਚ ਆਪਣਾ ਸਾਰਾ ਜੀਵਨ ਜਿਨ੍ਹਾਂ ਨੇ ਔਰ ਪਹਿਲੋਂ ਲੈ ਕੇ ਤਨ ਮਨ ਧਨ ਸਭ ਸਹੁੰ ਗੁਰ ਕੋ ਹੁਕਮ ਮੰਨਿਆ ਪਾਈਏ। ਬਾਬਾ ਜੈਬ ਸਿੰਘ ਦੇ ਛੋਟੇ ਭਰਾ ਜੀ ਉਹ ਵੀ ਦਸਤਾਰ ਲੈ ਕੇ ਪਹੁੰਚੇ ਆਏ ਨੇ, ਇਹ ਬਾਬਾ ਸਰਦਾਰਾ ਸਿੰਘ ਦੇ ਨਾਲ ਖੜੇ ਨੇ। ਬਾਬਾ ਜੈਬ ਸਿੰਘ ਜੀ ਦੇ ਛੋਟੇ ਭਰਾ ਸੰਤ ਬਾਬਾ ਸੁਖਦੇਵ ਸਿੰਘ ਜੀ ਆਨੰਦਪੁਰ ਸਾਹਿਬ ਵਾਲੇ ਵੀ ਹਾਜ਼ਰੀਆਂ ਭਰ ਰਹੇ ਹਨ। ਹੁਣ ਸਮਾਪਤੀ ਕਰੋ, ਆਨੰਦ ਸਾਹਿਬ ਪੜ੍ਹਾਈਏ। ਹਾਂਜੀ 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 ਕਰੋ ਨਾ।
ਬਾਬਾ ਜੀ ਸਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੈਬ ਸਿੰਘ ਦੇ ਚਾਚਾ ਜੀ ਉਹ ਵੀ ਦਸਤਾਰ ਲੈ ਕੇ ਪਹੁੰਚੇ, ਬਾਬਾ ਜੀ ਨੂੰ ਭੇਟਾ ਕਰਨ ਲੱਗੇ ਆ। ਬਾਬਾ ਜੀ, ਬਾਬਾ ਅਜੈਬ ਸਿੰਘ ਦੇ ਚਾਚਾ ਜੀ, ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਗੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨਿਸ਼ਾਂ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਆਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਦ ਤੂਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਹੈ। ਤੁਮ ਮਾਤ ਪਿਤਾਮ ਸੁਖ ਕਨੇਰੇ ਕੋਏ ਨ ਜਾਣ ਤੁਮਰਾ ਅੰਤ ਉੱਚੇ ਤੇ ਊਚਾ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਦਾਨੀ ਨਾਨਕ ਦਾਸ ਸਦਾ ਤੁਧ ਆਗਿਆਰ ਦਾਸ ਹਮਾਰੇ ਦਿਓ ਪਿੰਡ ਸਭ ਤੇਰਾ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਉ ਨ ਜਾਣ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਾਈਨ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈਐ ਜੇ ਸਡਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲਾ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਾਈ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸਾਂ ਸੁਵਾਸਾਂ ਨਾਲ ਨਿਭਾਏ ਤਿੰਨਾਂ ਦੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲਾ ਦੇ
ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ, ਚੇਤਾ ਮਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਦ, ਪੰਥ ਕੇ ਜੇਤਾ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੇ ਵਾਹਿਗੁਰੂ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਦੇ ਵਾਹਿਗੁਰੂ ਬੋਲੋ ਦੇ। ਸਿੱਖਾਂ ਦਾ ਮਨ ਨੀਵਾਂ ਮਤ ਉੱਚੇ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ, ਅਕਾਲ ਪੁਰਖ ਵਾਹਿਗੁਰੂ ਦੇ ਧੰਨ ਧੰਨ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸੋਢੀ ਸੁਲਤਾਨ, ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਸਾਹਿਬੇ ਕਮਾਲ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੇ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਰਾਜਾਨ ਰਾਜਪਾਨਾਨ ਪਾਨ ਦੇਵਾਨ ਦੇਵੀ ਉਪਮਾ ਮਹਾਨ, ਐਸ ਦੀਨ ਦਿਆਲ ਸਤਿਗੁਰੂ ਤਖਤ ਚਵਰ ਛਤਰ ਦੇ ਮਾਲਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸਮੂਹ ਸੰਗਤ ਵੱਲੋਂ ਅਰਦਾਸ ਬੇਨਤੀ ਜੋਦੜੀ ਹੈ। ਗਰੀਬ ਨਿਵਾਜ ਪਾਤਸ਼ਾਹ ਜੀਓ, ਆਪ ਜੀ ਦੇ ਪਾਵਨ ਪਵਿੱਤਰ ਮਾਂ ਵਾਕ ਹਨ, ਸੇਵਕ ਕੀ ਓੜਕਨ ਬਹੀ ਪ੍ਰੀਤਾ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤਾ, ਜਨਮ ਮਰਨ ਦੋਹੋਂ ਮੈਂ ਨਾਹੀਂ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ। ਗਰੀਬ ਨਿਵਾਜ ਪਾਤਸ਼ਾਹ ਜੀਓ,
ਇਹ ਨਾਮਾ ਵਕਨ ਸੱਚ ਪਾਤਸ਼ਾਹ ਜੀ ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਆਪ ਜੀ ਦੇ ਚਰਨ ਸੇਵਕ ਨਿਰਮਲ ਆਤਮਾ ਰੱਬੀ ਰੰਗ ਵਿੱਚ ਰੰਗੀ ਰੂਹ ਪਾਤਸ਼ਾਹ ਜੀ ਆਪ ਜੀ ਦੇ ਗੁਰਧਾਮਾਂ ਦੀਆਂ ਸੇਵਾਵਾਂ ਕਰਾਉਣ ਵਾਲੇ ਸ੍ਰੀਮਾਨ ਸੰਤ ਬਾਬਾ ਅਜੈਬ ਸਿੰਘ ਜੀ ਪਾਤਸ਼ਾਹ ਜੀਓ ਆਪ ਜੀ ਦੇ ਭੇਜੇ ਹੋਏ ਸੰਸਾਰ ਤੇ ਆਏ ਸਨ ਆਪ ਜੀ ਦੇ ਬੁਲਾਵੇ ਅਨੁਸਾਰ ਜਿਨ ਤੁਮ ਭੇਜੇ ਤਿਨਹੇ ਬੁਲਾਏ ਸੁਖ ਸਹਿਜ ਸੇਤੀ ਘਰ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਧੁਨ ਨਿਹਚਲ ਰਾਜ ਕਮਾਓ ਪਾਤਸ਼ਾਹ ਜੀ ਇਹਨਾਂ ਮਾਵਕ ਅਨੁਸਾਰ ਸੰਸਾਰਕ ਯਾਤਰਾ ਕਰਦੇ ਹੋਏ ਗੁਰਧਾਮਾਂ ਦੀਆਂ ਸੇਵਾਵਾਂ ਕਰਾਉਂਦੇ ਹੋਏ ਅੱਜ ਤੋਂ ਕੁਝ ਦਿਨ ਪਹਿਲਾਂ ਸੱਚ ਖੰਡ ਪਿਆਨਾ ਕਰ ਗਏ ਹਨ ਗਰੀਬ ਨਿਵਾਜ ਪਾਤਸ਼ਾਹ ਜੀਓ ਸਮੂਹ ਸੰਪਰਦਾ ਵੱਲੋਂ ਕਾਰ ਸੇਵਾ ਵਾਲੇ ਮਹਾਂਪੁਰਖਾਂ ਵੱਲੋਂ ਸ੍ਰੀਮਾਨ ਸੰਤ ਬਾਬਾ ਸਰਦਾਰਾ ਸਿੰਘ ਜੀ ਵੱਲੋਂ ਤਥਾ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਗਰੀਬ ਨਿਵਾਜ ਪਾਤਸ਼ਾਹ ਜੀਓ ਮਹਾਂਪੁਰਖਾਂ ਦੇ ਦੁਸਹਿਰੇ ਦੇ ਸੰਬੰਧ ਅੰਦਰ ਤੁਰਕੀ ਬਾਣੀ ਰੱਬੀ ਬਾਣੀ ਇਲਾਹੀ ਬਾਣੀ ਦੇ ਜਾਪ ਕਰਵਾ ਕੇ ਭੋਗ ਪਵਾਉਣਾ ਕੀਤੇ ਉਪਰੰਤ ਖੁੱਲੇ ਪੰਡਾਲ ਅੰਦਰ ਸੁੰਦਰ ਦੀਵਾਨ ਸੱਜੇ ਸੱਜੇ ਦੀਵਾਨਾ ਅੰਦਰ ਤੁਰਕੀ ਬਾਣੀ ਰੱਬੀ ਬਾਣੀ ਇਲਾਹੀ ਬਾਣੀ ਦੇ ਸ਼ਬਦ ਕੀਰਤਨ ਗੁਰਮਤ ਵਿਚਾਰਾਂ ਹੋਈਆਂ ਸੱਚੇ ਪਿਤਾ ਵਾਹਿਗੁਰੂ ਜੀ ਆਪ ਕਿਰਪਾਲੂ ਹੋ ਦਿਆਲੂ ਹੋ ਦਇਆ ਦੇ ਸਾਗਰ ਅੰਤਰਜਾਮੀ ਹੋ ਕਿਰਪਾ ਕਰਨੀ ਸਤਿਗੁਰੂ ਜੀਓ ਮਹਾਂਪੁਰਖਾਂ ਨੂੰ ਜਿਸ ਤਰ੍ਹਾਂ ਪਾਤਸ਼ਾਹ ਜੀ ਲੋਕ ਵਿੱਚ ਆਪ ਜੀ ਨੇ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਆ ਪਰ ਲੋਕ ਵਿੱਚ ਵੀ ਪਾਤਸ਼ਾਹ ਜੀਓ ਆਪਣੇ ਪਾਵਨ ਸਵਰੂਪ ਦੀ ਅਭਿੱਧਤਾ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਗਰੀਬ ਨਿਵਾਜ ਪਾਤਸ਼ਾਹ ਜੀ ਪਿੱਛੇ ਸਮੂਹ ਸੰਗਤਾਂ ਨੂੰ ਪਰਿਵਾਰਾਂ ਨੂੰ ਸੰਪਰਦਾ ਨੂੰ ਪਾਣਾ ਮੰਨਣ ਦਾ ਬਲ ਬਖਸ਼ਣਾ ਅਤੇ ਪਾਤਸ਼ਾਹ ਜੀ ਮਹਾਨ ਕਿਰਪਾ ਕਰਨੀ ਬਾਬਾ ਸਰਦਾਰਾ ਸਿੰਘ ਜੀ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਮਹਾਂਪੁਰਖਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਇਸੇ ਤਰ੍ਹਾਂ ਮਹਾਨ ਗੁਰਧਾਮਾਂ ਦੀਆਂ ਸੇਵਾਵਾਂ ਕਰਨ ਦੇ ਬਲ ਬਖਸ਼ਦੇ ਰਹਿਣਾ ਗਰੀਬ ਨਿਵਾਜ ਪਾਤਸ਼ਾਹ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸਤਿਗੁਰੂ ਜੀਓ ਦਰ ਤੇ ਆਈ ਸਾਧ ਸੰਗਤ ਦੀ ਦਰ ਹਾਜ਼ਰੀ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਆਪਣੇ ਦਰੋਂ ਘਰੋਂ ਸਿੱਖੀ ਸਦਕ ਭਰੋਸਾ ਨਾਮਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸਤਿਗੁਰੂ ਜੀ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਮਹਾਂਪੁਰਖਾਂ ਦੇ ਦੁਸਹਿਰੇ ਦੇ ਸਮਾਗਮਾਂ ਅੰਦਰ ਤਨ ਮਨ ਧਨ ਕਰਕੇ ਹਾਜ਼ਰੀਆਂ ਭਰੀਆਂ ਸੇਵਾਵਾਂ ਕੀਤੀਆਂ ਗਈਆਂ ਨੇ ਪਾਤਸ਼ਾਹ ਜੀਓ ਸਟੇਜ ਦੀਆਂ ਸੇਵਾਵਾਂ ਲੰਗਰਾਂ ਦੀਆਂ ਸੇਵਾਵਾਂ ਜੋੜੇ ਘਰਾਂ ਦੀਆਂ ਸੇਵਾਵਾਂ ਸਟੈਂਡ ਦੀਆਂ ਸੇਵਾਵਾਂ ਜਿੱਥੇ ਜਿੱਥੇ ਵੀ ਸੰਗਤਾਂ ਨੇ ਸੇਵਾਵਾਂ ਨਿਭਾਈਆਂ ਨੇ ਸਰਬੱਤ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ ਕੀਤੀ ਹੋਈ ਸੇਵਾ ਥਾਂ ਪਾਵਣੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਪਰਿਵਾਰਾਂ ਅੰਦਰ ਖੁਸ਼ੀਆਂ ਖੇੜੇ ਪ੍ਰਦਾਨ ਕਰਨੇ ਸਮੂਹ ਸੰਗਤ ਨੂੰ ਅੰਮ੍ਰਿਤ ਵੇਲਾ ਨਿਤਨੇਮ ਦੀਆਂ ਦਾਤਾਂ
ਬਾਣੀ ਬਾਣੀ ਨਾਲ ਪਿਆਰ ਬਖਸ਼ਣਾ, ਗੁਰੂ ਗ੍ਰੰਥ ਗੁਰੂ ਪੰਥ ਦੀ ਸੇਵਾ ਕਰਨ ਦੇ ਬਲ ਬਖਸ਼ਣੇ, ਹਰ ਪੱਖ ਸਹਾਇਤਾ ਕਰਨੀ, ਗਰੀਬ ਨਿਵਾਜ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ ਗੁਰਮਤ ਵਿਚਾਰਾਂ ਆਨੰਦ ਸਾਹਿਬ ਜੀ ਕੀ ਅਰਦਾਸ ਹੋਈਆਂ ਭੁੱਲਾ ਚੁੱਕਾਂ ਦੀ ਮਾਫ਼ੀ ਬਖਸ਼ੋ, ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਅਣਕ ਪ੍ਰਕਾਰ ਭੋਜਨ ਵਾ ਕੀਏ ਬਾ ਬਿੰਜਨ ਮਿਸ਼ਟਾਏ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ ਦੇ ਮਾਂ ਵਾਕਾਂ ਅਨੁਸਾਰ ਭੋਗ ਲੱਗੇ ਲੱਗਿਆ ਭੋਗ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਗਰੀਬ ਨਿਵਾਜ ਪਾਤਸ਼ਾਹ ਜੀਓ ਸੇਵਕਾਂ ਵੱਲੋਂ ਆਪ ਜੀ ਨੂੰ ਸੁੰਦਰ ਮਾਲੇ ਭੇਟਾ ਕੀਤੇ ਗਏ ਹਨ, ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪ੍ਰਲੋਕ ਪੜਦੇ ਕੱਜਣੇ, ਦੁਕਾਲੰ ਪ੍ਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰਗ ਬਪੂਤੇ ਵਾਲੀਆਂ ਬਖਸ਼ਾਂ ਕਰਨੀਆਂ, ਕਬੀਰ ਸੇਵਾ ਕਉ ਦੋਏ ਭਲੇ ਏਕ ਸੰਤ ਏਕ ਰਾਮ, ਰਾਮ ਜੋ ਦਾਤਾ ਮੁਕਤ ਕਉ ਸੰਤ ਜਪਾਵੈ ਨਾਮ, ਪਾਤਸ਼ਾਹ ਜੀ ਐਸੀਆਂ ਬਖਸ਼ਾਂ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਿਰਪਾ ਕਰੋ ਪਾਵਨ ਫੁਰਮਾਨ ਬਖਸ਼ੋ, ਦਾਰਾਈ ਸਾਧ ਸੰਗ ਸੇਵਕਾਂ ਨੂੰ ਕਰਤਾਰਥ ਕਰੋ, ਸੁਖ ਹੋਵੇ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਦੋਹਰਾ ਆਗਿਆ ਭਈਆ ਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋ ਚਾਹ, ਰਾਜ ਕਰੇਗਾ ਖਾਲਸਾ, ਹਵਾਰ ਹੋਏ ਸਭ ਮਿਲੇਂਗੇ, ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੇ ਕੇ ਫਤਿਹ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ, ਗੁਰਮੁਖ ਭੋਜਨ ਭਾਉ ਚਾਉ ਅਲੱਲਿਆ, ਗੁਰਮੁਖ ਨਿਹਚਲ ਚਿੱਤ ਨ ਹੱਲੈ ਹੱਲਿਆ, ਗੁਰਮੁਖ ਸੱਚ ਅਲਾਉ ਭਲੀ ਹੂੰ ਭੱਲਿਆ, ਗੁਰਮੁਖ ਸੱਦੇ ਜਾਣ
ਆਵਣ ਘੱਲਿਆ ਸੁਖ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਂਦ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਾਵਾਂ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ ਸੁਖ ਸੁਨੇਹ ਅਰ ਭੈ ਨਹੀਂ ਜਾਕੈ ਕੰਚਨ ਮਾਟੀ ਮਾਨੈ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ ਸੁਖ ਸੁਨੇਹ ਅਰ ਭੈ ਨਹੀਂ ਜਾਕੈ ਕੰਚਨ ਮਾਟੀ ਮਾਨੈ ਰਹਾ ਨਹਿ ਨਿੰਦਿਆ ਨਹਿ ਉਸਤਤ ਜਾਕੈ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹਿ ਨਿਆਰ ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ ਜਗਤੇ ਰਹੈ ਨਿਰਾਸਾ ਕਾਮ ਕ੍ਰੋਧ ਜੇ ਪਰਸੈ ਨਾਹਨ ਤਿਹ ਘਟ ਬ੍ਰਹਮ ਨਿਵਾਸਾ ਗੁਰ ਕਿਰਪਾ ਜਿਹ ਨਰਕਉ ਕੀਨੀ ਤਿਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉਂ ਪਾਨੀ ਸੰਗ ਪਾਨੀ ਗੁਰ ਕਿਰਪਾ ਜਿਹ ਨਰ ਕਉ ਕੀਨੀ
ਤਿਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉਂ ਜਿਉਂ ਪਾਨੀ ਸੰਗ ਪਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਪਾਤਸ਼ਾਹ ਜੀ ਦੇ ਮਹਾਂਵਾਕਾਂ ਅਨੁਸਾਰ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਭਾਉ ਜਨ ਕੇ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਐਸੀ ਮਹਾਨ ਪਵਿੱਤਰ ਆਤਮਾ ਸੰਤ ਬਾਬਾ ਅਜੈਬ ਸਿੰਘ ਜੀ ਕਾਰ ਸੇਵਾ ਵਾਲੇ ਜੋ ਕਿ ਪਿਛਲੇ ਦਿਨੀ ਆਪਾਂ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਸੱਚਖੰਡ ਜਾ ਬਿਰਾਜੇ ਸਨ ਤਿਨ੍ਹਾਂ ਦੇ ਨਿਮਿੱਤ ਗੁਰਮਤਿ ਸਮਾਗਮ ਰੱਖੇ ਗਏ। ਆਪਾਂ ਸਾਰਿਆਂ ਨੇ ਸੰਗਤੀ ਰੂਪ ਦੇ ਵਿੱਚ ਇਹੀ ਅਰਦਾਸ ਕੀਤੀ ਹੈ ਪਾਤਸ਼ਾਹ ਜੀ ਮਹਾਂਪੁਰਸ਼ਾਂ ਨੂੰ ਸਦੀਵ ਕਾਲ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਔਰ ਦੂਸਰਾ ਨੁਕਤਾ ਗੁਰਮੁਖ ਪਿਆਰੇ ਮਹਾਂਪੁਰਸ਼ ਇਹ ਦੱਸਿਆ ਕਰਦੇ ਹਨ ਕਿ ਇਹੋ ਜਿਹੀਆਂ ਰੂਹਾਂ ਨੂੰ ਗੁਰੂ ਪਰਮੇਸ਼ਰ ਬਾਰ ਬਾਰ ਸੰਸਾਰ 'ਤੇ ਭੇਜਦੇ ਰਹਿਣ ਤਾਂ ਕਿ ਐਸੇ ਪਰਉਪਕਾਰ ਦੇ ਕਾਰਜ ਜਿਹੜੇ ਹਨ ਐਸੇ ਗੁਰਮੁਖ ਪਿਆਰੇ ਕਰਦੇ ਰਹਿਣ। ਸੰਤ ਬਾਬਾ ਅਜੈਬ ਸਿੰਘ ਜੀ ਨੇ ਦਾਸ ਨੂੰ ਆਪ ਹੀ ਦੱਸਿਆ ਸੀ ਕਿ ਪਹਿਲਾਂ ਕਿਵੇਂ ਸ਼੍ਰੀ ਤਰਨ ਤਾਰਨ ਸਾਹਿਬ ਵਾਲੇ ਮਹਾਂਪੁਰਸ਼ਾਂ ਦੇ ਨਾਲ ਬਾਬਾ ਜੀ ਨੇ ਬਚਪਨ ਦੇ ਵਿੱਚ ਸੇਵਾ ਕੀਤੀ ਸੀ ਸੰਤ ਬਾਬਾ ਜਗਤਾਰ ਸਿੰਘ ਜੀ ਦੇ ਨਾਲ, ਬਾਅਦ ਦੇ ਵਿੱਚ ਸੰਤ ਬਾਬਾ ਹਜ਼ਾਰਾ ਸਿੰਘ ਜੀ ਮਹਾਂਪੁਰਸ਼ਾਂ ਦੇ ਨਾਲ ਬਚਨ ਕਰਕੇ ਬੇਨਤੀ ਕਰਕੇ ਆਪਣੇ ਨਾਲ ਲੈ ਆਏ ਸਨ। ਸੋ ਸਾਧ ਸੰਗਤ ਜੀ ਸਾਰਾ ਜੀਵਨ ਬ੍ਰਹਮਚਰਜ ਦੇ ਵਿੱਚ ਰਹਿ ਕੇ ਐਸੀਆਂ ਮਹਾਨ ਸੇਵਾਵਾਂ ਕਰਨੀਆਂ ਇਹੋ ਜਿਹੇ ਮਹਾਂਪੁਰਸ਼ਾਂ ਦੇ ਹਿੱਸੇ ਹੀ ਆਉਂਦੀਆਂ ਹਨ। ਸੋ ਸਾਧ ਸੰਗਤ ਜੀ ਨਾਲ ਦੀ ਨਾਲ ਸਿੱਖ ਪੰਥ ਦੀਆਂ ਸਮੁੱਚੀਆਂ ਜਥੇਬੰਦੀਆਂ ਕਾਰ ਸੇਵਾ ਵਾਲੇ ਮਹਾਂਪੁਰਸ਼ ਦਮਦਮੀ ਟਕਸਾਲ ਸ਼੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੇ ਵੀ ਸੰਦੇਸ਼ ਭੇਜਿਆ ਹੈ। ਸੋ ਦਾਸਰਿਆਂ ਨੇ ਵੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵੱਲੋਂ ਹਾਜ਼ਰੀ ਭਰੀ ਹੈ। ਸੋ ਸਾਧ ਸੰਗਤ ਜੀ ਸੰਤ ਬਾਬਾ ਸਰਦਾਰਾ ਸਿੰਘ ਜੀ ਜਿਨ੍ਹਾਂ ਦੀ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ ਸੇਵਾ ਸੰਭਾਲ ਦਸਤਾਰਬੰਦੀ ਹੋਈ ਹੈ। ਸੋ ਸਾਧ ਸੰਗਤ ਜੀ ਜੋ ਦਾਸ ਦੇ ਪਿੰਡ ਖਿਦੋਵਾਲੀ ਦੇ ਬਾਬਾ ਸਰਦਾਰਾ ਸਿੰਘ ਜੀ ਹਨ, ਇਹੀ ਸਾਡੀ ਸਾਰਿਆਂ ਦੀ ਅਰਦਾਸ ਹੈ ਕਿ ਮਹਾਰਾਜ ਸੰਤ ਬਾਬਾ ਸਰਦਾਰਾ ਸਿੰਘ ਜੀ ਦੇ ਸੀਸ 'ਤੇ ਮਿਹਰ ਭਰਿਆ ਹੱਥ ਰੱਖਣ, ਜਿਹੜੀਆਂ ਮਹਾਨ ਜ਼ਿੰਮੇਵਾਰੀਆਂ ਮਹਾਨ ਸੇਵਾਵਾਂ
ਪਾਤਸ਼ਾਹ ਜੀ ਨੇ ਝੋਲੀ ਦੇ ਵਿੱਚ ਪਾਈਆਂ ਹਨ। ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਕੇ ਚੜ੍ਹਦੀ ਕਲਾ ਦੇ ਨਾਲ ਆਪ ਮਹਾਰਾਜ ਜੀ ਅੰਗ ਸੰਗ ਹੋ ਕੇ ਉਹ ਸੇਵਾਵਾਂ ਕਰਵਾਉਂਦੇ ਰਹਿਣ, ਇੰਨੀ ਹਾਜ਼ਰੀ ਪ੍ਰਵਾਨ ਕਰਨੀ। ਬਾਬਾ ਸੁਖਦੇਵ ਸਿੰਘ ਜੀ ਦਮਦਮੀ ਟਕਸਾਲ ਵਾਲੇ ਮੁੱਖ ਬੁਲਾਰੇ, ਉਹਨਾਂ ਨੇ ਵਿਸਥਾਰ ਨਾਲ ਸਾਰੀਆਂ ਸੰਪਰਦਾਵਾਂ ਦੇ ਮੁਖੀਆਂ ਦੇ ਨਾਮ ਵੀ ਆਪ ਜੀ ਦੇ ਸਾਹਮਣੇ ਰੱਖੇ ਹਨ। ਸੋ ਅਰਦਾਸ ਦੀ ਇੰਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਸੱਚਖੰਡ ਵਾਸੀ ਮਹਾਂਪੁਰਖ ਸੰਤ ਬਾਬਾ ਅਜਾਇਬ ਸਿੰਘ ਜੀ ਮੱਖਣ ਮੰਡੀ ਵਾਲੇ, ਜੋ ਕੁਝ ਦਿਨ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ, ਤਿੰਨਾਂ ਦੇ ਅਰਦਾਸ ਸਮਾਗਮ ਦੇ ਅੰਦਰ ਜੁੜ ਬੈਠ ਕੇ ਆਪ ਜੀ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੀ ਹਾਜ਼ਰੀ ਭਰ ਕੇ ਗੁਰਬਾਣੀ ਦੇ ਇਲਾਹੀ ਕੀਰਤਨ ਸਰਵਣ ਕੀਤੇ ਨੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਨਮਾਨਯੋਗ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ, ਤਿੰਨਾਂ ਨੇ ਆਪ ਜੀ ਨੂੰ ਪਾਵਨ ਮੁੱਖ ਵਾਕ ਸਰਵਣ ਕਰਵਾਇਆ ਹੈ। ਮਹਾਂਪੁਰਖਾਂ ਦੀ ਘਾਲਣਾ ਦੇ ਪ੍ਰਥਾਏ ਬੜੇ ਸੰਖੇਪ ਬਚਨ ਆਪ ਜੀ ਦੇ ਨਾਲ ਸਾਂਝੇ ਕੀਤੇ ਨੇ। ਸਨਮਾਨਯੋਗ ਸਿੰਘ ਸਾਹਿਬ ਜੀ ਦਾ ਹਾਰਦਿਕ ਤੌਰ 'ਤੇ ਧੰਨਵਾਦ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਨਮਾਨਯੋਗ ਹੈੱਡ ਗ੍ਰੰਥੀ ਔਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਨਮਾਨਯੋਗ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਆਪਣੇ ਪੰਥਕ ਰੁਝੇਵਿਆਂ ਦੇ ਕਾਰਨ ਅੱਜ ਦੇ ਸਮਾਗਮਾਂ ਦੇ ਅੰਦਰ ਹਾਜ਼ਰ ਨਹੀਂ ਹੋ ਸਕੇ। ਉਹਨਾਂ ਦੇ ਵੱਲੋਂ ਉਹਨਾਂ ਦੇ ਨਿੱਜੀ ਸਹਾਇਕ ਸਰਦਾਰ ਅਜੀਤ ਸਿੰਘ ਜੀ ਪਹੁੰਚੇ ਨੇ, ਜੋ ਦਸਤਾਰ ਲੈ ਕੇ ਆਏ ਨੇ ਔਰ ਸਨਮਾਨਯੋਗ ਸਿੰਘ ਸਾਹਿਬਾਨ ਦਾ ਸੰਦੇਸ਼ ਸਾਰੀ ਸੰਗਤ ਦੇ ਸਾਹਮਣੇ ਪੇਸ਼ ਕਰਨ ਵਾਸਤੇ ਆਏ ਨੇ। ਮੈਂ ਸਨਿਮਰ ਬੇਨਤੀ ਕਰਾਂਗਾ ਉਹ ਸਟੇਜ 'ਤੇ ਆ ਕੇ ਆਪ ਸਾਰੀ ਸੰਗਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਤਰਫ ਤੋਂ ਬਾਬਾ ਜੀ ਦੇ ਪ੍ਰਥਾਏ ਜਿਹੜਾ ਪਾਵਨ ਸੰਦੇਸ਼ ਆਇਆ ਉਹ ਪੜ੍ਹ ਕੇ ਸਰਵਣ ਕਰਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ 'ਤੇ, ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਅਜਾਇਬ ਸਿੰਘ ਜੀ ਦੇ ਦੁਸਹਿਰੇ ਸਮੇਂ ਇਕੱਤਰ ਹੋਏ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਬਹੁਤ ਹੀ ਸਤਿਕਾਰਯੋਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਭਾਈ ਬਲਵਿੰਦਰ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਨੂੰ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਹੁਕਮਨਾਮਾ ਸਰਵਣ ਕਰਾਇਆ, ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਹੁਕਮਨਾਮੇ ਦੇ ਅੰਦਰ ਹੀ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜੋ ਨਰ ਦੁਖਮਾ ਦੁੱਖ ਨੇ ਮਾਨੈ, ਸੁੱਖ ਸੁਨੇਹ ਹਰ ਭੈ ਨੇ ਜਾਕੇ ਕੰਚਨ ਮਾਟੀ ਮਾਨੈ ਦਾ ਉਪਦੇਸ਼ ਦੇਣਾ ਕੀਤਾ। ਸਿੱਖ ਪੰਥ ਦੀ ਸਰਵਉੱਚ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੇ ਇਸ ਸਮੇਂ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਅਤੇ ਸਿੱਖ ਪੰਥ ਸਿੱਖ ਸੰਗਤਾਂ ਦੇ ਨਾਮ 'ਤੇ ਸੋਗ ਸੰਦੇਸ਼ ਭੇਜਣਾ ਕੀਤਾ ਹੈ। ਸਤਿਕਾਰਯੋਗ ਸਿੰਘ ਸਾਹਿਬ ਜੀ ਨੇ ਲਿਖਣਾ ਕੀਤਾ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੇ ਸੇਵਾਦਾਰ, ਸੇਵਾ ਦੇ ਪੁੰਜ,
ਸਤਿਕਾਰਯੋਗ ਬਾਬਾ ਅਜੈਬ ਸਿੰਘ ਜੀ ਕਾਰ ਸੇਵਾ ਗੁਰਦੁਆਰਾ ਗੁਰੂ ਕੇ ਬਾਗ ਵਾਲੇ, ਜੋ ਕਿ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਪਿਛਲੇ ਦਿਨੀ ਅਕਾਲ ਪੁਰਖ ਵੱਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਖਰਚ ਕਰਕੇ ਗੁਰੂ ਚਰਨਾਂ ਵਿੱਚ ਜਾ ਬਰਾਜੇ ਹਨ। ਜੰਮਣ ਅਤੇ ਮਰਨਾ ਵਾਹਿਗੁਰੂ ਦੇ ਭਾਣੇ ਵਿੱਚ ਹੈ, ਫਿਰ ਵੀ ਜਦੋਂ ਕੋਈ ਸੇਵਾ ਅਤੇ ਪਰ ਉਪਕਾਰੀ ਆਤਮਾ ਇਸ ਸੰਸਾਰ ਤੋਂ ਜਾਂਦੀ ਹੈ ਤਾਂ ਪੰਥ ਅਤੇ ਪਰਿਵਾਰ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪੈਂਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਫਰਮਾਨ ਹੈ, ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਬਾਬਾ ਅਜੈਬ ਸਿੰਘ ਜੀ ਪੰਥਕ ਸੋਚ ਅਤੇ ਪੰਥਕ ਜਜ਼ਬੇ ਵਾਲੇ ਬਹੁਤ ਹੀ ਉੱਚੇ ਸੁੱਚੇ ਜੀਵਨ ਦੇ ਧਾਰਨੀ ਅਤੇ ਨਿੱਘੇ ਸੁਭਾਅ ਦੇ ਮਾਲਕ ਸਨ। ਉਹਨਾਂ ਨੇ ਬਹੁਤ ਸਾਰੇ ਗੁਰੂ ਘਰ ਦੀਆਂ ਇਮਾਰਤਾਂ ਦਾ ਨਿਰਮਾਣ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ। ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਵਿੱਚ ਸਵਾਸ ਨਿਵਾਸ ਬਖਸ਼ਣ ਅਤੇ ਕਾਰ ਸੇਵਾ ਸੰਪਰਦਾ ਸੰਗਤਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਗੁਰੂ ਪੰਥ ਦਾ ਦਾਸ ਰਘਬੀਰ ਸਿੰਘ ਸਾਹਿਬ, ਗਿਆਨੀ ਰਘਬੀਰ ਸਿੰਘ ਜੀ, ਸੋ ਅਕਾਲ ਤਖ਼ਤ ਸਾਹਿਬ ਜੋ ਸਿੱਖ ਪੰਥ ਦੀ ਸਰਵ ਸੰਸਥਾ ਹੈ, ਜਹੇਦਰ ਸਾਹਿਬ ਜੀ ਨੇ ਸੰਗਤਾਂ ਦੇ ਨਾਮ ਸੰਦੇਸ਼ ਭੇਜਣਾ ਕੀਤਾ। ਸੰਗਤਾਂ ਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਦੇ ਨਾਲ ਜਿਨ੍ਹਾਂ ਨੂੰ ਅੱਜ ਸੇਵਾ ਮਿਲੀ ਹੈ, ਬਾਬਾ ਸਰਦਾਰਾ ਸਿੰਘ ਜੀ ਜਿਨ੍ਹਾਂ ਨੂੰ ਆਪਾਂ ਬਾਬਾ ਸਰਦਾਰਾ ਸਿੰਘ ਜੀ ਮੋਰਚਾ ਸਾਹਿਬ ਵਾਲਿਆਂ ਕਰਕੇ ਯਾਦ ਕਰਦੇ ਆ, ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰ ਉਹਨਾਂ ਕੋਲੋਂ ਆਪਣੇ ਦਰ ਦੀਆਂ ਸੇਵਾਵਾਂ ਜਿਹੜੇ ਹੈ ਉਹ ਪ੍ਰਾਪਤ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਹਿ ਦਿਲੋਂ ਧੰਨਵਾਦ ਹੈ ਸਰਦਾਰ ਅਜੀਤ ਸਿੰਘ ਜੀ, ਨਿੱਜੀ ਸਹਾਇਕ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਨੂੰ ਸਿੰਘ ਸਾਹਿਬ ਜੀ ਦਾ ਸੰਦੇਸ਼ ਸਰਵਣ ਕਰਵਾਇਆ ਹੈ। ਦਲ ਪੰਥ ਸੰਪਰਦਾਇ ਬਾਬਾ ਬਿਧੀ ਚੰਦ ਵੱਲੋਂ ਮਹਾਂਪੁਰਖ ਬਾਬਾ ਅਵਤਾਰ ਸਿੰਘ ਜੀ ਦੇ ਹੁਕਮਾਂ ਅਨੁਸਾਰ ਸੇਵਾਦਾਰ ਪਹੁੰਚੇ ਨੇ, ਤਹਿ ਦਿਲੋਂ ਧੰਨਵਾਦ ਹੈ ਜੀ। ਬਾਬਾ ਚਰਨ ਸਿੰਘ ਜੀ ਗੁਰੂ ਕਾ ਬਾਗ, ਬਾਬਾ ਜੋਗਿੰਦਰ ਸਿੰਘ ਜੀ ਲੋਪੋ ਕੇ ਪਹੁੰਚੇ ਨੇ, ਧੰਨਵਾਦ ਹੈ। ਸੰਤ ਬਾਬਾ ਮਨਮੋਹਨ ਸਿੰਘ ਜੀ ਭੰਗਾਲੀ ਵਾਲੇ, ਸੰਤ ਬਾਬਾ ਕਿਰਪਾਲ ਸਿੰਘ ਜੀ ਗੁਰੂ ਕਾ ਬਾਗ ਵਾਲੇ ਪਹੁੰਚੇ ਨੇ, ਤਹਿ ਦਿਲੋਂ ਧੰਨਵਾਦ ਹੈ। ਮਹਾਂਪੁਰਖ ਬਾਬਾ ਅਜੈਬ ਸਿੰਘ ਜੀ ਦੇ ਗੜਬਈ, ਬਾਬਾ ਰਾਜੂ ਜੀ ਪਹੁੰਚੇ ਨੇ, ਤਹਿ ਦਿਲੋਂ ਧੰਨਵਾਦ ਹੈ। ਗਿਆਨੀ ਪ੍ਰੇਮ ਸਿੰਘ ਜੀ ਕਨੇਡਾ ਵਾਲੇ, ਸਰਦਾਰ ਬਲਜੀਤ ਸਿੰਘ ਜੀ ਸਿੱਧੋ ਲੇਲ ਪਹੁੰਚੇ ਨੇ, ਤਹਿ ਦਿਲੋਂ ਧੰਨਵਾਦ ਹੈ। ਮੁੱਖ ਬੁਲਾਰੇ ਸੰਤ ਸਮਾਜ ਸੰਪਰਦਾਇ ਹਰਖੋਵਾਲ, ਮਹਾਂਪੁਰਖ ਸੰਤ ਬਾਬਾ ਗੁਰਭੇਜ ਸਿੰਘ ਜੀ ਹਾਜ਼ਰੀ ਲਵਾ ਰਹੇ ਨੇ, ਤਿੰਨਾਂ ਦਾ ਧੰਨਵਾਦ ਹੈ ਜੀ। ਗਿਆਨੀ ਸੁੱਚਾ ਸਿੰਘ ਜੀ ਹੈੱਡ ਗ੍ਰੰਥੀ, ਉਹਨਾਂ ਦਾ ਵੀ ਧੰਨਵਾਦ ਹੈ। ਨਗਰ ਚੂੰਗ ਤੋਂ ਸਰਦਾਰ ਹਰਜੀਤ ਸਿੰਘ ਜੀ ਮਹਿਤਾ, ਸਰਦਾਰ ਮਹਿੰਗਾ ਸਿੰਘ ਜੀ ਸਰਪੰਚਾ ਪਹੁੰਚੇ ਨੇ, ਤਹਿ ਦਿਲੋਂ ਧੰਨਵਾਦ ਹੈ। ਸਰਦਾਰ ਰੇਸ਼ਮ ਸਿੰਘ ਜੀ ਭੁੱਲਰ, ਚੇਅਰਮੈਨ ਮਜੀਠਾ ਤੋਂ ਪਹੁੰਚੇ ਨੇ, ਧੰਨਵਾਦ ਹੈ। ਸਰਦਾਰ ਗੁਰਜਿੰਦਰ ਸਿੰਘ ਜੀ ਢਭਈਆਂ, ਚੇਅਰਮੈਨ ਸਾਹਿਬ ਪਹੁੰਚੇ ਨੇ, ਧੰਨਵਾਦ ਹੈ। ਸਰਦਾਰ ਮਿੱਤਰਪਾਲ ਸਿੰਘ ਜੀ ਪੱਤਰਕਾਰ ਸਾਹਿਬਾਨ ਪਹੁੰਚੇ ਨੇ, ਉਹਨਾਂ ਦਾ ਧੰਨਵਾਦ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਮੱਤੇਵਾਲ ਤੋਂ ਸਾਡੇ ਸਤਿਕਾਰਯੋਗ ਮੈਂਬਰ ਐਡਵੋਕੇਟ ਸਰਦਾਰ ਭਗਵੰਤ ਸਿੰਘ ਜੀ ਸਿਆਲਕਾ ਜੀ ਪਹੁੰਚੇ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਹਲਕਾ ਜੰਡਿਆਲਾ ਗੁਰੂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਨਮਾਨਯੋਗ ਮੈਂਬਰ ਜਥੇਦਾਰ ਸਰਦਾਰ ਅਮਰਜੀਤ ਸਿੰਘ ਜੀ ਬਡਾਲਾ ਜੀ ਹਾਜ਼ਰੀ ਲਵਾ ਰਹੇ ਨੇ, ਤਿੰਨਾਂ ਦਾ ਧੰਨਵਾਦ ਹੈ। ਸਰਦਾਰ ਜਸਪਾਲ ਸਿੰਘ ਜੀ ਪੱਤਰਕਾਰ ਸਾਹਿਬ ਬੈਠੇ ਨੇ, ਉਹਨਾਂ ਦਾ ਧੰਨਵਾਦ ਹੈ ਜੀ। ਬਾਬਾ ਗੁਰਸੇਵਕ ਸਿੰਘ ਜੀ ਜੀਰਾ ਤੋਂ ਪਹੁੰਚੇ ਨੇ, ਧੰਨਵਾਦ ਹੈ। ਪੰਜਾਬ ਸਰਕਾਰ ਦੇ ਮਾਣਯੋਗ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਜੀ ਧਾਲੀਵਾਲ ਔਰ ਸਰਦਾਰ ਹਰਭਜਨ ਸਿੰਘ ਜੀ ETO ਸਾਹਿਬ ਹਾਜ਼ਰੀ ਲਵਾ ਕੇ ਗਏ ਨੇ, ਤਿੰਨਾਂ ਦਾ ਧੰਨਵਾਦ ਹੈ।
ਹਲਕਾ ਮਜੀਠਾ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਸਰਦਾਰ ਜਗਵਿੰਦਰਪਾਲ ਸਿੰਘ ਜੱਗਾ ਜੀ ਹਾਜ਼ਰੀ ਲਵਾ ਕੇ ਗਏ ਨੇ, ਤਿੰਨਾਂ ਦਾ ਧੰਨਵਾਦ ਹੈ। ਸਰਦਾਰ ਰਣਜੀਤ ਸਿੰਘ ਜੀ USA ਮੱਖਣ ਮਿੰਡੀ ਸਾਰੇ ਪ੍ਰੋਗਰਾਮਾਂ ਨੂੰ ਲਾਈਵ ਸਰਵਣ ਕਰਵਾ ਰਹੇ ਨੇ, ਉਹਨਾਂ ਦਾ ਧੰਨਵਾਦ ਹੈ ਜੀ। ਮਹਾਂਪੁਰਖ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮੁਖੀ ਸੰਤ ਸਮਾਜ ਔਰ ਦਮਦਮੀ ਟਕਸਾਲ, ਉਹਨਾਂ ਦੇ ਵੱਲੋਂ ਭਾਈ ਸੁਖਦੇਵ ਸਿੰਘ ਜੀ ਪਹੁੰਚੇ ਨੇ। 2 ਮਿੰਟ ਵਾਸਤੇ ਆਪ ਸਾਰੀ ਸੰਗਤ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਗੁਰਦੁਆਰਾ ਭਗਤਾਂ ਦਾ ਡੇਰਾ ਤਰਸਿੱਕਾ ਤੋਂ ਮਹਾਂਪੁਰਖ ਬਾਬਾ ਗੁਰਦੇਵ ਸਿੰਘ ਜੀ ਪਹੁੰਚੇ ਨੇ, ਤਹਿ ਦਿਲੋਂ ਧੰਨਵਾਦ ਹੈ। ਮਹਾਂਪੁਰਖ ਸੰਤ ਬਾਬਾ ਸ਼ਿੰਦਰ ਸਿੰਘ ਜੀ ਸਭਰਾਵਾਂ ਵਾਲੇ ਵਿਦੇਸ਼ ਦੀ ਧਰਤੀ 'ਤੇ ਨੇ, ਉਹਨਾਂ ਦੇ ਵੱਲੋਂ ਜਥੇਦਾਰ ਬਾਬਾ ਸੁਖਮਿੰਦਰ ਸਿੰਘ ਜੀ ਪਹੁੰਚੇ ਨੇ, ਤਹਿ ਦਿਲੋਂ ਧੰਨਵਾਦ ਹੈ। ਸਾਰੀ ਸੰਗਤ ਨੂੰ ਇੱਕ ਜ਼ਰੂਰੀ ਬੇਨਤੀ ਹੈ ਜੀ ਕਿ ਜਿਹੜੀਆਂ ਸੰਗਤਾਂ ਨੇ ਵਾਪਸ ਜਾਣਾ ਹੈ, ਜੇਠੂਵਾਲ ਨਗਰ ਵਾਲਾ ਰਸਤਾ ਬੰਦ ਹੋ ਚੁੱਕਾ ਹੈ, ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜੀ ਕਿ ਵਾਇਆ ਫਤਿਹਗੜ੍ਹ ਸ਼ੁਕਰ ਚੱਕ ਜਾਣ ਦੀ ਕਿਰਪਾਲਤਾ ਕੀਤੀ ਜਾਵੇ। ਦੁਬਾਰਾ ਫਿਰ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਕਿ ਜੇਠੂਵਾਲ ਵਾਲਾ ਰਸਤਾ ਬੰਦ ਹੋ ਚੁੱਕਾ ਹੈ, ਜਿਹੜੀਆਂ ਸੰਗਤਾਂ ਨੇ ਵਾਪਸ ਜਾਣਾ ਹੈ ਉਹ ਕਿਰਪਾ ਕਰਕੇ ਵਾਇਆ ਫਤਿਹਗੜ੍ਹ ਸ਼ੁਕਰ ਚੱਕ ਜਾਣ ਦੀ ਖੇਚਲ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਨਮ ਮਰਨ ਦੋਹੂੰ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਓ ਲੈਣ ਮਿਲਾਏ। ਪਰਮ ਸਤਿਕਾਰਯੋਗ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀਓ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਸੱਚਖੰਡ ਵਾਸੀ ਮਹਾਂਪੁਰਖ ਸੰਤ ਬਾਬਾ ਜੈਬ ਸਿੰਘ ਜੀ ਦੇ ਦੁਸਹਿਰੇ ਦੇ ਭੋਗ 'ਤੇ ਸਰਬੱਤ ਸਿੱਖ ਸੰਪਰਦਾਵਾਂ ਸਿੰਘ ਸਾਹਿਬਾਨ ਹਾਜ਼ਰੀ ਭਰ ਰਹੇ ਹੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਤੇ ਝੁਕਾਓ, ਸੀਸ ਗੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਬਾਬਾ ਜੈਬ ਸਿੰਘ ਜੀ ਦੀਆਂ ਮਹਾਨ ਸੇਵਾਵਾਂ ਦਾਸ ਨੂੰ ਯਾਦ ਹੈ। ਅੰਮ੍ਰਿਤ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਸਮੇਂ ਜਦੋਂ ਮਹਿਤੇ ਗੁਰਦੁਆਰਾ ਸਾਹਿਬ ਲੰਗਰ ਹਾਲ ਦਾ ਲੈਂਟਰ ਪੈ ਰਿਹਾ ਸੀ, ਉਦੋਂ ਸੀਮਿੰਟ ਨਹੀਂ ਸੀ ਕਿਤੋਂ ਮਿਲ ਰਿਹਾ। ਸੰਤ ਬਾਬਾ ਹਜ਼ਾਰਾ ਸਿੰਘ ਜੀ ਗੁਰੂ ਕੇ ਬਾਗ ਵਾਲੇ ਉਹਨਾਂ ਮਹਾਂਪੁਰਖਾਂ ਕੋਲ ਸਾਨੂੰ ਟਰੱਕ ਦੇ ਕੇ ਭੇਜਿਆ। ਉੱਥੇ ਸ਼੍ਰੀ ਸੰਤ ਬਾਬਾ ਜੈਬ ਸਿੰਘ ਜੀ ਨੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ, ਉਦੋਂ ਟਰੱਕ ਭਰ ਕੇ ਜੋ ਸੀਮਿੰਟ ਦਾ ਭੇਜਿਆ ਸੀ, ਕਹਿਣ ਤੋਂ ਮੁਰਾਦ ਕਿ ਦਮਦਮੀ ਟਕਸਾਲ ਦੇ ਨਾਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਤੋਂ ਲੈ ਕੇ ਮਹਾਂਪੁਰਖ ਬਾਬਾ ਜੈਬ ਸਿੰਘ ਜੀ ਦਾ ਅਥਾਹ ਪਿਆਰ, ਉਸ ਤੋਂ ਉਪਰੰਤ ਸੱਚਖੰਡ ਵਾਸੀ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ, ਇਸੇ ਤਰ੍ਹਾਂ ਹੀ ਮੌਜੂਦਾ ਮੁਖੀ ਸ਼੍ਰੀ ਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, 6 ਜੂਨ ਨੂੰ ਜਦੋਂ ਵੀ ਮਹਾਂਪੁਰਖਾਂ ਨੇ ਸੁਨੇਹਾ ਭੇਜਣਾ, ਸਾਰੀਆਂ ਗੱਡੀਆਂ ਔਰ ਇਸੇ ਤਰ੍ਹਾਂ ਪਾਣੀ ਵਾਲੇ ਟੈਂਕਰ ਅਤੇ ਆਪ ਵੀ ਹਾਜ਼ਰ ਹੋ ਜਾਇਆ ਕਰਦੇ ਸਨ। ਔਰ ਕਈ ਵਾਰ ਦਾਸ ਨੇ ਦੇਖਣਾ, ਕਿਉਂਕਿ ਮੇਰਾ ਬੜਾ ਪਿਆਰਾ ਪੁਰਾਣਾ ਪਿਆਰ ਸੀ ਬਾਬਾ ਜੀ ਦੇ ਨਾਲ, 10 ਵਜੇ ਕਈ ਵਾਰੀ ਰਾਤ ਦੇ 12 ਵਜੇ ਵੀ
ਸੰਤ ਬਾਬਾ ਹਰਨਾਮ ਸਿੰਘ ਜੀ ਦੇ ਨਾਲ ਸਲਾਹ ਮਸ਼ਵਰਾ ਕਰ ਲਾਂ। ਥੋੜ੍ਹੇ ਸਮੇਂ ਦੀ ਗੱਲ ਹੀ ਹੈ ਕਿ ਸੰਤ ਬਾਬਾ ਜੈਬ ਸਿੰਘ ਜੀ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਪਹੁੰਚੇ। ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਨੂੰ ਕਹਿਣ ਲੱਗੇ, ਬਾਬਾ ਜੀ ਸਾਡੀ ਇੱਛਾ ਹੈ ਕਿ ਅਮਰੀਕਾ ਵਿੱਚ ਜਾ ਕੇ ਵੀ ਸੇਵਾਵਾਂ ਜਿਹੜੀਆਂ ਚੱਲ ਰਹੀਆਂ ਉੱਥੋਂ ਵੀ ਸੇਵਾਵਾਂ ਲੈ ਕੇ ਆਈਏ। ਮਹਾਂਪੁਰ ਕਹਿਣ ਲੱਗੇ, ਬਾਬਾ ਜੀ ਹੁਕਮ ਕਰੋ, ਪਿਆਰ ਹੈ ਨਾ। ਕਹਿਣ ਲੱਗੇ, ਬਾਬਾ ਜੀ ਸਾਨੂੰ ਰਾਹਦਾਰੀ ਚਾਹੀਦੀ ਹੈ। ਅਤੇ ਮਹਾਂਪੁਰ ਕਹਿਣ ਲੱਗੇ, ਬਾਬਾ ਜੀ ਤੁਸੀਂ ਵਚਨ ਕਰੋ, ਕਿੰਨਿਆਂ ਸਿੰਘਾਂ ਦੀ ਮੰਗਾਉਣੀ ਹੈ, ਓਨੀਆਂ ਰਾਹਦਾਰੀਆਂ ਹਾਜ਼ਰ ਹੋਣਗੀਆਂ। ਉਹ ਵੱਖਰੀ ਗੱਲ ਹੈ ਕਿ ਵਾਹਿਗੁਰੂ ਨਹੀਂ ਪਾਇਆ ਅੱਗੇ। ਸੋ ਇਹੋ ਜਿਹੇ ਮਹਾਨ ਸੇਵਾਦਾਰ ਗੁਰਧਾਮਾਂ ਦੀਆਂ ਸੇਵਾਵਾਂ ਕਰਾਉਣੀਆਂ, ਨਾਲ ਦੀ ਨਾਲ ਗੁਰੂ ਕੇ ਲੰਗਰ ਚਲਾਉਣੇ ਅਤੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਵੀ ਕਰਾਉਣਾ। ਇਹੋ ਜਿਹੇ ਜਦੋਂ ਯੋਧੇ ਸੂਰਬੀਰ ਨਾ ਬਣਦੇ ਰਸੀਏ ਮਹਾਂਪੁਰਖ ਤੁਰ ਜਾਂਦੇ ਹੈ, ਘਾਟਾ ਤਾਂ ਬਹੁਤ ਵੱਡਾ ਪੈਂਦਾ। ਪਰ ਗੁਰੂ ਅੱਗੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਮਹਾਂਪੁਰਖਾਂ ਦੇ ਜੀਵਨ ਕਾਲ ਵਿੱਚ ਆਪ ਜੀ ਦੀਆਂ ਸੇਵਾਵਾਂ ਨਿਭਾਈਆਂ ਨੇ। ਇਸੇ ਤਰ੍ਹਾਂ ਹੀ ਅੱਗੇ ਸੰਤ ਬਾਬਾ ਸਰਦਾਰਾ ਸਿੰਘ ਜੀ ਨੂੰ ਔਰ ਇੱਥੋਂ ਦੇ ਜਿੰਨੇ ਵੀ ਜਥੇਦਾਰ ਸ਼੍ਰੀਮਾਨ ਸੰਤ ਬਾਬਾ ਜੈਬ ਸਿੰਘ ਜੀ ਦੇ ਅਤੇ ਸਮੁੱਚੀਆਂ ਸਿੱਖ ਸੰਪਰਦਾਵਾਂ, ਸ਼੍ਰੀ ਅਕਾਲ ਤਖਤ ਸਾਹਿਬ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਨਿਹੰਗ ਸਿੰਘ ਜਥੇਬੰਦੀਆਂ, ਕਾਰ ਸੇਵਾ ਵਾਲੇ ਮਹਾਂਪੁਰਖ ਔਰ ਜਿੰਨੀਆਂ ਵੀ ਸਿੱਖ ਸੰਪਰਦਾਵਾਂ ਹਨ, ਸਾਰਿਆਂ ਨਾਲ ਹੀ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਔਰ ਅੱਜ ਜਿਹੜਾ ਸਰੋਪੋ ਜੋ ਸੇਵਾ ਦੀ ਅੱਗੇ ਬਖਸ਼ਿਸ਼ ਹੈ, ਅੱਗੇ ਸੇਵਾ ਚੱਲਦੀ ਰਹੇ, ਸੰਤ ਬਾਬਾ ਸਰਦਾਰਾ ਸਿੰਘ ਜੀ ਨੂੰ ਅੱਜ ਸੌਂਪੀ ਗਈ ਹੈ। ਔਰ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਇਹੋ ਹੀ ਬੇਨਤੀ ਹੈ ਕਿ ਆਪ ਜੀ ਨੇ ਬਾਬਾ ਜੀ ਨੂੰ ਤਨ ਮਨ ਧਨ ਨਾਲ ਆਪ ਜੀ ਨੇ ਸੰਯੋਗ ਦੇਣਾ ਹੈ। ਸਭ ਤੋਂ ਵੱਡੀ ਸੱਚੀ ਅਤੇ ਸੁੱਚੀ ਸਾਡੀ ਇਹੋ ਸ਼ਰਧਾਂਜਲੀ ਸੱਚਖੰਡ ਵਾਸੀ ਮਹਾਂਪੁਰਖ ਬਾਬਾ ਜੈਬ ਸਿੰਘ ਜੀ ਨੂੰ ਹੋਵੇਗੀ ਕਿ ਆਪਾਂ ਇਸ ਸੰਪਰਦਾ ਨੂੰ ਮੌਜੂਦਾ ਮੁਖੀ ਸ਼੍ਰੀਮਾਨ ਸੰਤ ਬਾਬਾ ਸਰਦਾਰਾ ਸਿੰਘ ਜੀ ਨੂੰ ਆਪਾਂ ਸੰਯੋਗ ਦਈਏ, ਇਸੇ ਤਰ੍ਹਾਂ ਅੱਗੇ ਸੇਵਾਵਾਂ ਚੱਲਦੇ ਰਹਿਣ, ਗੁਰੂ ਸਾਹਿਬ ਜੀ ਬਖਸ਼ਿਸ਼ ਕਰਨ, ਬਾਬਾ ਜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਔਰ ਦਮਦਮੀ ਟਕਸਾਲ ਤੋਂ ਜਹੇਦਾਰ ਬਾਬਾ ਬੋਹਰ ਸਿੰਘ ਜੀ, ਭਾਈ ਪ੍ਰਕਾਸ਼ ਸਿੰਘ ਜੀ ਅਤੇ ਦਾਸ ਨੇ ਹਾਜ਼ਰੀਆਂ ਭਰੀਆਂ, ਸਮੁੱਚੇ ਆਈਆਂ ਸੰਗਤਾਂ ਦਾ, ਮਹਾਂਪੁਰਖਾਂ ਦਾ ਔਰ ਦਮਦਮੀ ਟਕਸਾਲ ਵੱਲੋਂ ਅਤੇ ਬਾਬਾ ਜੀ ਵੱਲੋਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਹਿ ਦਿਲੋਂ ਧੰਨਵਾਦ ਹੈ ਭਾਈ ਸੁਖਦੇਵ ਸਿੰਘ ਜੀ ਦਾ, ਜਿਨ੍ਹਾਂ ਨੇ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸਮਾਗਮਾਂ ਦੇ ਵਿੱਚ ਬਾਬਾ ਅੰਗਰੇਜ਼ ਸਿੰਘ ਜੀ ਦਮਦਮੀ ਟਕਸਾਲ ਮਲੇਸ਼ੀਆ ਵਾਲੇ ਪਹੁੰਚੇ ਨੇ, ਤਹਿ ਦਿਲੋਂ ਧੰਨਵਾਦ ਹੈ। ਗਿਆਨੀ ਸ਼ਮਸ਼ੇਰ ਸਿੰਘ ਜੀ ਕੋਹਰੀ ਸਾਹਿਬ ਪਹੁੰਚੇ ਨੇ, ਉਹਨਾਂ ਦਾ ਧੰਨਵਾਦ ਹੈ। ਸਰਦਾਰ ਸਵਰਨਜੀਤ ਸਿੰਘ ਜੀ ਕੁਰਾਲੀਆਂ ਜੀ ਪਹੁੰਚੇ ਨੇ, ਧੰਨਵਾਦ ਹੈ। ਅਮਰ ਸ਼ਹੀਦ ਭਾਈ ਹਰਜਿੰਦਰ ਸਿੰਘ ਜੀ ਜਿੰਦਾ ਗਦਲੀ ਵਾਲੇ, ਉਹਨਾਂ ਦੇ ਭਰਾਤਾ ਸਰਦਾਰ ਭੁਪਿੰਦਰ ਸਿੰਘ ਜੀ ਮੈਨੇਜਰ ਸਾਹਿਬ ਪਹੁੰਚੇ ਨੇ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ। ਸਰਦਾਰ ਜਗਜੀਤ ਸਿੰਘ ਜੀ ਮੈਨੇਜਰ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਤੋਂ ਪਹੁੰਚੇ ਨੇ, ਤਹਿ ਦਿਲੋਂ ਧੰਨਵਾਦ ਹੈ। ਸਰਦਾਰ ਹਰਵਿੰਦਰ ਸਿੰਘ ਜੀ ਮੈਨੇਜਰ ਗੁਰਦੁਆਰਾ ਸਤਲਾਣੀ ਸਾਹਿਬ ਪਹੁੰਚੇ ਨੇ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ। ਇਸੇ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ ਜੀਓ, ਭਾਈ ਘਨੱਈਆ ਸਿੰਘ ਜੀ ਢਿਲਵਾਂ ਵਾਲੇ ਪਹੁੰਚੇ ਨੇ, ਉਹਨਾਂ ਦਾ ਧੰਨਵਾਦ ਹੈ। ਬਾਬਾ ਸੁਖਵਿੰਦਰ ਸਿੰਘ ਜੀ ਕਾਰ ਸੇਵਾ ਗੁਰਦੁਆਰਾ ਬੋਹੜ ਸਾਹਿਬ ਕਾਦਰਾਬਾਦ ਤੋਂ ਪਹੁੰਚੇ ਨੇ, ਉਹਨਾਂ ਦਾ ਧੰਨਵਾਦ ਹੈ।
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ਼ ਪ੍ਰੋਫੈਸਰ ਬਾਬਾ ਨਿਰਮਲ ਸਿੰਘ ਜੀ ਪਹੁੰਚੇ ਨੇ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ। ਮਹਾਂਪੁਰਖ ਸੰਤ ਬਾਬਾ ਸਰਦਾਰਾ ਸਿੰਘ ਜੀ ਕਾਰ ਸੇਵਾ ਮੱਖਣ ਮੰਡੀ ਵਾਲੇ, ਜਿਨ੍ਹਾਂ ਨੂੰ ਅੱਜ ਪੰਥ ਕਰੋ ਰੀਤਾਂ ਦੇ ਮੁਤਾਬਕ ਸਮੁੱਚੇ ਪੰਥ ਵੱਲੋਂ ਇਹਨਾਂ ਪਾਵਨ ਸਥਾਨਾਂ ਦਾ ਸਮੁੱਚੇ ਕਾਰ ਸੇਵਾ ਦਾ ਪ੍ਰਬੰਧ ਸੌਂਪਿਆ ਗਿਆ ਹੈ। ਮਹਾਂਪੁਰਖਾਂ ਦੇ ਵੱਲੋਂ ਆਏ ਹੋਏ ਸਾਰੇ ਬੁਲਾਰਿਆਂ ਦਾ, ਸਾਰੀਆਂ ਧਾਰਮਿਕ, ਰਾਜਨੀਤਿਕ, ਸਮਾਜਿਕ ਸ਼ਖਸੀਅਤਾਂ ਦਾ, ਸਾਰੀਆਂ ਗੁਰੂ ਦੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਹੈ। ਇੱਕ ਜ਼ਰੂਰੀ ਬੇਨਤੀ ਹੈ ਜੀ ਕਿ ਮਹਾਂਪੁਰਖ ਸੰਤ ਬਾਬਾ ਅਜਾਇਬ ਸਿੰਘ ਜੀ ਵੱਲੋਂ ਗੁਰਦੁਆਰਾ ਜਨਮ ਸਥਾਨ ਬਾਬਾ ਬੁੱਢਾ ਸਾਹਿਬ ਜੀ ਕੱਥੂ ਨੰਗਲ ਵਿਖੇ ਲੰਮੇ ਸਮੇਂ ਤੋਂ ਜੋ ਕਾਰ ਸੇਵਾ ਦੀ ਮਹਾਨ ਸੇਵਾ ਕੀਤੀ ਜਾ ਰਹੀ ਸੀ, ਉਹਨਾਂ ਦੇ ਯੋਗਦਾਨ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ 14 ਅਪ੍ਰੈਲ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ 'ਤੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 16 ਤਰੀਕ ਨੂੰ ਪਾਏ ਜਾਣਗੇ। ਸਾਰੀ ਸੰਗਤ ਨੂੰ ਬੇਨਤੀ, ਆਪ ਜੀ ਨੇ ਇਸੇ ਤਰ੍ਹਾਂ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਸਰਦਾਰ ਰੇਸ਼ਮ ਸਿੰਘ ਜੀ ਮੈਨੇਜਰ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸ੍ਰੀ ਦਰਬਾਰ ਸਾਹਿਬ ਮੁਕਤਸਰ ਸਾਹਿਬ ਤੋਂ ਪਹੁੰਚੇ ਨੇ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ। ਮੈਂ ਸਿਨੇਮਰ ਬੇਨਤੀ ਕਰਾਂਗਾ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਨਮਾਨਯੋਗ ਪ੍ਰਧਾਨ ਐਡਵੋਕੇਟ ਸਰਦਾਰ ਰਜਿੰਦਰ ਸਿੰਘ ਜੀ ਧਾਮੀ ਸਾਹਿਬ ਆਪਣੇ ਰੁਝੇਵਿਆਂ ਦੇ ਕਾਰਨ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਨਹੀਂ ਭਰ ਸਕੇ, ਉਹਨਾਂ ਦੇ ਵੱਲੋਂ ਆਈ ਹੋਈ ਸਾਰੀ ਸੰਗਤ ਦਾ ਧੰਨਵਾਦ ਕਰਨਗੇ, ਮਹਾਂਪੁਰਖਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਸਾਡੇ ਅਤਿ ਸਨਮਾਨਯੋਗ ਮੈਂਬਰ ਐਡਵੋਕੇਟ ਸਰਦਾਰ ਭਗਵੰਤ ਸਿੰਘ ਜੀ ਸਿਆਲਕਾ, ਆਓ ਬੜੇ ਪਿਆਰ ਦੇ ਨਾਲ ਉਹਨਾਂ ਨੂੰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਅਰਸਿਓ ਲੈਨ ਮਿਲਾਏ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬੇਨਤੀ ਬਖਸ਼ਿਸ਼ਾਂ ਨੇ ਜਿਹੜੀਆਂ ਮਹਾਂਪੁਰਖਾਂ ਦੇ ਪ੍ਰਥਾਏ ਗੁਰੂ ਸਾਹਿਬ ਨੇ ਆਪ ਬਖਸ਼ਿਸ਼ ਕੀਤੀਆਂ ਨੇ। ਬਾਬਾ ਅਜਾਇਬ ਸਿੰਘ ਜੀ ਆਪਾਂ ਸਾਰਿਆਂ ਨੂੰ ਲੱਗਦਾ ਜਿਵੇਂ ਸਾਡੇ ਆਪਣੇ ਪਰਿਵਾਰ ਦੇ ਜੀ ਨੇ, ਅਤੇ ਹੈ ਵੀ ਗੱਲ ਇਹ ਸਹੀ, ਕਿਉਂਕਿ ਮੇਰਾ ਖਿਆਲ ਹੈ ਜਿੰਨੀ ਅੱਜ ਸੰਗਤ ਆਈ ਆ ਕੋਈ ਅਜਿਹਾ ਨਹੀਂ ਹੋਊਗਾ ਜਿਹਦੇ ਨਾਲ ਬਾਬਾ ਜੀ ਦਾ ਆਪਣੀ ਜ਼ਿੰਦਗੀ 'ਚ 20 ਵਾਰੀ 50 ਵਾਰੀ 100 ਵਾਰੀ ਤੋਂ ਘੱਟ ਮੇਲ ਹੋਇਆ ਹੋਊ। ਬਾਬਾ ਸੱਜਣ ਸਿੰਘ ਜੀ ਗੁਰੂ ਕੀ ਬੇਰ ਵਾਲੇ ਮਹਾਂਪੁਰਖ, ਜਿਨ੍ਹਾਂ ਦਾ ਬਾਬਾ ਜੀ ਨਾਲ ਬਹੁਤ ਜ਼ਿਆਦਾ, ਕਿਉਂਕਿ ਜਦੋਂ ਬਾਬਾ ਜੀ ਆਏ ਇੱਥੇ ਵੱਡੇ ਮਹਾਂਪੁਰਖਾਂ ਨਾਲ, ਬਾਬਾ ਸੰਤ ਬਾਬਾ ਹਜ਼ਾਰਾ ਸਿੰਘ ਜੀ ਗੁਰੂ ਕੇ ਬਾਗ ਵਾਲਿਆਂ ਨਾਲ, ਅਤੇ ਉਸ ਵੇਲੇ ਬਾਬਾ ਸੇਵਾ ਸਿੰਘ ਜੀ ਉਹਨਾਂ ਦੇ ਨਾਲ, ਬਾਬਾ ਸੱਜਣ ਸਿੰਘ ਜੀ ਸਵਾਵਾਂ ਗੁਰੂ ਕੀ ਬੇਰ ਨਿਭਾ ਰਹੇ ਸਨ। ਇਸੇ ਤਰ੍ਹਾਂ ਹੀ ਹੋਰ ਮਹਾਂਪੁਰਖ ਜਿਵੇਂ ਬਾਬਾ ਲੱਖਾ ਸਿੰਘ ਜੀ ਗੁਰੂ ਕੇ ਬਾਗ ਵਾਲੇ, ਬਾਬਾ ਜੀ ਦੀ ਸੱਚਖੰਡ ਗਮਨ ਤੋਂ ਬਾਅਦ ਬਾਬਾ ਜੀ ਨੇ ਗੁਰੂ ਕੇ ਬਾਗ ਦੀਆਂ ਸਵਾਵਾਂ ਸੰਭਾਲੀਆਂ, ਅਤੇ ਬਾਬਾ ਅਜਾਇਬ ਸਿੰਘ ਜੀ ਨੇ ਗੁਰਦੁਆਰਾ ਟਾਹਲੀ ਸਾਹਿਬ ਸਮੇਤ ਸਾਰੀਆਂ ਇੱਥੋਂ ਇਸ ਅਸਥਾਨ ਦੀ, ਗੁਰਦੁਆਰਾ ਮੱਖਣ ਮੰਡੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਅਸਥਾਨ ਦੀ ਸੇਵਾ ਸੰਭਾਲੀ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਕੋਈ ਵੀ ਅਜਿਹਾ ਸਮਾਂ ਨਹੀਂ ਜਿੱਥੇ ਬਾਬਾ ਜੀ ਹੁਣੇ ਨਾ ਪਹੁੰਚੇ ਹੋਣ।
ਅਤੇ ਕੋਈ ਵੀ ਅਜਿਹੇ ਮਹਾਂਪੁਰਖ ਨੇ ਜਿਨ੍ਹਾਂ ਨਾਲ ਬਾਬਾ ਜੀ ਹੁਣਾਂ ਨੇ ਜਾ ਕੇ ਸਹਿਯੋਗ ਨਾ ਕੀਤਾ ਹੋਵੇ। ਅੱਜ ਤੁਸੀਂ ਇੱਥੇ ਆਏ ਜੇ ਸਾਰੇ ਇੱਕ ਬੜੀ ਭਾਵਪੂਰਤ ਸ਼ਬਦ ਆ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਗੁਆਰੇਰੀ ਰਾਗ ਦੇ ਵਿੱਚ ਗੌੜੀ ਗੁਆਰੇਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 182 ਤੋਂ 183 ਤੱਕ ਜਾਂਦੀ ਹੈ। ਇਹ ਸ਼ਬਦ ਜਿਹੜਾ ਜਾਕੇ ਵਸ ਖਾਨ ਸੁਲਤਾਨ ਜਾਕੇ ਵਸਦਾ ਸਗਲ ਜਹਾਨ ਜਾਕਾ ਕੀਆ ਸਭ ਕੁਛ ਹੋਏ ਤਿਸ ਤੇ ਬਾਹਰ ਨਾਹੀਂ ਕੋਏ ਕਹੋ ਬੇਨੰਤੀ ਆਪਣੇ ਸਤਿਗੁਰ ਪਾਹੇ ਕਾਜ ਤੁਮਾਰੇ ਦੀਏ ਨਿਭਾਹੇ ਰਹਾਓ ਦਾ ਵਿਸ਼ਰਾਮ ਦੇ ਕੇ ਰਹਾਓ ਸਰਬ ਵਿਆਪਤ ਪੂਰ ਧਨੀ ਜਾਕੀ ਸੋਭਾ ਘੱਟ ਘੱਟ ਬਣੀ ਜਿਸ ਸਿਮਰਤ ਦੁੱਖ ਡੇਰਾ ਢਹੇ ਜਿਸ ਸਿਮਰਤ ਜਮ ਕਛੂ ਨ ਕਹੇ ਜਿਸ ਸਿਮਰਤ ਹੋਤ ਸੂਕੇ ਹਰੇ ਜਿਸ ਸਿਮਰਤ ਡੂਬਤ ਪਾਹਨ ਤਰੇ। ਇਹ ਗੁਰੂ ਸਾਹਿਬ ਜੀ ਨੇ ਅਕਾਲ ਪੁਰਖ ਪਰਮੇਸ਼ਰ ਦੇ ਪ੍ਰਥਾਏ ਇਹ ਜਿਹੜੀਆਂ ਪੰਕਤੀਆਂ ਉਚਾਰਨ ਕੀਤੀਆਂ। ਅਤੇ ਫਿਰ ਅੱਗੇ ਇਹ ਪ੍ਰਾਪਤੀ ਕਿਵੇਂ ਹੁੰਦੀ ਆ, ਸੰਤ ਸਭਾ ਕੋ ਸਦਾ ਜੈਕਾਰ। ਹੁਣ ਇੱਥੇ ਜਿਹੜੇ ਮਹਾਂਪੁਰਖ ਗਏ ਨੇ ਬੈਠੇ ਸੀਗੇ, ਇਹ ਉਹ ਸਭਾ ਵਾ ਜਿਹਦੇ ਜੈਕਾਰ ਕੀਤਾ ਗੁਰੂ ਸਾਹਿਬ ਜੀ ਨੇ, ਸੰਤ ਸਭਾ ਕੋ ਸਦਾ ਜੈਕਾਰ। ਕਿਉਂਕਿ ਜਦੋਂ ਸੰਤਾਂ ਦੀ ਸਭਾ 'ਚ ਸੰਤਾਂ ਦੀ ਸੰਗਤ ਵਿੱਚ ਬੈਠੇ ਹੁੰਦੇ, ਤੁਸੀਂ ਆਪ ਸੰਤ ਵਰਗੇ ਬਣ ਜਾਂਦੇ ਜੀ। ਸੰਤ ਸਭਾ ਕੋ ਸਦਾ ਜੈਕਾਰ, ਹਰ ਹਰ ਨਾਮ ਜਨ ਪ੍ਰਾਨ ਉਧਾਰ, ਕਹੋ ਨਾਨਕ ਮੇਰੀ ਸੁਣੀ ਅਰਦਾਸ, ਸੰਤ ਪ੍ਰਸਾਦ ਮੋਕੋ ਨਾਮ ਨਿਵਾਸ। ਇਹ ਅਜਿਹੇ ਮਹਾਂਪੁਰਖ, ਕਿਉਂਕਿ ਗੁਰੂ ਸਾਹਿਬ ਜੀ ਦੇ ਨਾਲ ਹੋਏ ਸਾਧੂ ਮਹਾਂਪੁਰਖ ਸ਼ਹੀਦ ਵੱਖ ਵੱਖ ਸਮੇਂ 'ਤੇ ਚੋਲਾ ਬਦਲ ਕੇ ਆਉਂਦੇ ਨੇ, ਉਸੇ ਤਰ੍ਹਾਂ ਸੰਤ ਬਾਬਾ ਅਜੈਬ ਸਿੰਘ ਜੀ ਵੀ ਸਾਡੇ ਕੋਲ ਆਏ ਸਨ, ਅਤੇ ਅੱਜ ਉਹ ਜਿਹੜਾ ਪ੍ਰਲੋਕ ਗਮਨ ਕਰ ਗਏ, ਉਹਨਾਂ ਦੇ ਅੱਜ ਦੁਸਹਿਰੇ ਦੇ ਭੋਗ ਦੇ ਤੁਸੀਂ ਸਮੁੱਚੀ ਸਾਧ ਸੰਗਤ ਆਏ ਜੇ। ਤੁਹਾਡਾ ਆਇਆਂ ਦਾ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸਾਹਿਬ ਹਰਜਿੰਦਰ ਸਿੰਘ ਜੀ ਧਾਮੀ, ਉਹਨਾਂ ਵੱਲੋਂ ਸਾਧ ਸੁਖਬੀਰ ਸਿੰਘ ਜੀ ਬਾਦਲ, ਜਿਨ੍ਹਾਂ ਦਾ ਇੱਥੇ ਆਉਣ ਦਾ ਪ੍ਰੋਗਰਾਮ ਸੀ, ਪਰੰਤੂ ਉਹਨਾਂ ਦਾ ਪਹਿਲਾਂ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਸਾਹਿਬ ਬਿਕਰਮ ਸਿੰਘ ਮਜੀਠੀਆ ਜਿਹੜੇ ਹੋ ਕੇ ਗਏ ਨੇ ਇੱਥੋਂ, ਪਰ ਉਹ ਪਹਿਲਾਂ ਤੋਂ ਜਿਹੜੇ ਪ੍ਰੋਗਰਾਮ ਮਿੱਥੇ ਸੀ ਉਹਨਾਂ ਦੇ ਵਿੱਚ ਰੁੱਝੇ ਹੋਣ ਕਰਕੇ ਅੱਜ ਹਾਜ਼ਰ ਨਹੀਂ ਹੋ ਸਕੇ। ਸਾ ਅਮਰਜੀਤ ਸਿੰਘ ਜੀ ਬੰਡਾਲਾ ਜਿਹੜੇ ਸਾਡੇ ਇਸ ਹਲਕੇ ਤੋਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਇਹਨਾਂ ਸਾਰਿਆਂ ਨੇ ਸਾਡੇ ਰਾਹੀਂ ਆਪ ਜੀ ਨੂੰ ਨਾਲੇ ਫਤਿਹ ਦੀ ਸਾਂਝ ਪਾਉਣ ਦੀ ਬੇਨਤੀ ਕੀਤੀ ਸੀ। ਆਪ ਜੀ ਨੂੰ ਉਹਨਾਂ ਵੱਲੋਂ ਫਤਿਹ ਦੀ ਸਾਂਝ ਪਾ ਰਹੇ ਹਾਂ, ਨਾਲ ਹੀ ਉਹਨਾਂ ਵੱਲੋਂ ਤੁਹਾਡੀ ਆਇਆਂ ਸਾਰੀ ਸੰਗਤ ਦਾ ਜੀ ਆਇਆਂ ਨੂੰ ਕਹਿੰਦਿਆਂ ਹੋਇਆਂ ਤੁਹਾਡੇ ਇੱਥੇ ਚੱਲ ਕੇ ਆਏ, ਇੱਕ ਕਦਮ ਦਾ ਜਿਹੜਾ ਉਹਨਾਂ ਨੇ ਸਿਰ ਮੱਥੇ ਕਰਦਿਆਂ ਧੰਨਵਾਦ ਕੀਤਾ। ਮੈਂ ਇੰਨੀਆਂ ਬੇਨਤੀਆਂ ਕਰਦਾ ਹੋਇਆ ਸਾਰਿਆਂ ਦੀ ਹਾਜ਼ਰੀ ਲਵਾਉਂਦਾ ਹੋਇਆ ਮਹਾਂਪੁਰਖਾਂ ਦੇ ਪ੍ਰਥਾਏ ਸ਼ਰਧਾ ਸਤਿਕਾਰ ਭੇਟ ਕਰਦਾ ਹੋਇਆ ਫਤਿਹ ਬੁਲਾਉਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਹਿ ਦਿਲੋਂ ਧੰਨਵਾਦ ਹੈ ਸਿਆਲਕਾ ਸਾਹਿਬ ਜੀ ਦਾ, ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਬਚਨਾਂ ਅਨੁਸਾਰ ਮਹਾਂਪੁਰਖਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ, ਔਰ ਜ਼ਿੰਮੇਵਾਰ ਸ਼ਖਸੀਅਤਾਂ ਵੱਲੋਂ ਆਈ ਹੋਈ ਸਾਰੀ ਸੰਗਤ ਦਾ ਧੰਨਵਾਦ ਕੀਤਾ ਹੈ। ਸਰਦਾਰ ਸਿਕੰਦਰ ਸਿੰਘ ਜੀ ਖਿੱਦੋਵਾਲੀ ਸਰਪੰਚ ਸਾਹਿਬ ਪਹੁੰਚੇ ਨੇ, ਉਹਨਾਂ ਦਾ ਵੀ ਇਹਨਾਂ ਸਮਾਗਮਾਂ ਦੇ ਵਿੱਚ ਆਉਣ 'ਤੇ ਤਹਿ ਦਿਲੋਂ ਧੰਨਵਾਦ ਹੈ। ਪੰਥ ਪ੍ਰਸਿੱਧ ਕਵੀਸ਼ਰ ਜਥਾ ਗਿਆਨੀ ਜੋਗਾ ਸਿੰਘ ਜੀ ਭਾਗੋਵਾਲੀਆ ਹਾਜ਼ਰੀ ਲਵਾ ਰਹੇ ਨੇ, ਤਿਨ੍ਹਾਂ ਦਾ ਧੰਨਵਾਦ ਹੈ ਜੀ। ਬਾਬਾ ਅਮਰਜੀਤ ਸਿੰਘ ਜੀ ਕਾਲੀ ਕੰਬਲੀ ਵਾਲੇ ਦਸਤਾਰ ਲੈ ਕੇ ਆਏ ਨੇ, ਉਹਨਾਂ ਦਾ ਧੰਨਵਾਦ ਹੈ। ਬਹੁਤ ਸਾਰੀਆਂ ਧਾਰਮਿਕ, ਰਾਜਨੀਤਿਕ, ਸਮਾਜਿਕ ਸ਼ਖਸੀਅਤਾਂ, ਬਹੁਤ ਸਾਰੀਆਂ ਸੰਗਤਾਂ ਸਮਾਗਮਾਂ ਦੇ ਵਿੱਚ ਪਹੁੰਚੀਆਂ ਨੇ।
ਸਾਰੀਆਂ ਸੰਗਤਾਂ ਦਾ ਮਹਾਂਪੁਰਖ ਸੰਤ ਬਾਬਾ ਸਰਦਾਰਾ ਸਿੰਘ ਜੀ ਵੱਲੋਂ ਤਹਿ ਦਿਲੋਂ ਧੰਨਵਾਦ ਹੈ। ਬਾਬਾ ਜੀ ਦੇ ਗੜਬਈ ਭਾਈ ਰਾਜਵਿੰਦਰ ਸਿੰਘ ਜੀ ਰਾਜੂ ਵੱਲੋਂ ਵੀ ਧੰਨਵਾਦ ਹੈ। ਇਸ ਨਗਰ ਦੇ ਪਤਵੰਤੇ ਸਾਬਕਾ ਸਰਪੰਚ ਸਰਦਾਰ ਅੰਗਰੇਜ਼ ਸਿੰਘ ਜੀ ਮੱਖਣ ਮਿੰਡੀ, ਸਰਦਾਰ ਰਣਜੀਤ ਸਿੰਘ ਜੀ ਸਾਬਕਾ ਪੰਚ, ਸਰਦਾਰ ਚਰਨਜੀਤ ਸਿੰਘ ਜੀ ਪੁੱਤਰ, ਸਰਦਾਰ ਹਰਜਿੰਦਰ ਸਿੰਘ ਜੀ ਸਾਬਕਾ ਸਰਪੰਚ, ਮਾਸਟਰ ਜਗੀਰ ਸਿੰਘ ਜੀ ਕਵੀਸ਼ਰ, ਸਰਦਾਰ ਰਣਜੀਤ ਸਿੰਘ ਜੀ USA, ਸਰਦਾਰ ਜਗਜੀਤ ਸਿੰਘ ਜੀ ਜੱਗਾ, ਸਰਦਾਰ ਗੁਰਮੇਜ ਸਿੰਘ ਜੀ, ਸਰਦਾਰ ਗੁਰਦੀਪ ਸਿੰਘ ਜੀ, ਸਰਦਾਰ ਸੁਖਦੇਵ ਸਿੰਘ ਜੀ, ਸਰਦਾਰ ਮਲਕੀਤ ਸਿੰਘ ਜੀ, ਸਰਦਾਰ ਗੁਰਮੀਤ ਸਿੰਘ ਜੀ, ਇਹਨਾਂ ਸਾਰੀਆਂ ਨਗਰ ਦੀਆਂ ਸ਼ਖਸੀਅਤਾਂ ਵੱਲੋਂ ਕਾਰ ਸੇਵਾ ਮੱਖਣ ਮਿੰਡੀ ਵੱਲੋਂ ਆਈ ਹੋਈ ਸਾਰੀ ਸੰਗਤ ਦਾ, ਸਾਰੇ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਹੈ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਹੋਵੇ ਜੀ। ਇਹ ਦੀਵਾਨ ਗੁਰੂ ਪਿਆਰੀ ਸਾਧ ਸੰਗਤ ਜੀ ਇਸੇ ਤਰ੍ਹਾਂ ਚੱਲਦੇ ਰਹਿਣਗੇ, ਕਿਉਂਕਿ ਇਸ ਸਥਾਨ ਦੀ ਰਵਾਇਤ ਮੁਤਾਬਕ ਮਹਾਂਪੁਰਖਾਂ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਹੋਲੇ ਮਹੱਲੇ ਦੇ ਦੀਵਾਨ ਸਜਾਏ ਗਏ ਨੇ। ਤਕਰੀਬਨ 4 ਵਜੇ ਤੱਕ ਦੀਵਾਨ ਸੱਜਣਗੇ। ਪੰਥ ਦੇ ਉੱਚ ਕੋਟੀ ਦੇ ਢਾਡੀ ਜਥੇ, ਕਮਿਸ਼ਨਰ ਜਥੇ ਵਿਦਵਾਨ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰੀ ਭਰਨ ਵਾਸਤੇ ਪਹੁੰਚ ਰਹੇ ਨੇ। ਜਿਨ੍ਹਾਂ ਸੰਗਤਾਂ ਦੇ ਕੋਲ ਸਮਾਂ ਹੈ ਉਹਨਾਂ ਨੂੰ ਸਨਿਮਰ ਬੇਨਤੀ ਹੈ ਕਿ ਆਪ ਜੀ ਇਸੇ ਤਰ੍ਹਾਂ ਹਾਜ਼ਰੀਆਂ ਭਰ ਕੇ ਦੀਵਾਨਾਂ ਦਾ ਲਾਹਾ ਪ੍ਰਾਪਤ ਕਰੋ ਜੀ। ਸਾਰੀ ਸੰਗਤ ਦਾ ਧੰਨਵਾਦ, ਸਾਰੇ ਮਹਾਂਪੁਰਖਾਂ ਦਾ ਧੰਨਵਾਦ ਹੈ ਜੀ। ਕੋਟਾਨਕੋਟ ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ, ਜਿਨ੍ਹਾਂ ਦੀ ਪਾਵਨ ਛੱਤਰ ਛਾਇਆ ਦੇ ਹੇਠ ਅੱਜ ਦੇ ਇਹ ਸਾਰੇ ਸਮਾਗਮ ਸੰਪੂਰਨ ਹੋਏ ਨੇ। ਬਹੁਤ ਸਾਰੀਆਂ ਸੰਗਤਾਂ ਨੇ ਮਹਾਂਪੁਰਖਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ। ਸਤਿਗੁਰੂ ਮਹਾਰਾਜ ਸਭਨਾਂ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨ ਜੀ। ਔਰ ਜ਼ਰੂਰੀ ਬੇਨਤੀ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਜੋਤੀ ਜੋਤ ਦਿਹਾੜਾ 450 ਸਾਲਾ ਸ਼ਤਾਬਦੀ ਦਿਵਸ ਮਿਤੀ 18 ਸਤੰਬਰ 2024 ਨੂੰ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਪੰਥਕ ਜਾਹੋ ਜਲਾਲ ਦੇ ਨਾਲ ਮਨਾਇਆ ਜਾ ਰਿਹਾ ਹੈ। ਜਿਸ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਤਿਆਰੀਆਂ ਆਰੰਭ ਕੀਤੀਆਂ ਗਈਆਂ ਨੇ। ਇਹਨਾਂ ਸ਼ਤਾਬਦੀਆਂ ਦਾ ਪਹਿਲਾ ਸਮਾਗਮ ਵਿਸਾਖੀ ਤੋਂ ਅਗਲੇ ਦਿਨ 14 ਅਪ੍ਰੈਲ ਨੂੰ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਆਰੰਭ ਹੋਵੇਗਾ, ਜਿਸ ਵਿੱਚ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ, ਪੰਜ ਪਿਆਰੇ ਸਾਹਿਬਾਨ ਦੀ ਸੇਵਾ ਨਿਭਾਉਣਗੇ। ਭਾਰੀ ਅਮਰ ਸੰਚਾਰ ਹੋਵੇਗਾ। ਸਾਰੀਆਂ ਸੰਗਤਾਂ ਨੂੰ ਸਨਿਮਰ ਬੇਨਤੀ ਹੈ ਕਿ ਆਪ ਜੀ ਨੇ 14 ਅਪ੍ਰੈਲ 2024 ਨੂੰ ਗੁਰਦੁਆਰਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਹਾਜ਼ਰੀਆਂ ਭਰ ਕੇ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੀਆਂ ਪਾਵਨ ਅਸੀਸਾਂ ਨੂੰ ਪ੍ਰਾਪਤ ਕਰਨਾ ਜੀ। ਦੁਬਾਰਾ ਫਿਰ ਬੇਨਤੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ, ਦੀਵਾਨ ਇਸੇ ਤਰ੍ਹਾਂ ਚੱਲਦੇ ਰਹਿਣਗੇ। ਪੰਥ ਦਾ ਪ੍ਰਸਿੱਧ ਢਾਡੀ ਜਥਾ ਭਾਈ ਮੇਜਰ ਸਿੰਘ ਜੀ ਖਾਲਸਾ ਸੁਲਤਾਨਪੁਰ ਲੋਧੀ ਵਾਲੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਪਹੁੰਚੇ ਨੇ। 1 ਘੰਟੇ ਵਾਸਤੇ ਉਹਨਾਂ ਨੇ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰੀ ਭਰਨੀ ਹੈ ਜੀ। ਲਾਈਵ ਵਾਲੇ ਵੀਰਾਂ ਦੇ ਵੱਲੋਂ ਪ੍ਰੋਗਰਾਮ ਦਾ ਲਾਈਵ ਟੈਲੀਕਾਸਟ ਕੀਤਾ ਜਾ ਰਿਹਾ ਹੈ, ਸਾਰੇ ਵੀਰਾਂ ਦਾ ਧੰਨਵਾਦ ਹੈ। ਪਬਲਿਕ ਪ੍ਰਾਈਮ TV ਵੱਲੋਂ, 4S TV ਵੱਲੋਂ, ਨਿਰਵੈਲ TV ਦੇ ਵੱਲੋਂ, ਮਜੈਲ ਵੈਬ TV ਦੇ ਵੱਲੋਂ, ਸਾਰੇ ਚੈਨਲਾਂ ਦੇ ਵੱਲੋਂ ਪ੍ਰੋਗਰਾਮ ਦਾ ਲਾਈਵ ਪ੍ਰਸਾਰਣ ਕੀਤਾ ਗਿਆ ਹੈ। ਜਦੋਂ ਵੀ ਆਪ ਜੀ ਦਾ ਦਿਲ ਕਰੇ ਆਪ ਜੀ ਸਰਚ ਕਰਕੇ ਸਾਰੇ ਸਮਾਗਮਾਂ ਦਾ ਲਾਹਾ